ਵਰੀਆਮ ਸਿੰਘ ਸੰਧੂ ਦੀ ਕਹਾਣੀ ਭੱਜੀਆਂ ਬਾਹੀਂ ਦਿਨ ਚੜਨ ਤੋਂ ਪਿੱਛੇ ਸੂਰਜ ਨੇ ਅਜੇ ਚੰਗੀ ਤਰ੍ਹਾਂ ਵੇੜਿਆਂ ਵਿੱਚ ਛਾਤ ਵੀ ਨਹੀਂ ਸੀ ਪਾਈ ਕਿ ਰਾਮ ਲਾਲ ਹੋਰਾਂ ਦੇ ਘਰੋਂ ਚੀ ਉੱਚੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਇੱਕ ਪਲ ਤਾਂ ਲੋਕਾਂ ਨੇ ਸੋਚਿਆ ਇਹ ਰੌਲਾ ਰੱਪਾ ਉਹਨਾਂ ਦੇ ਘਰ ਨਹੀਂ ਹੋ ਸਕਦਾ ਅਜੇ ਕੱਲ ਤਾਂ ਕੇਵਲ ਦੇ ਫੁੱਲ ਚੁਣੇ ਗਏ ਸਨ ਜਿਸ ਢੰਗ ਨਾਲ ਉਹਦੀ ਮੌਤ ਹੋਈ ਸੀ ਉਸ ਕਰਕੇ ਸਾਰੀ ਪਿੰਡ ਤੇ ਇਲਾਕੇ ਵਿੱਚ ਵੀ ਸਹਿਮ ਤੇ ਮਾਤਮ ਛਾਇਆ ਹੋਇਆ ਸੀ ਇੰਨਾ ਭਾਰੀ ਦੁਖਾਂਤ ਵਾਪਰ ਜਾਣ ਕਰਕੇ ਲੋਕ ਕਲਪਨਾ ਵੀ ਨਹੀਂ ਸਨ ਕਰਨਾ ਚਾਹੁੰਦੇ ਕਿਉਂ ਨਾ ਘਰ ਕਿਸੇ ਗੱਲੋਂ ਲੜਾਈ ਝਗੜਾ ਹੋ ਪਿਆ ਹੈ ਇਸੇ ਲਈ ਕਿਸੇ ਨੇ ਛੇਤੀ ਨਾਲ ਘਰੋਂ ਨਿਕਲ ਕੇ ਉਹਨਾਂ ਦੇ ਘਰ ਜਾਣ ਦੀ ਕਾਲੀ ਨਹੀਂ ਕੀਤੀ ਗੱਲ ਇਹ ਨਹੀਂ ਸੀ ਕਿ RAMLAL ਦਾ ਟੱਬਰ ਬੜਾ ਸੌ ਮਠ ਬੋਲੜਾ ਤੇ ਮਿਲਵਰਤਨ ਵਾਲਾ ਸੀ ਉਹਨਾਂ ਦੇ ਟੱਬਰ ਨੂੰ ਤਾਂ ਪਾਈਚਾਰੇ ਵਿੱਚ ਕੀਕਣਿਆਂ ਦਾ ਟੱਬਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਤਾ ਨਹੀਂ ਕਿਹੜੀ ਗੱਲੋਂ RAMLAL ਜਾਂ ਉਹਦੇ ਚੌਹਾਂ ਮੁੰਡਿਆਂ ਵਿੱਚੋਂ ਕਿਸੇ ਦੇ ਮੂੰਹੋਂ ਜਵਾਲਾਮੁਖੀ ਫੁੱਟ ਨਿਕਲਦਾ ਤੇ ਫਿਰ ਉਹ ਅਸਮਾਨ ਸਿਰ ਤੇ ਚੁੱਕ ਲੈਂਦੇ ਨਿਆਣੇ ਰੋਂਦੇ ਔਰਤਾਂ ਚੀਕ ਚਿਹੜਾ ਪਾਉਂਦੀਆਂ ਮਹਾ ਭਾਰਤ ਮਚਾਉਣ ਵਿੱਚ ਟੱਬਰ ਦੇ ਸਾਰੇ ਜੀ ਯਥਾ ਯੋਗ ਹਿੱਸਾ ਪਾਉਂਦੇ ਹੋਰ ਤਾਂ ਹੋਰ ਪਰਿਵਾਰ ਦਾ ਮੁਖੀ ਰਾਮ ਲਾਲ ਅਜੇ ਮੌਕਿਆਂ ਤੇ ਇਹੋ ਜੇ ਬੋਲਕ ਬੋਲ ਬੋਲਦਾ ਤੇ ਅਜੇ ਹੀ ਸੜਦੇ ਬਲਦੇ ਸਰਾਪ ਦਿੰਦਾ ਕਿ ਸੁਣਨ ਵਾਲੇ ਕੰਨਾਂ ਚੂੰਗਲਾਂ ਦੇ ਲੈਂਦੇ ਤੁਹਾਡਾ ਕੱਖ ਨਾ ਰਹੀਂ ਕੰਜਰੋ ਤੁਹਾਡੇ ਮਰ ਜਾਣ ਬੱਚੇ ਕੁੜੀਆਂ ਹੋਵੋ ਰੋਟੀ ਪਚਦੀ ਨਹੀਂ ਤੁਹਾਨੂੰ ਲੁੱਟੇ ਪੁੱਟੇ ਜੇ ਬਗਲੀ ਫੜ ਕੇ ਮੰਗੋ ਬਜ਼ਾਰਾਂ ਚ ਤਾਂ ਮੈਨੂੰ ਠੰਡ ਪਏ ਤੁਸੀਂ ਤੁਸੀਂ ਸਭ ਪਵਾੜੇ ਦੀਆਂ ਜੜਾ ਉਹ ਹਰਾਮਜ਼ਾਦੀਓ ਤੁਹਾਡੇ ਸਿਰੋਂ ਲੜਾਈ ਹੁੰਦੀ ਆ ਕੁੱਤੀਆਂ ਕੰਜਰੀਆਂ ਜੂਠਾਂ ਕਿਸੇ ਥਾਂ ਦੀਆਂ ਉਹ ਮੁੰਡਿਆਂ ਦੇ ਨਾਲ ਨੂੰਹਾਂ ਤਿਆਂ ਨੂੰ ਵੀ ਸਾਵਾ ਪ੍ਰਸ਼ਾਦ ਦਿੰਦਾ ਪਰ ਹੁਣ ਉਹਨੂੰ ਵੀ ਗੋਲੀ ਲੱਗੀ ਸੀ ਤੇ ਉਹ ਆਪ ਹਸਪਤਾਲ ਸੀ ਸਰਵਣੂ ਦੇ ਕੋਲ ਸੀ ਕੇਵਲ ਉੰਜ ਮਰ ਗਿਆ ਸੀ ਪਿੱਛੇ ਘਰ ਵਿੱਚ ਸਭ ਤੋਂ ਵੱਡਾ ਫੌਜੀ ਤੇ ਸਭ ਤੋਂ ਛੋਟਾ ਬਿੱਟੂ ਸੰਨ ਪਰ ਹੋਣ ਦੀ ਥਾਂ ਇਹ ਲੜਨ ਝਗੜੰਦੀਆਂ ਕਈਆਂ ਆਵਾਜ਼ਾਂ ਸਨ ਉਹਨਾਂ ਕਰ ਝਗੜੇ ਹੁੰਦੇ ਰਹੇ ਸਨ ਅੰਡੂ ਗਵੰਡੂ ਲੋਕ ਵਿੱਚ ਪੈਕੇਜ ਛਡਾਉਂਦੇ ਤੇ ਉਹਨਾਂ ਨੂੰ ਚੁੱਪ ਕਰਾਉਂਦੇ ਰਹੇ ਸਨ ਇੰਜ ਮਚਦੀ ਅੱਗ ਸ਼ਾਂਤ ਹੋ ਜਾਂਦੀ ਸੀ ਧੂਆਂ ਦਾ ਧੁਖਦਾ ਹੀ ਰਹਿੰਦਾ ਪਰ ਉਤੋਂ ਉਤੋਂ ਦੇਸ਼ ਦੀ ਏਕਤਾ ਵਾਂਗ ਪਰਿਵਾਰ ਦੀ ਮੁਕੰਮਲ ਏਕਤਾ ਬਣਾ ਲੈਂਦੀ ਦੂਜੇ ਦਿਨ ਉਹਨਾਂ ਨੂੰ ਫੇਰ ਹੀ ਇਕੱਠਿਆਂ ਕੰਮ ਕਰਦੇ ਆਂ ਗੱਲਾਂ ਕਰਦੇ ਆਂ ਵੇਖ ਲੋਕ ਹੈਰਾਨ ਹੁੰਦੇ ਕਿਉਂਕਿ ਉਹਨਾਂ ਸੋਚਿਆ ਹੁੰਦਾ ਸੀ ਕਿ ਹੁਣ ਉਹ ਇਕੱਠੇ ਨਹੀਂ ਰਹਿੰਦੇ ਪਰ ਉਹ ਤਾਂ ਫੇਰ ਹੀ ਇਕੱਠੇ ਹੁੰਦੇ ਤੇ ਫੇਰ ਹੌਲੀ-ਹੌਲੀ ਲੋਕਾਂ ਨੇ ਹੈਰਾਨ ਹੋਣਾ ਛੱਡ ਦਿੱਤਾ ਲੋਕ ਸੋਚਦੇ ਸਾਰੇ ਘਰਾਂ ਵਿੱਚ ਇਹੋ ਕੁਝ ਤਾਂ ਹੋ ਰਿਹਾ ਸੀ ਇਹ ਵੱਖਰੀ ਗੱਲ ਸੀ ਕਿ ਉਹ ਬੋਲ ਪੈਂਦੇ ਸਨ ਤੇ ਕੁਝ ਦੂਜੇ ਟੱਕ ਕੇ ਰਿੰਨ ਲੈਂਦੇ ਸਨ ਪਰ ਕੇਵਲ ਦੀ ਮੌਤ ਤੋਂ ਸਿਰਫ 9ਵੇਂ ਦਿਨ ਪਿੱਛੋਂ ਹੀ ਇਹ ਰੌਲਾ ਤੇ ਲੜਾਈ ਝਗੜਾ ਲੋਕਾਂ ਨੂੰ ਉਪਰਾਂ ਤੇ ਅਜੀਬ ਲੱਗਾ ਉਹਨਾਂ ਨੂੰ ਤਾਂ ਜੇ ਕੇਵਲ ਦੀ ਮੌਤ ਨਹੀਂ ਸੀ ਭੁੱਲੀ ਉਸ ਦਿਨ ਅਚਨ ਚੇਤ ਪਲਾਂ ਛੇਨਾ ਵਿੱਚ ਸਭ ਕੁਝ ਵਾਪਰ ਗਿਆ ਸੀ ਸ਼ਾਮ ਦਾ ਕੁਸਮਸਾ ਜੇ ਪਸਰੇ ਹੀ ਸੀ ਤੇ ਕਿਸੇ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਕੁਸਮਸਾ ਇੱਕਦਮ ਕਾਲੀ ਬੋਲੀ ਰਾਤ ਵਾਂਗ ਸਾਰੇ ਪਿੰਡ ਤੇ ਪਸਰ ਜਾਏਗਾ ਜਾਂ ਇਹ ਕਾਲੀ ਬੋਲੀ ਰਾਤ ਕਿਸੇ ਪਰਿਵਾਰ ਜਾਂ ਵਿਸ਼ੇਸ਼ ਵਿਅਕਤੀਆਂ ਲਈ ਉਮਰਾਂ ਜਿੰਨੀ ਲੰਮੀ ਹੋ ਜਾਏਗੀ ਦੀਵਾਲੀ ਨੇੜੇ ਸੀ ਪਰ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਕਰਕੇ ਪਟਾਕੇ ਚਲਾਉਣ ਦੀ ਮਨਾਹੀ ਸੀ ਪਰ ਲੋਕਾਂ ਇਹੋ ਹੀ ਸਮਝਿਆ ਕਿ ਕਿਸੇ ਨੇ ਨਿੱਕੀ ਮੋਟੀ ਪਟਾਕੇ ਚਲਾਈ ਹੋਣਗੇ ਗੋਲੀ ਦੀ ਆਵਾਜ਼ ਤਾਂ ਲੱਗਦੀ ਨਹੀਂ ਸੀ ਪਰ ਇਹ ਗੋਲੀ ਦੀ ਹੀ ਆਵਾਜ਼ ਸੀ ਕਿਸੇ ਨੇ ਚੁਬਾਰੇ ਦੀ ਬਾਰੀ ਤੋਂ ਸਿਰ ਬਾਹਰ ਕੱਢ ਕੇ ਵੇਖਿਆ ਸ਼ਾਮ ਲਾਲ ਕਾਲੀ ਕਾਲੀ ਦੁਕਾਨ ਬੰਦ ਕਰ ਰਿਹਾ ਸੀ ਕੀ ਗੱਲ ਹੋਈ ਚੁਬਾਰੇ ਵਾਲੇ ਨੇ ਪੁੱਛਿਆ ਇਨੇ ਨੂੰ ਬਾਜ਼ਾਰ ਦੀ ਪਰਲੀ ਨੁਕਰੋਂ ਭੱਜਾ ਆਉਂਦਾ ਕੋਈ ਜਣਾ ਘਬਰਾਟ ਵਿੱਚ ਉੱਚੀ ਉੱਚੀ ਬੋਲਦਾ ਤੇ ਹੱਥ ਹਿਲਾਉਂਦਾ ਛਿਪਨ ਹੋ ਗਿਆ ਦੁਕਾਨਾਂ ਬੰਦ ਕਰ ਦਿਓ ਉਹਨਾਂ ਬੜਿਆਂ ਨੂੰ ਗੋਲੀਆਂ ਮਾਰੀਆਂ ਨੇ ਭੱਜ ਜਾਓ ਸਭ ਲੁਕ ਜਾਓ ਛੇਤੀ ਸ਼ਾਮ ਲਾਲ ਤੋਂ ਕੰਬ ਦੇ ਹੱਥਾਂ ਨਾਲ ਛੇਤੀ ਛੇਤੀ ਦੁਕਾਨ ਦਾ ਤਾਲਾ ਨਹੀਂ ਸੀ ਲੱਗ ਰਿਹਾ ਉਹ ਕੰਬ ਦੀ ਲੜਖੜਾਉਂਦੀ ਜ਼ਬਾਨ ਨਾਲ ਚੁਬਾਰੇ ਵਾਲੇ ਨੂੰ ਦੱਸ ਵੀ ਰਿਹਾ ਸੀ ਉਹ ਜੀ ਮੈਨੂੰ ਵੀ ਮਾਰਨ ਲੱਗੇ ਸਨ ਮੈਂ ਭੱਜ ਕੇ ਦੁਕਾਨ ਅੰਦਰ ਵੜ ਗਿਆ ਗੋਲੀਆਂ ਬੂਰੀਆਂ ਚ ਵੱਜੀਆਂ ਫਿਰ ਉਹ ਕੇਵਲ ਵੱਲ ਚਲੇ ਗਏ ਪਰ ਉਹ ਐਨੂੰ ਭੱਜ ਗਿਆ ਉਸ ਦੁਕਾਨ ਬੰਦ ਕਰਕੇ ਥੜੇ ਤੋਂ ਉੱਤਰਦਿਆਂ ਖੱਬੇ ਪਾਸੇ ਇਸ਼ਾਰਾ ਕਰਕੇ ਉਹ ਤਾਂ ਵੇਖਿਆ ਪਰ ਚੁਬਾਰੀ ਦੀ ਬਾਰੀ ਤੱਕ ਤਾਂ ਉਹ ਦੀ ਬੰਦ ਹੋ ਚੁੱਕੀ ਸੀ ਸਾਹਮਣੇ ਕੇਵਲ ਦੀ ਦੁਕਾਨ ਉੱਤੇ ਬਲਦ ਦੀ ਦੂਧੀਆਂ ਰੋਸ਼ਨੀ ਵਿੱਚ ਉਹਦਾ ਮਠਿਆਈ ਵਾਲਾ ਸ਼ੋਕੇਸ ਚਮਕ ਰਿਹਾ ਸੀ ਖੜੇ ਤੇ ਪਿਆਰ ਦਹੀਂ ਦਾ ਇੱਕ ਕੁੰਡਾ ਜੋ ਵਿਕ ਜਾਣ ਕਰਕੇ ਖਾਲੀ ਹੋ ਗਿਆ ਸੀ ਪੱਠੀਵਲ ਉਲਰਿਆ ਹੋਇਆ ਸੀ ਤੇ ਦੂਜਾ ਪੈਰ ਵੱਜਨ ਕਰਕੇ ਟੇਡਾ ਹੋ ਕੇ ਡੁੱਲ ਪਿਆ ਸੀ ਜਿਸ ਛੋਟੇ ਕੱਪ ਨਾਲ ਉਹ ਕੁੰਡੇ ਵਿੱਚੋਂ ਦਹੀਂ ਮਿਣਕੇ ਪਾਉਂਦਾ ਹੁੰਦਾ ਸੀ ਉਹ ਬਾਜ਼ਾਰ ਦੇ ਐਨ ਵਿੱਚਕਾਰ ਟੁੱਟਾ ਹੋਇਆ ਸੀ ਇਕਦਮੀ ਸਾਰੇ ਬਾਜ਼ਾਰ ਵਿੱਚ ਦਿਓ ਫਿਰ ਗਿਆ ਸਨਨਾਟਾ ਛਾ ਗਿਆ ਸੀ ਸੰਮੀ ਹੋਈ ਚੁੱਪ ਕੰਨਾਂ ਵਿੱਚ ਸਾਹ ਸਾਹ ਕਰ ਰਹੀ ਸੀ ਪਰ ਅੰਦਰੋਂ ਅੰਦਰੀ ਦੜ ਗਏ ਸਨ ਕੋਈ ਸਿਰ ਘਰ ਤੋਂ ਬਾਹਰ ਨਹੀਂ ਹੋ ਰਿਆ ਸੀ ਕਿਧਰੋਂ ਕੋਈ ਆਵਾਜ਼ ਨਹੀਂ ਸੀ ਆ ਰਹੀ ਜਿਵੇਂ ਸਭ ਨੂੰ ਸੱਪ ਸੁੰਘ ਗਿਆ ਸੀ ਤੇ ਫਿਰ ਜਿਵੇਂ ਕਿਸੇ ਨੇ ਸਵਿਚ ਆਨ ਕਰਕੇ ਚੁੱਪ ਨੂੰ ਤੋੜ ਦਿੱਤਾ ਹੋਵੇ ਇਕਦਮ ਚੀਖ ਚਿਹੜਾ ਤੇ ਕੁਰਲਾਟ ਮਚ ਗਈ ਕੇਵਲ ਦਾ ਵੱਡਾ ਭਰਾ ਸਰਵਨੂ ਉੱਚੀ ਉੱਚੀ ਪੁੱਬਾ ਮਾਰਨ ਲੱਗਾ ਉਹ ਸਾਡੇ ਭਰਾ ਨੂੰ ਮਾਰ ਗਏ ਉਹ ਲੋਕੋ ਸਾਡੇ ਕੇਵਲ ਨੂੰ ਆਪਣੀ ਦੁਕਾਨ ਤੋਂ 30 40 ਗੱਜ ਦੀ ਵਿੱਤ ਤੇ ਕੇਵਲ ਪਿੱਠ ਪਰਨੇ ਡਿੱਗਾ ਪਿਆ ਸੀ ਗੰਦੀ ਨਾਲੀ ਦੇ ਇੱਕ ਕੰਢੇ ਉਦਾ ਸਿਰ ਲੁੜਕਿਆ ਪਿਆ ਸੀ ਸਰਵਨ ਉਹਦੇ ਮੂੰਹ ਤੇ ਝੁਕਿਆ ਅਥਰੂ ਕੇਰ ਕੇ ਕੀਰਨੇ ਪਾਰਿਆ ਸੀ ਹੌਲੀ ਹੌਲੀ ਲੋਕ ਘਰਾਂ ਚੋਂ ਨਿਕਲਨੇ ਸ਼ੁਰੂ ਹੋਏ ਤੇ ਘਬrai ਹੋਏ ਕੇਵਲ ਦੀ লাশ ਕੋ ਲਾਉਣ ਲੱਗੇ ਜ਼ੁਲਮ ਹੋ ਗਿਆ ਕਰਦੇ ਇੱਕ ਪਲ ਖਲੋਣ ਤੋਂ ਬਾਅਦ ਫਿਰ ਕਾਲੀ ਕਾਲੀ ਘਰਾਂ ਨੂੰ ਮੁੜਨ ਲੱਗੇ ਬਾਜ਼ਾਰ ਵਿੱਚ ਕਈਆਂ ਦੇ ਗੋਲੀਆਂ ਲੱਗੀਆਂ ਸਨ ਕਿਸੇ ਨੇ ਆ ਕੇ ਦੱਸਿਆ ਸਰਵਣ ਹੋਰਾਂ ਦੇ ਪਿਓ ਰਾਮ ਲਾਲ ਨੂੰ ਵੀ ਮੁੱਢੇ ਤੋਂ ਦੇ ਥੋੜਾ ਹੀਠਾਂ ਕਰਕੇ ਗੋਲੀ ਵੱਜੀ ਸੀ ਲੋਕ ਆਪੋ ਆਪਣੇ ਜ਼ਖਮੀਆਂ ਨੂੰ ਚੁੱਕ ਕੇ ਹਸਪਤਾਲ ਲੈ ਜਾ ਰਹੇ ਸਨ ਕਿਸੇ ਨੇ ਆਖਿਆ ਸਰਵਣਾ ਇਹ ਤਾਂ ਪਾਣਾ ਵਾਪਰ ਗਿਆ ਤੁਸੀਂ ਰਾਮ ਲਾਲ ਨੂੰ ਬਚਾਓ ਤਕੜੇ ਹੋ ਕੇ ਉਹਨੂੰ ਸੰਭੋ ਗਲ ਠੀਕ ਸੀ ਹਾਈ ਮਾਰੇ ਗਏ ਹੋਏ ਸਾਡਾ ਕੱਖ ਨਹੀਂ ਰਿਹਾ ਕਰਦਾ ਸਰਵਨ ਕੇਵਲ ਨੂੰ ਉੱਥੇ ਛੱਡ ਪਿਓ ਵੱਲ ਭੱਜ ਉੱਠਿਆ ਇਹ ਸਭ ਪਲਕ ਚਪਕਦਿਆਂ ਬੀਤ ਗਿਆ ਸੀ ਲੋਕ ਫੇਰ ਅੰਦਰੋਂ ਅੰਦਰੀ ਜਾਵੜੇ ਸਨ ਜਿਵੇਂ ਉਹਨਾਂ ਨੂੰ ਅਜੇ ਵੀ ਡਰ ਸੀ ਕਿ ਹੁਣੇ ਗੋਲੀਆਂ ਚਲਾਉਣ ਵਾਲੇ ਕਿਤੇ ਇਧਰੋਂ ਫੇਰ ਨਾ ਨਿਕਲ ਪੈਣ ਕਿਸੇ ਘਰ ਵਿੱਚੋਂ ਚੀਸਾ ਲੈਣ ਦੀ ਆਵਾਜ਼ ਨਹੀਂ ਸੀ ਆ ਰਹੀ ਲਗਭਗ ਦੇ ਘੰਟੇ ਤੋਂ ਬਾਅਦ ਪੁਲਿਸ ਤੇ ਪਿੰਡੋਂ ਬਾਹਰ ਸੁਰੱਖਿਆ ਲਈ ਤਾਇਨਾਤ ਸੀਆਰਪੀਐਫ ਦੀ ਟੁਕੜੀ ਮੌਕੇ ਤੇ ਪਹੁੰਚ ਗਈ ਕੁਝ ਇੱਕ ਜਵਾਨ ਬਾਜ਼ਾਰ ਵਿੱਚ ਥੋੜੀ ਥੋੜੀ ਵਿੱਤ ਤੇ ਸਟੇਨ ਗੰਨਾ ਸੰਭਾਲ ਕੇ ਖੜੋ ਗਏ ਬਾਕੀ ਦੋਸ਼ੀਆਂ ਨੂੰ ਫੜਨ ਲਈ ਪਿੰਡ ਨੂੰ ਘੇਰਾ ਪਾਉਣ ਲਈ ਖਿਲਰ ਗਏ ਤੇ ਅਫਸਰ ਉਤਲੇ ਅਫਸਰਾਂ ਨੂੰ ਵਾਇਰਲੈਸ ਤੇ ਟੈਲੀਫੋਨ ਖੜਕਾਉਣ ਲੱਗੇ ਪਰ ਇਸ ਸਾਰੀ ਚੁਸਤੀ ਤੇ ਸਰਗਰਮੀ ਦਾ ਕੇਵਲ ਤੇ ਕੋਈ ਅਸਰ ਨਹੀਂ ਸੀ ਘੰਟਾ ਪਹਿਲਾਂ ਰੌਣਕ ਨਾਲ ਭਰਿਆ ਬਾਜ਼ਾਰ ਹੁਣ ਸੁੰਨ ਮਸਾਨ ਸੀ ਖਾਲੀ ਬਾਜ਼ਾਰ ਵਿੱਚ ਹੁਣ ਸਟੇਨ ਸਟੇਨਾ ਤੇ ਰਾਈਫਲਾਂ ਤਾਣੀ ਖਲੋਤੇ ਸਿਪਾਈ ਸਨ ਤੇ ਜਾਂ ਉਹਨਾਂ ਦੀ ਸੁਰੱਖਿਆ ਵਿੱਚ ਚੌਫਾਲ ਡੱਗਾ ਪਿਆ ਸੀ ਕੇਵਲ ਕੇਵਲ ਜਿਹੜਾ ਕੁਝ ਛਿਰ ਪਹਿਲਾਂ ਆਪਣੇ ਜਮਾਤੀ ਤਾਰੇ ਨੂੰ ਆਖਦਾ ਪਿਆ ਸੀ ਖਾਲਾ ਦਹੀਂ ਤਾਰਾ ਸਿਆਮਾਸਟਰਾ ਨਾਲ ਪੀਛਟ ਰੂੜੀ ਮਾਰਕਾ ਦੀ ਜੋੜ ਕੇ ਕਿਹੜਾ ਨਾਲ ਲੈ ਜਾਣਾ ਹਿੱਕ ਤੇ ਧਰ ਕੇ ਉਸੇ ਕੇਵਲ ਦੀ ਆਪਣੀ ਹਿੱਕ ਤੇ ਹੁਣ ਉਸ ਦੇ ਆਪਣੇ ਹੱਥ ਧਰੇ ਹੋਏ ਸਨ ਸ਼ਾਇਦ ਜ਼ਖਮਾਂ ਨੂੰ ਛਾਤੀ ਉੱਤੇ ਘੁੱਟਦਿਆਂ ਉਥੇ ਨਿਸਲ ਹੋ ਗਏ ਸਨ ਤੇ ਲਹੂ ਦੀਆਂ ਕਰਾਲਾਂ ਛਾਤੀ ਤੋਂ ਹੇਠਾਂ ਦੂਰ ਤੱਕ ਵਹਿ ਆਈਆਂ ਸਨ ਤਾਰੀ ਨੇ ਉਹਦੀ ਗੱਲ ਸੁਣੀ ਤਾਂ ਹੱਸ ਕੇ ਆਖਣ ਲੱਗਾ ਪੰਡਤਾ ਬੰਦਾ ਬਣ ਜਾ ਛੇੜਖਾਨੀਆਂ ਤੋਂ ਬਾਜ਼ ਆ ਜਾ ਕੇਵਲ ਨੇ ਜਾਣ ਬੁੱਝ ਕੇ ਨਹੀਂ ਸਿੱਖਿਆ ਪਰ ਉਹਦੀ ਜੋੜ ਕੇ ਲੈ ਜਾਣ ਵਾਲੀ ਗੱਲ ਤਾਰੇ ਦੇ ਮੱਥੇ ਵਿੱਚ ਫਟਾ ਕਰਦੀ ਵਜ੍ਹੀ ਸੀ ਉਹ ਜੇ ਹੁਣੇ ਵਸੀਕਾ ਨਵੀਸ ਕੋਲ ਆਪਣੀ ਦੋ ਕਿੱਲੇ ਜ਼ਮੀਨ ਹਰਿੰਦਰਪਾਲ ਕੋਲ ਗੈਣੇ ਲਿਖਵਾ ਕੇ ਆਇਆ ਸੀ ਹਰਿੰਦਰਪਾਲ ਤੇ ਨੰਬਰਦਾਰ ਸੁਦਾਗਰ ਸਿੰਘ ਅਜੇ ਵਸੀਕੇ ਦੀ ਦੁਕਾਨ ਵਿੱਚ ਹੀ ਉਹਦੇ ਨਾਲ ਲੈਣ ਦੇਣ ਕਰ ਰਹੇ ਸਨ ਕਿ ਉਹ ਅੱਗੇ ਨਿਕਲ ਆਇਆ ਸੀ ਕੇਵਲ ਉਹਨੂੰ ਬਾਜ਼ਾਰ ਵਿੱਚ ਖਲੋਤਾ ਵੇਖ ਕੇ ਕਹਿਣ ਲੱਗਾ ਮਰੇ ਖਲੋਤਾ ਕਿਉਂ ਆ ਜਾ ਚੜਾ ਤਾ ਇਨੇ ਚਿਰ ਨੂੰ ਹਰਿੰਦਰਪਾਲ ਤੇ ਨੰਬਰਦਾਰ ਵੀ ਕੋਲ ਆ ਗਏ ਆ ਵੇਖ ਲੈ ਹੁਣੇ ਇੱਲਤਾਂ ਕਰਦਾ ਈ ਇਹਨੂੰ ਜਾਣ ਨਹੀਂ ਉਹ ਲੁੜਿੰਦੀ ਤਾਰੇ ਨੇ ਆਪਣੇ ਤੇ ਕੇਵਲ ਦੇ ਸਾਂਝੇ ਜਮਾਤੀ ਹਰਿੰਦਰਪਾਲ ਨੂੰ ਕਿਹਾ ਤੇ ਫਿਰ ਕੇਵਲ ਵੱਲ ਮੁਹ ਕਰ ਲਿਆ ਪੁੱਤ ਦਿਨ ਵੇਖ ਉਤੋਂ ਕਿਹੜੇ ਜਾਂਦੇ ਆ ਕੇਵਲ ਨੇ ਦਹੀਂ ਦਾ ਕੱਪ ਮਿਣ ਕੇ ਗਾਹਕ ਦੇ ਭਾਂਡੇ ਵਿੱਚ ਪਾਇਆ ਪੈਸੇ ਫੜ ਕੇ ਪਕੌੜੀਆਂ ਵਾਲੀ ਥਾਲ ਵਿੱਚ ਰੱਖੇ ਤੇ ਪਰਨੇ ਨਾਲ ਹੱਥ ਪੁੰਝਦਾ ਬੋਲਿਆ ਹਰਿੰਦਰ ਸਿੰਘ ਵੇਖ ਲੈ ਲੰਗੋਟਿਆ ਸਾਨੂੰ ਤਾਂ ਦਾ ਹੀ ਬੰਦਾ ਬਣ ਪਰ ਆਪ ਸਿੱਖ ਬਣਿਆ ਪਿਆ। ਕੇਵਲ ਦਾ ਇਸ਼ਾਰਾ ਤਾਰੇ ਦੀ ਖੁੱਲੀ ਦਾੜੀ ਤੇ ਨੀਲੀ ਪੱਗ ਵੱਲ ਸੀ। ਉਹਦੇ ਗਾਤਰੇ ਕਿਰਪਾਨ ਲਟਕ ਰਹੀ ਸੀ। ਸਾਡਾ ਬਾਬਾ ਕਾਲੀ ਪਿਓ ਕਾਲੀ ਅਸੀਂ ਕੋਈ ਵੱਖਰਾ ਮਰਲ ਛਕਿਆ। ਤਾਰੇ ਨੇ ਅਜੇ ਗੱਲ ਵੀ ਨਹੀਂ ਸੀ ਮੁਕਾਈ ਕਿ ਹਰਿੰਦਰਪਾਲ ਬੋਲ ਪਿਆ। ਕੇਵਲ ਸ਼ਾ ਇਹ ਤਾਂ ਭਈ ਸਮੇਂ ਦੀ ਲੋੜ ਆ। ਇਹਦੇ ਬਿਨਾ ਗੁਜ਼ਾਰਾ ਨਹੀਂ। ਉਨੇ ਆਪਣੀ ਕੇਸਰੀ ਦਸਤਾਰ ਠੀਕ ਕੀਤੀ ਤੇ ਫਿਰ ਕੱਕੀ ਬੁਰੀ ਖੁੱਲੀ ਦਾੜ੍ਹੀ ਵਿੱਚ ਉਂਗਲਾਂ ਫੇਰਨ ਲੱਗਾ। ਭਾਵੇਂ ਉਹਦਾ ਪਿਓ ਤੇ ਦਾਦਾ ਅਕਾਲੀ ਨਹੀਂ ਸਨ। ਉਹਦਾ ਪਿਓ ਪਿੰਡ ਦਾ ਸਰਪੰਚ ਸੀ। ਉਹ ਕਈ ਵਾਰ ਅਕਾਲੀ ਤੇ ਕਈ ਵਾਰ ਕਾਂਗਰਸੀ ਬਣਿਆ ਸੀ। ਪਰ ਹਰਿੰਦਰਪਾਲ ਮੁਸਕਰਾਉਂਦਾ ਹੋਇਆ ਕਹਿ ਰਿਹਾ ਸੀ। ਕੌਮ ਹੁਣ ਫੈਸਲਾ ਖੁਨ ਮੋੜ ਤੇ ਖੜੀ ਆ ਤੇ ਕੇਵਲ ਨੇ ਉਹਦੀ ਗੱਲ ਵਿੱਚ ਹੀ ਟੋਕ ਦਿੱਤੀ। ਫਿਰ ਹੁਣ ਤੁਸੀਂ ਮੇਰੇ ਦੋਵੇਂ ਜਮਾਤੀ ਬਾਜ਼ਾਰ ਦੇ ਉਸ ਮੋੜ ਤੇ ਖੜੋਤੇ ਹੋ ਜਿੱਥੇ ਸ਼ਾਹ ਦੀ ਦੁਕਾਨ ਹੈ ਤੇ ਮੈਂ ਚਾਹ ਪੀਤੇ ਬਿਨਾਂ ਤੁਹਾਨੂੰ ਜਾਣ ਨਹੀਂ ਦੇਣਾ ਕੋਈ ਹੋਰ ਪੀਣ ਪਿਉਣ ਦੀ ਗੱਲ ਕਰ ਕੇਬਲਾ ਆਹ ਵੇਲਾ ਚਾਹ ਪੀਣ ਦਾ ਨੰਬਰਦਾਰ ਨੇ ਝੋਟ ਮਾਰੀ ਉਹ ਕਹਿਣ ਨੂੰ ਹੀ ਕਹਿ ਰਿਹਾ ਸੀ ਹੁਣ ਗਵਾਹੀ ਪਾਉਣ ਕਰਕੇ ਹਰਿੰਦਰ ਪਾਲ ਵੱਲੋਂ ਦੀ ਖਰੀ ਸੀ ਇੰਨੇ ਨੂੰ ਪਿਛਲੇ ਪਾਸਿਓਂ ਕੇਵਲ ਦਾ ਵੱਡਾ ਭਰਾ ਸਰਵਣ ਨਿਕਲ ਆਇਆ ਉਹ ਆਸਰਦਾਰ ਹਰਿੰਦਰ ਸਿੰਘ ਮੈਂ ਪਿਆਉਣਾ ਤੁਹਾਨੂੰ ਹਰਿੰਦਰ ਭਾਵੇਂ ਜਮਾਤੀ ਤਾਂ ਕੇਵਲ ਦਾ ਸੀ ਪਰ ਸਰਵਣ ਦੀ ਅੜਤ ਤੇ ਮਾਲ ਸੁਟਣ ਕਰਕੇ ਉਹਦੀ ਉਹਦੇ ਨਾਲ ਵਧੇਰੇ ਬਣਦੀ ਸੀ ਉਹਨੇ ਸਰਵਣ ਨਾਲ ਤੁਰਦਿਆਂ ਤਾਰੇ ਨੂੰ ਸੁਲਾ ਮਾਰੀ ਫਰੋ ਦੇ ਕੁਲ ਜ਼ਮੀਨ ਗਹਿਣੇ ਪਾ ਕੇ ਅੱਜ ਸ਼ਰਾਬ ਪੀ ਕੇ ਘਰ ਜਾਣ ਨੂੰ ਜੀ ਨਹੀਂ ਸੀ ਕਰਦਾ ਉਸ ਨਾ ਕਰ ਦਿੱਤੀ ਅੱਜ ਕੇਵਲ ਸ਼ਾ ਨਾਲ ਹੀ ਘੜੀ ਗੱਪ ਛਪ ਮਾਰਦੇ ਆਂ ਉਹ ਖੇੜਾ ਛਡਾਉਣਾ ਚਾਹ ਰਿਹਾ ਸੀ ਸਰਵਣ ਤੇ ਹਰਿੰਦਰਪਾਲ ਹੋਰਾਂ ਦੇ ਤੁਰ ਜਾਣ ਤੋਂ ਪਿੱਛੋਂ ਕੇਵਲ ਗੱਦੀ ਤੋਂ ਉੱਠਿਆ ਤੇ ਬਾਹੋਂ ਫੜ ਕੇ ਤਾਰੇ ਨੂੰ ਬਧੋ ਬਦੀ ਬੈਂਚ ਤੇ ਬਿਠਾ ਦਿੱਤਾ ਉਹ ਇੱਕੋ ਜਏ ਨੇ ਜਾਣਦੇ ਉਹਨਾਂ ਨੂੰ ਆ ਆਪਾਂ ਦੋਵੇਂ ਇੱਕੋ ਜੇ ਘੜੀ ਬੈਨਿਆਂ ਦਿਲ ਫੁੱਲਦੇ ਆ ਕੇਵਲ ਪਲੇਟ 'ਚ ਭੱਲਿਆਂ ਵਾਲਾ ਦਹੀਂ ਪਾਉਣ ਲੱਗਾ ਲੈ ਦਹੀਂ ਖਾ ਚਾਹ ਵੀ ਬਣਾਉਣਾ ਨਹੀਂ ਨਹੀਂ ਚਾਹ ਦੀ ਲੋੜ ਨਹੀਂ ਤਾਰੇ ਨੇ ਪਲੇਟ ਫੜਦਿਆਂ ਆਖਿਆ ਤਾਰੇ ਨੂੰ ਕੇਵਲ ਦੀ ਸਿੱਖ ਆਖਣ ਵਾਲੀ ਗੱਲ ਅਜੇ ਭੁੱਲੀ ਨਹੀਂ ਸੀ ਸਿੱਖ ਤੁਹਾਨੂੰ ਮੁੱਢਲਾ ਤੋਂ ਬਚਾਉਂਦੇ ਆਏ ਆ ਬੱਚੂ ਤੇ ਮਾਰਦੇ ਕੌਣ ਨੇ ਫੇਰ ਅੱਜਕੱਲ ਕੇਵਲ ਹੱਸਿਆ ਤਾਰੇ ਨੂੰ ਇੱਕਦਮ ਕੋਈ ਟੁਕਮਾਂ ਜਵਾਬ ਨਾ ਆਉੜਿਆ ਮੀਟਿੰਗਾਂ ਤੇ ਪੰਡਤੋ ਤੁਸੀਂ ਵੀ ਬੜੀਆਂ ਕਰਦੇ ਜੀ ਮੈਂ ਸੁਣਿਆ ਉਹ ਫਿੱਕਾ ਜਿਹਾ ਹੱਸਿਆ ਭਰਾਵਾ ਹੁਣ ਤੁਹਾਤੋਂ ਬਚਣ ਲਈ ਮੀਟਿੰਗਾਂ ਵੀ ਨਾ ਕਰੀਏ ਸਾਨੂੰ ਤਾਂ ਭੇਡ ਦੇ ਲੇਲੇ ਵਾਂਗ ਆਪਣੀ ਜਾਨ ਦੀ ਪਈ ਰਹਿੰਦੀ ਆ ਚੱਤੋ ਪੈਰ ਸਾਮਣੀ ਦੁਕਾਨ ਵਾਲਾ ਸ਼ਾਮ ਲਾਲ ਜੋ ਉਹਨਾਂ ਦੀ ਗੱਲ ਸੁਣ ਰਿਹਾ ਸੀ ਬੋਲਿਆ ਸ਼ਾ ਆਹ ਗੱਲ ਨਹੀਂ ਫੱਬਦੀ ਤੇਰੇ ਮੂੰਹ ਸਾਥੋਂ ਬਚਣ ਵਾਲੀ ਤਾਰੇ ਨਹੀਂ ਕਿਹਾ ਉਹ ਆਪਣੇ ਪਿੰਡ ਨਹੀਂ ਇਹੋ ਜੀ ਗੱਲ ਹੁੰਦੀ ਮਹਾਰਾਜ ਦੀ ਦਇਆ ਇੱਥੇ ਉਹਦੀ ਮਾਨ ਵਿੱਚ ਇੱਕ ਫੁੱਲ ਗਈ ਨਾਲੇ ਸਾਡੇ ਹੁੰਦਿਆਂ ਕੀ ਖਤਰਾ ਤੁਹਾਨੂੰ ਤੇ ਫਿਰ ਉਹਨੇ ਕੇਵਲ ਵੱਲ ਮੂੰਹ ਕੀਤਾ ਅਸੀਂ ਤਾਂ ਵੇਖਲਾ ਨਿੱਕੇ ਹੁੰਦਿਆਂ ਤੋਂ ਤੇਰੀ ਰਾਖੀ ਕਰਦੇ ਰਹੇ ਹਾਂ ਉਹ ਸਾਗ ਵਾਲੀ ਗੱਲ ਚੇਤੇ ਮਾਸਟਰ ਸ਼ਾਮ ਸੁੰਦਰਾਲੀ ਤੇ ਉਹ ਦੋਵੇਂ ਹੱਥ ਤੇ ਹੱਥ ਮਾਰ ਕੇ ਹੱਸੇ ਇਹ ਹਾਸਾ ਦੂਰ ਰਹਿ ਗਏ ਹਨੇਰੇ ਬਚਪਨ ਤੱਕ ਚਮਕ ਉੱਠਿਆ ਤਾਰੇ ਉਰੀ ਹੁਣ ਮਕਾਨ ਪਾ ਕੇ ਬਾਹਰ ਫਿਰਨੀ ਤੇ ਚਲੇ ਗਏ ਸਨ ਕਿਸੇ ਕਮ ਤੰਦੇ ਹੀ ਪਿੰਡ ਦੇ ਇਸ ਨਿੱਕੇ ਜੇ ਬਾਜ਼ਾਰ ਵਿੱਚ ਢੇੜਾ ਵੱਜਦਾ ਸੀ ਪਰ ਛੋਟੇ ਹੁੰਦਿਆਂ ਕੇਵਲ ਕੇ ਪਿਛਵਾੜੇ ਹੀ ਤਾਰੇ ਉਰਾਂ ਦਾ ਘਰ ਹੁੰਦਾ ਸੀ ਉਹ ਇਕੱਠੇ ਖੇਡੇ ਤੇ ਪਿੰਡ ਦੇ ਹਾਈ ਸਕੂਲ ਵਿੱਚ ਇਕੱਠੇ ਹੀ ਪੜਦੇ ਰਹੇ ਸਨ ਇੱਕ ਦੂਜੇ ਦੇ ਪੱਕੇ ਜੁੱਟ ਕਿਸੇ ਇੱਕ ਨੂੰ ਜੇ ਮਾਸਟਰ ਨੇ ਕੰਮ ਭੇਜਣਾ ਹੁੰਦਾ ਤਾਂ ਦੂਜਾ ਪਹਿਲਾਂ ਹੀ ਨਾਲ ਜਾਣ ਨੂੰ ਤਿਆਰ ਹੁੰਦਾ ਉਹਨਾਂ ਦਾ ਪ੍ਰਾਇਮਰੀ ਦਾ ਮਾਸਟਰ ਸ਼ਾਮ ਸੁੰਦਰ ਉਹਨਾਂ ਨੂੰ ਕਿਤੇ ਨਾ ਕਿਤੇ ਤੋਰੀ ਰੱਖਦਾ ਸੀ ਕਦੀ ਸੈਂਟਰ ਸਕੂਲ ਬਰੁੱਕਾ ਦੇ ਕੇ ਕਦੀ ਸਾਗ ਤੇ ਕਦੀ ਗੰਨੇ ਲੈਣ ਇੱਕ ਵਾਰ ਸਾਗ ਲੈਣ ਗਏ ਕੇਵਲ ਤੇ ਤਾਰੇ ਨੇ ਜਦੋਂ ਤਾਰੇ ਕਿਆਂ ਪੈਲੀਆਂ ਚੋਂ ਸਰੂਆਂ ਦੀਆਂ ਮੁੱਟੀਆਂ-ਮੁੱਟੀਆਂ ਗੰਦਲਾਂ ਤੋੜ ਕੇ ਪਰਨੇ ਤੇ ਰੱਖੀਆਂ ਤਾਂ ਕੇਵਲ ਨੂੰ ਪਤਾ ਨਹੀਂ ਸੀ ਕੀ ਸ਼ਰਾਰਤ ਸੁਜੀ ਉਹਨੇ ਸਾਗ ਉੱਤੇ ਮੂਤ ਦਿੱਤਾ ਐਵੇਂ ਰੋਜ਼ ਤੰਗ ਕਰ ਮਰਦਾ ਕਦੀ ਆ ਲੈ ਉਹ ਕਦੀ ਉਹ ਆ ਲੈ ਤੂੰ ਵੀ ਖਾ ਸਾਗ ਮਿੱਠਾ ਮਿੱਠਾ ਨਮਕੀਨ ਨਮਕੀਨ ਅਗਲੇ ਦਿਨ ਮਾਸਟਰ ਸ਼ਾਮ ਸੁੰਦਰ ਤਾਰੇ ਨੂੰ ਪੁੱਛ ਰਿਹਾ ਸੀ ਤਾਰਿਆ ਸਰੋਂ ਕੌੜੀ ਬੜੀ ਆ ਓਏ ਤੁਹਾਡੀ ਸਾਗ ਕਸੈਲਾ ਬਣਿਆ ਤਾਰਾ ਮੁਸਕੜੀਆਂ ਹੱਸ ਰਿਹਾ ਸੀ ਮਾਸਟਰ ਨੂੰ ਸ਼ੱਕ ਪੈ ਗਿਆ ਉਹਨੇ ਕਾਰਨ ਪੁੱਛਿਆ ਉਤੇ ਕੇਵਲ ਡਟੇਰੇ ਪਰ ਉਨ੍ਹਾਂ ਕੋਲੋਂ ਪਹਿਲਾ ਮੁੰਡਿਆਂ ਕੋਲ ਗੱਲ ਨਿਕਲ ਚੁੱਕੀ ਸੀ ਪਿਸ਼ਾਬ ਕਰਨ ਵਾਲਾ ਤਾਂ ਕੇਵਲ ਸੀ ਪਰ ਨਾਂ ਤਾਰੇ ਦਾ ਲੱਗਿਆ ਸੀ ਤੇ ਮਾਸਟਰ ਤਾਰੇ ਤੇ ਵਰ ਪਿਆ ਸੀ ਤਾਰੇ ਨੂੰ ਕੰਨ ਫੜਾ ਕੇ ਉਹਦੀ ਪਿੱਠ ਤੇ ਇੰਨੇ ਬੈਂਤ ਮਾਰੇ ਸਨ ਇੰਨੇ ਬੈਂਤ ਮਾਰੇ ਸਨ ਕਈ ਦਿਨ ਤਾਰਾ ਤੱਪੜ ਤੇ ਚੌਂਕੜੀ ਮਾਰ ਕੇ ਨਹੀਂ ਸੀ ਬੈਠ ਸਕਿਆ ਕਈ ਰਾਤਾਂ ਮੰਜੇ ਤੇ ਸੌ ਨਹੀਂ ਸੀ ਸਕਿਆ ਪਰ ਉਹਨੇ ਕੇਵਲ ਦਾ ਨਾਂ ਨਹੀਂ ਸੀ ਲਿਆ ਆਪ ਮਾਰ ਖਾ ਲਈ ਸੀ ਪਰ ਯਾਰ ਨੂੰ ਬਚਾ ਲਿਆ ਤਾਰਿਆ ਉਹ ਗੱਲਾਂ ਰਹਿ ਨਹੀਂ ਗਈਆਂ ਲੋਕਾਂ 'ਚ ਹੁਣ ਉਹ ਮੋਹ ਪਿਆਰ ਪਤਾ ਨਹੀਂ ਕਿੱਧਰ ਚਲਾ ਗਿਆ ਕੇਵਲ ਦੇ ਬੋਲ ਉਦਾਸੀ 'ਚ ਭਿੱਜੇ ਸਨ ਲਾਗਲੀ ਦੁਕਾਨ ਵਾਲੇ ਧੰਨਾ ਸਿੰਘ ਦਰਜੀ ਨੇ ਮਸ਼ੀਨ ਤੋਂ ਪੈਰ ਰੋਕ ਲਏ ਉਹਨੂੰ ਵੀ ਆਪਣੇ ਬਚਪਨ ਦੇ ਦਿਨ ਯਾਦ ਹੋ ਆਏ ਸਨ ਉਹ ਪਹਿਲਾਂ ਵੀ ਮੋਹ ਪਿਆਰ ਹੈਗਾ ਸੀ ਤੇ ਨਹੀਂ ਵੀ ਅੱਜ ਜਦੋਂ ਪਾਕਿਸਤਾਨ ਬਣਿਆ ਪਹਿਲਾਂ ਇੱਥੇ ਸਾਰੇ ਭਰਾਵਾਂ ਵਾਂਗ ਹੀ ਰਹਿੰਦੇ ਸੀ ਫਿਰ ਪਾਗਲਪਨ ਦੇ ਦੌਰੇ 'ਚ ਸਭ ਨੂੰ ਸਭ ਕੁਝ ਭੁੱਲ ਗਿਆ ਸੀ। ਅਗਲਿਆਂ ਚੁਣ-ਚੁਣ ਕੇ ਲੱਭ-ਲੱਭ ਕੇ ਇੱਕ ਦੂਜੇ ਨੂੰ ਵੱਢਿਆ। ਬਸ ਆਖੋ ਸਤਿਗੁਰੂ ਸਮੱਤ ਬਖਸ਼ੇ ਸਭ ਨੂੰ। ਉਹਨੇ ਆਪਣੀਆਂ ਨਜ਼ਰ ਦੀਆਂ ਅੱਖਾਂ ਠੀਕ ਕੀਤੀਆਂ। ਮਸ਼ੀਨ ਦੀ ਸੂਈ ਹੀਠਾਂ ਕੱਪੜਾ ਠੀਕ ਕੀਤਾ ਤੇ ਮਸ਼ੀਨ ਦੱਬ ਦਿੱਤੀ। ਤਾਰਾ ਦਹੀਂ ਵਾਲੀ ਪਲੇਟ ਵੇਲੀ ਕਰਕੇ ਚਮਚੇ ਸਮੇਤ ਪੁੰਜੇ ਰੱਖ ਰਿਆ ਸੀ ਕਿ ਕੋਲ ਆਖੜੋਤਾ ਆਈਐਨਏ ਦਾ ਬੁੰਡਾ ਫੌਜੀ ਲਖਮੀਰ ਸਿੰਘ ਬੋਲ ਪਿਆ ਕੇਵਲ ਪੁੱਤਰਾ ਗੱਲ ਤੇਰੀ ਠੀਕ ਆ ਉਹ ਮੋਹ ਪਿਆਰ ਮੈਂ ਆ ਨਾ ਉਹ ਗੱਲਾਂ ਰਹੀ ਨਹੀਂ ਗਈਆਂ ਸਾਡੇ ਆਈਐਨਏ ਵਾਲਿਆਂ ਚ ਸਭ ਧਰਮਾਂ ਦੇ ਲੋਕ ਇਕੱਠੇ ਸੀ ਕੀ ਨਾਂ ਲਈਦਾ ਇੱਕੋ ਥਾਂ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਨੇ ਖਾਣਾ ਝਟਕਾ ਹਲਾਲ ਸਭ ਮਾਫ ਉਹ ਕੀ ਨਾਂ ਲਈਦਾ ਸਾਡਾ ਨਾਰਾ ਹੁੰਦਾ ਜੈ ਹਿੰਦ ਜਿੱਥੇ ਦੇਸ਼ ਦਾ ਸਵਾਲ ਹੋਵੇ ਕੀ ਨਾ ਲਈਦਾ ਉਥੇ ਧਰਮ ਦਾ ਸਵਾਲ ਨਹੀਂ ਚਾਹੀਦਾ ਉਹ ਜੇਬ ਚੋਂ ਪਾਨ ਕੱਢ ਕੇ ਗਿਣਨ ਲੱਗਾ ਤੇ ਕੱਚ ਦਾ ਗਲਾਸ ਕੇਵਲ ਵੱਲ ਵਧਾ ਕੇ ਕਿਹਾ ਪਾਈ ਪੁੱਤਰਾ 12 ਅੰਨਿਆਂ ਦੀਆਂ ਕੀ ਨਾ ਲਈਦਾ ਪਕੌੜੀਆਂ ਇਹਦੇ ਵਿੱਚ ਸਾਹਮਣੀ ਦੁਕਾਨ ਵਾਲਾ ਸ਼ਾਮਲਾਲ ਪੁੱਛਣ ਲੱਗਾ ਹੌਲਦਾਰਾ ਫਿਰ ਇਹ ਹੋ ਕੀ ਰਿਹਾ ਸਭ ਕੁਝ ਪਹਿਲਾਂ ਪਾਕਿਸਤਾਨ ਹੁਣ ਖਾਲਿਸਤਾਨ ਹੋਣਾ ਕੀ ਆ ਇੱਕ ਤਾਂ ਕੀ ਨਾ ਲੈਂਦਾ ਗੱਦੀ ਦੇ ਬਖੇੜੇ ਬਸ ਸਾਰੇ ਉਹਨੇ ਗਲਾਸੀ ਫੜੀ ਦੂਜਾ ਪੈਸੇ ਦੇ ਸਿਆਪੇ ਨੇ ਸਭ ਹਰ ਕੋਈ ਆਂਦਾ ਮੈਂ ਕੀ ਨਾ ਲੈਂਦਾ ਗੜਫੂ ਕਰ ਲਾ ਤਗੜਾ ਬੰਦਾ ਆਂਦਾ ਮੈਂ ਮਾੜੀ ਨੂੰ ਛੱਕ ਜਾ ਇੰਜ ਤਗੜੀ ਕੌਮ ਆਂਦੀ ਆ ਮੈਂ ਮਾੜੀ ਨੂੰ ਚੁੱਪ ਜਾ ਬਸ ਕੀ ਨਾ ਲੈਂਦਾ ਇਹ ਲੜਾਈ ਉਹ ਸਾਰੀ ਫੌਜੀ ਬਜ਼ੁਰਗ ਤੁਰਨ ਲੱਗਾ ਤਾਂ ਤਾਰੇ ਨੇ ਆਖਿਆ ਹੌਲਦਾਰਾ ਕੌਮ ਤਾਂ ਫਿਰ ਕੇਵਲ ਕੀ ਤਕੜੀ ਆ ਨਾ ਇਹਨਾਂ ਨੂੰ ਭੁਜਾਣਾ ਪੈਣਾ ਇੱਥੋਂ ਲੁੱਟ-ਲੁੱਟ ਖਾ ਗਏ ਨੇ ਉਹ ਹੱਸ ਵੀ ਰਿਹਾ ਸੀ ਤੇ ਉਹਨੂੰ ਲੱਗਦਾ ਸੀ ਉਹ ਸੱਚ ਵੀ ਕਹਿ ਰਿਹਾ ਹੈ ਕੇਵਲ ਚਿੱਥਾ ਜਿਹਾ ਪੈ ਗਿਆ ਉਹਦੇ ਹਿਰਖੇ ਜੇ ਬੋਲ ਸੰ ਅੱਛਾ ਭਰਾਵਾ ਕੱਢ ਲਾ ਸਾਨੂੰ ਬਾਹਰ ਮੈਂ ਅੰਗਰੇਜ਼ ਜੁਆ ਜਿਹੜਾ ਲੁੱਟ-ਲੁੱਟ ਖਾ ਗਿਆ ਤੈਨੂੰ ਧੰਨਾ ਸਿੰਘ ਦਰਜੀ ਨੇ ਫਿਰ ਮਸ਼ੀਨ ਰੋਕੀ ਉਹ ਕਦੀ ਕਾਮਰੇਡਾਂ ਦੇ ਜਲਸੇ ਡਰਾਮਿਆਂ ਲਈ ਕਾਮਰੇਡ ਤੇਜਾ ਸਿੰਘ ਨਾਲ ਰਲ ਕੇ ਪਿੰਡ ਚੋਗਰਾਹੀ ਇਕੱਠੀ ਕਰਦਾ ਹੁੰਦਾ ਸੀ ਉਸ ਤੋਂ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨ ਤੋਂ ਰਿਆ ਨਾ ਗਿਆ ਬਈ ਲੜਾਈ ਧਰਮਾਂ ਤੇ ਕੌਮਾਂ ਦੀ ਨਹੀਂ ਜਾਤਾਂ ਦੀ ਨਹੀਂ ਜਮਾਤਾਂ ਦੀ ਆ ਆਪਣਾ ਕਾਮਰੇਡ ਆਂਦਾ ਹੁੰਦਾ ਆਪਣਾ ਕਾਮਰੇਡ ਆਂਦਾ ਹੁੰਦਾ ਲਖਮੀਰ ਸਿੰਘ ਫਾਜੀ ਜਾਂਦਾ ਜਾਂਦਾ ਰੁਕ ਗਿਆ ਉਸ ਤਾਂ ਨਾ ਸਿੰਘ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਸਗੋਂ ਕੇਵਲ ਵੱਲ ਮੂੰਹ ਕਰਕੇ ਕਹਿਣ ਲੱਗਾ ਦੇਸ਼ ਵਿੱਚ ਉਹਦਰ ਤੇ ਪੈਸੇ ਦੀਆਂ ਲੜਾਈਆਂ ਨੇ ਤੇ ਕੀ ਨਾ ਲਈਦਾ ਘਰਾਂ 'ਚ ਵੀ ਇਹੋ ਲੜਾਈਆਂ ਕੀ ਨਾ ਲਈਦਾ ਤੂੰ ਆਪਣੇ ਘਰਵਾਲੀ ਵੇਖ ਖਾਂ ਜ਼ਰਾ ਉਹ ਕੇਵਲ ਨੂੰ ਰਮਜ਼ ਨਾਲ ਗੱਲ ਸਮਝਾ ਕੇ ਫੇਰ ਪਿੱਛੇ ਮੁੜਿਆ ਤਾਂ ਕੇਵਲ ਦੀ ਦੁਕਾਨ ਅੱਗੇ ਅਕਸਰ ਬੈਠੇ ਰਹਿਣ ਵਾਲੇ ਕਾਲੇ ਜੱਤਲ ਕੁੱਤੇ ਦੀ ਪੂਛ ਤੇ ਉਹਦਾ ਪੈਰ ਆ ਗਿਆ ਕੁੱਤਾ ਚੌਂ ਚੌਂ ਕਰਕੇ ਉਛਲਿਆ ਤੇ ਫੇਰ ਪੂਛ ਦਬਾ ਕੇ ਪਾਸੇ ਨੂੰ ਤੁਰ ਗਿਆ ਤੇ ਕੇਵਲ ਨੇ ਜਦੋਂ ਸੱਚੀ ਆਪਣੇ ਆਪਣੇ ਘਰ ਵੱਲ ਵੇਖਿਆ ਤਾਂ ਸੁਭਾਵਕ ਹੀ ਉਹਦੇ ਮੂੰਹ ਨਿਕਲ ਗਿਆ ਲੈ ਤਾਇਆ ਹੌਲਦਾਰਾ ਤੂੰ ਤਾਂ ਹੁਣ ਡੂਡ ਕੁਇੰਟਲ ਦੀ ਗੱਲ ਕਰ ਗਿਆ ਨਹੀਂ ਰੀਸਾਂ ਤੇਰੀਆਂ ਹੁਣ ਤਾਂ ਉਹ ਅੱਡ ਬਾਹਰ ਸੀ ਭਰਾਵਾਂ ਤੇ ਪਿਓ ਨਾਲ ਉਹਦਾ ਕੋਈ ਵਾਸਤਾ ਨਹੀਂ ਸੀ ਜਦੋਂ ਉਹ ਅੱਡ ਹੋਇਆ ਸੀ ਤਾਂ ਫੌਜੀ ਤੋਂ ਛੋਟੇ ਸਰਵਣ ਨੇ ਅਖਬਾਰੀ ਲਫਾਜ਼ੀ ਦੀ ਮਦਦ ਲੈਂਦੇ ਆ ਕਿਸੇ ਪੁੱਛਣ ਵਾਲੇ ਨੂੰ ਹੱਸਦਿਆਂ ਹੋਿਆਂ ਕਿਹਾ ਸੀ ਉਹ ਅਤਵਾਦੀ ਤੇ ਵੱਖਵਾਦੀ ਸੀ ਉਹਨੇ ਅੱਡ ਹੋਈ ਜਾਣਾ ਸੀ ਕੇਵਲ ਨੂੰ ਪਤਾ ਲੱਗਾ ਤੋ ਉਹਦਾ ਕਹਿਣਾ ਸੀ ਆਹੋ ਭਾਉ ਉਹ ਠੀਕ ਕਹਿੰਦਾ ਉਹ ਸਾਡੇ ਘਰ ਦਾ ਪ੍ਰਧਾਨ ਮੰਤਰੀ ਜੂ ਆ ਤੇ ਜੇ ਤਾਂ ਰਹਿੰਦਾ ਉਹਦੇ ਕਹਿਣੇ ਚ ਨੌਕਰ ਬਣ ਕੇ ਕਰਦਾ ਗੁਲਾਮੀ ਤੇ ਖਾਂਦਾ ਛੱਤਰ ਆਪ ਵੀ ਤੇ ਆਪਣੇ ਬਾਲਾਂ ਨੂੰ ਖਵਾਉਂਦਾ ਜਨਾਨੀ ਮੇਰੀ ਇਹਨਾਂ ਦੀ ਮੇਮਾਂ ਲਈ ਕਰਦੀ ਚੌਂਕਾ ਚੁਲਾ ਫੇਰ ਤਾਂ ਸੀ ਮੈਂ ਦਾ ਛੋਟਾ ਭਰਾ ਬਿਬਾ ਬਰਖੁਰਦਾਰ ਚੀਨੇ ਕਬੂਤਰ ਵਰਗਾ ਤੇ ਜੇ ਮੈਂ ਮੰਗਾ ਹੱਕ ਤੇ ਬੋਲਾਂ ਸੱਚ ਤਾਂ ਮੈਂ ਹੋਇਆ ਬਾਗੀ ਪਦਮਾਸ਼ ਵੱਡਾ ਪੈ ਸਰਵਣ ਤੇ ਉਸ ਤੋਂ ਵੱਡੇ ਫੌਜੀ ਨੂੰ ਗਿਲਾ ਸੀ ਕਿ ਕੇਵਲ ਹੋਰਾਂ ਲਈ ਉਹਨਾਂ ਕੀ ਨਹੀਂ ਕੀਤਾ ਆਪ ਕਮਾਈ ਕਰਕੇ ਆਪਣੇ ਅਸਰ ਰਸੂਖ ਸਿਆਣਪ ਤੇ ਸਬੰਧਾਂ ਕਰਕੇ ਉਹਨਾਂ ਨੇ ਪਰਿਵਾਰ ਦੀ ਗੱਡ ਨੂੰ ਚਿੱਕੜ ਚੋਂ ਕੱਢ ਕੇ ਪੱਕੀ ਸੜਕੇ ਤੋੜ ਦਿੱਤਾ ਸੀ ਕੇਵਲ ਉਹ ਰਿਆ ਰਾਮ ਨਾਲ ਉੱਤੇ ਬਹਿ ਗਏ ਸਨ ਨਾ ਹਿੰਗ ਲੱਗੀ ਨਾ ਫਟਕੜੀ ਅੱਜ ਕੇਵਲ ਟਕੇ ਟਕੇ ਦੀਆਂ ਗੱਲਾਂ ਪਿਆ ਕਰਦਾ ਸੀ ਅਕਿਰਤ ਕੰ ਭਾਜੀ ਜਿਨੇ ਪਰਿਵਾਰ ਦੀ ਮਿੱਟੀ ਮੁੱਟੀ ਮੁਠੀ ਖੋਲ ਦਿੱਤੀ ਸੀ ਕੇਵਲ ਕੋਲ ਉਹਨਾਂ ਦੀਆਂ ਸਿਧਾਂਤਕ ਦਲੀਲਾਂ ਦਾ ਤੱਤ ਫਟ ਕੋਈ ਜਵਾਬ ਨਹੀਂ ਸੀ ਹੁੰਦਾ ਉਹ ਜੇ ਸੁਣ ਕੇ ਗੁੱਸੇ ਚ ਉੱਭਲਣ ਲੱਗਦਾ ਉਹਦੇ ਪਰਵੱਟੇ ਕੱਸੇ ਜਾਂਦੇ ਤੇ ਜਬੜਾ ਘੁੱਟ ਕੇ ਮਿੱਟੇ ਜਾਂਦੇ ਫੇਰ ਉਹ ਦੋ ਤਿੰਨ ਵੱਡੀਆਂ ਵੱਡੀਆਂ ਫਰਕਟੇਦਾਰ ਗਾਲਾਂ ਕੱਢਦਾ ਤੇ ਸਿਰਦੇ ਵਾਲਾਂ ਚੁੰਗਲਾਂ ਫੇੜਦਾ ਕਹਿੰਦਾ ਮਾਮੇ ਮਿੱਟੀ ਮੁੱਠ ਦੇ ਓਏ ਭੜੋ ਜੇ ਤੁਸੀਂ ਇੱਕ ਉਂਗਲੀ ਭੰਨ ਸੁਟੋ ਤੇ ਫੇਰ ਆਖੋ ਮੁੱਠ ਨਹੀਂ ਮੀਚੀ ਦੀ ਉਹ ਉਂਗਲ ਤਾਂ ਤਲੀ ਨਾਲ ਜੁੜਨੋ ਰਹੀ ਫੇਰ ਤੇ ਭਾਉ ਜੀ ਮੁੱਠ ਮਿੱਟੀ ਕਿੱਦਾਂ ਜਾਊ ਤੁਸੀਂ ਤਾਂ ਉਂਗਲ ਨਹੀਂ ਹਿਲਣ ਜੋਗੀ ਨਹੀਂ ਛੱਡਿਆ ਹੂੰ ਮੁੱਠਾ ਮੇਟਦੇ ਨੇ ਵੱਡੇ ਸਾਹਿਬ ਉਹਦਾ ਮਨ ਪਰਿਵਾਰ ਦੇ ਵੱਡੇ ਸਾਹਬਾਂ ਤੇ ਪ੍ਰਧਾਨ ਮੰਤਰੀ ਪ੍ਰਤੀ ਕੋੜ ਨਾਲ ਭਰਿਆ ਹੋਇਆ ਸੀ ਸਰਵਣੋਂ ਰਾਂ ਦਾ ਉਸ ਤੋਂ ਵੱਖਰਾ ਦ੍ਰਿਸ਼ਟੀਕੋਣ ਸੀ ਜਦੋਂ ਰਾਮ ਲਾਲ ਮਜਬੀਆਂ ਦੀ ਠੱਠੀ 'ਚ ਦੁਕਾਨ ਕਰਦਾ ਸੀ ਤਾਂ ਇਹ ਸਰਵਣ ਹੀ ਸੀ ਜਿਨੇ ਹੋਰ ਰਾਸ ਪਾ ਕੇ ਮੇਨ ਬਾਜ਼ਾਰ ਵਿੱਚ ਨਵੀਂ ਦੁਕਾਨ ਚਲਾਉਣ ਲਈ ਆਖਿਆ ਸੀ ਕੁਝ ਪੈਸੇ ਫੌਜੀ ਨੇ ਭੇਜੇ ਸਨ ਕੁਝ ਸਰਵਣ ਦੇ ਦੋਸਤਾਂ ਮਿੱਤਰਾਂ ਤੋਂ ਫੜੇ ਕੁਝ ਪਹਿਲੀ ਰਾਤ ਸੀ ਨਵੇਂ ਥਾਂ ਤੇ ਦੁਕਾਨ ਖੁੱਲੀ ਪਰਿਵਾਰ ਦੀ ਕਿਸਮਤ ਖੁੱਲ ਗਈ ਪਿਓ ਸਰਵਣ ਬਾਰੇ ਆਖਣ ਲੱਗਾ ਇਹ ਤਾਂ ਅਨਵਿਸ਼ਤਾ ਹੀ ਬੜਾ ਚੰਗਾ ਜਿਹੜੇ ਕੰਮ ਨੂੰ ਹੱਥ ਪਾਉਂਦਾ ਪੌਂ 12 ਹੋ ਜਾਂਦੀ ਹੈ ਮਾਂ ਆਖਦੀ ਇਹ ਤਾਂ ਮੇਰਾ ਕਰਮਾ ਵਾਲਾ ਭਾਗਾਣਾ ਪੁੱਤ ਸਰਵਣ ਪੁੱਤਰ ਐਵੇਂ ਤਾਂ ਨਹੀਂ ਸੀ ਵੱਡੀ ਚਾਹੀਨੇ ਦਾ ਨਾਂ ਸਰਵਣ ਰੱਖਿਆ ਤੇ ਦਿਨਾਂ ਮਹੀਨਿਆਂ ਵਿੱਚ ਹੀ ਸਰਵਣ ਪਰਿਵਾਰ ਦਾ ਵਿਸ਼ੇਸ਼ ਵਿਅਕਤੀ ਬਣ ਗਿਆ ਸੀ ਪਰਿਵਾਰ ਦੇ ਮਹੱਤਵਪੂਰਨ ਫੈਸਲੇ ਉਹਦੀ ਮਰਜ਼ੀ ਨਾਲ ਹੋਣ ਲੱਗੇ ਉਹਦੇ ਹੁਕਮ ਵਿੱਚ ਚੱਲਣਾ ਪਰਿਵਾਰ ਦੇ ਜੀਵਾਂ ਦਾ ਸਦਾਚਾਰਕ ਫਰਜ਼ ਸਮਝਿਆ ਜਾਣ ਲੱਗਾ ਕੇਵਲ ਨੇ 10ਵੀਂ ਪਾਸ ਕੀਤੀ ਤਾ ਉਹ ਵੀ ਸਰਵਣ ਨਾਲ ਹੱਥ ਵਟਾਉਣ ਲੱਗਾ ਫਿਰ ਉਹ ਹੀ ਹੌਲੀ-ਹੌਲੀ ਦੁਕਾਨ ਤੇ ਬੈਠਣ ਲੱਗਾ ਸਰਵਣ ਦੁਕਾਨ ਦਾ ਸੌਦਾ ਲਿਆਉਣ ਉਗਰਾਹੀ ਕਰਨ ਤੇ ਫਿਰ ਤੁਰ ਕੇ ਵਪਾਰਕ ਜਨਸਾਂ ਖਰੀਦਣ ਤੇ ਲੱਗਾ ਰਹਿੰਦਾ ਪਰ ਸ਼ਾਮ ਨੂੰ ਉਹ ਆਪ ਗੱਲੇ ਵਿੱਚੋਂ ਕੱਢ ਕੇ ਦਿਹਾੜੀ ਦੀ ਵਟੱਤ ਗਿਣਦਾ। ਪੈਸੇ ਸਾਂਭ ਕੇ ਫਤੂਈ ਚਪਾਉਂਦਾ ਤੇ ਕੇਵਲ ਨੂੰ ਦੁਕਾਨ ਵਧਾਉਣ ਦਾ ਆਦੇਸ਼ ਦੇ ਕੇ ਘਰ ਨੂੰ ਤੁਰ ਜਾਂਦਾ। ਇਹਨਾਂ ਦਿਨਾਂ ਵਿੱਚ ਹੀ ਪੰਡਿਤ ਬੈਜਨਾਥ ਨੇ ਆਪਣੇ ਸਹੁਰਿਆਂ ਤੋਂ ਇੱਕ ਅਮੀਰ ਵਿਧਵਾ ਦੀ ਇਕਲੌਤੀ ਬੇਟੀ ਨਾਲ ਉਹਦਾ ਰਿਸ਼ਤਾ ਪੱਕਾ ਕਰ ਦਿੱਤਾ। ਵਿਆਹ ਕਰਾਉਣ ਤੋਂ ਪਹਿਲਾਂ ਸਰਵਣ ਨੇ ਮਕਾਨ ਉੱਤੇ ਬੜਾ ਵਧੀਆ ਚੁਬਾਰਾ ਪਾਇਆ। ਕੇਵਲ ਆਪ ਨਾਲ ਹੋ ਕੇ ਮਿਸਤਰੀਆਂ ਮਜ਼ਦੂਰਾਂ ਦਾ ਧਿਆਨ ਰੱਖਦਾ। ਕੰਮ ਕਰਵਾਉਂਦਾ ਰਿਹਾ ਨਵੀਂ ਵੋਟੀ ਆਈ ਤਾਂ ਉਹ ਦਾਜ ਵਿੱਚ ਸਕੂਟਰ ਟੀਵੀ ਤੇ ਫ੍ਰਿਜ ਵਗੈਰਾ ਲਿਆਈ ਰੰਗ ਦੀ ਭਾਵੇਂ ਕਾਲੀ ਸੀ ਪਰ ਨਾਲ ਲਿਆਂਦੀ ਅਵਸਥਾ ਨੇ ਉਹਦਾ ਰੰਗ ਗੋਰਾ ਕਰ ਦਿੱਤਾ ਸੀ ਕੇਵਲ ਨਵੀਂ ਪਰਝਾਈ ਦੇ ਆਲੇ ਦੁਆਲੇ ਫਿਰਦਾ ਰਹਿੰਦਾ ਅਮੀਰ ਸੌਹਰਿਆਂ ਕਰਕੇ ਘਰ ਵਿੱਚ ਸਰਵਣ ਦੀ ਸਰਦਾਰੀ ਹੋਰ ਪੱਕੀ ਹੋ ਗਈ ਕੇਵਲ ਵੀ ਦੂਜੇ ਜੀਆ ਵਾਂਗ ਉਹਦੀ ਸਰਦਾਰੀ ਕਬੂਲਦਾ ਸੀ ਪਰ ਹੁਣ ਕਿਉਂਕਿ ਵਧੇਰੇ ਸਮਾਂ ਉਹੀ ਦੁਕਾਨ ਤੇ ਬੈਠਦਾ ਸੀ ਜਿਸ ਲਈ ਉਹ ਵੀ ਆਪਣੇ ਆਪ ਨੂੰ ਘਰ ਦੀ ਕਮਾਈ ਵਿੱਚ ਵਾਧਾ ਕਰਨ ਵਾਲਾ ਜੀ ਸਮਝਣ ਲੱਗ ਪਿਆ ਸੀ। ਵਧੇਰੇ ਨਹੀਂ ਤਾਂ ਥੋੜੀ-ਬਹੁਤੀ ਕਮਾਈ ਤੇ ਤਾਂ ਉਹ ਆਪ ਵੀ ਆਪਣਾ ਹੱਕ ਸਮਝਦਾ ਸੀ। ਇਸੇ ਹੱਕ ਅਧੀਨ ਹੀ ਉਹਨੇ ਗੱਜਣ ਸਿੰਘ ਨੂੰ ਉਹਦੇ ਮੁੰਡੇ ਦੇ ਵਿਆਹ ਤੇ ਦੋ ਬੋਰੀਆਂ ਖੰਡ ਤੇ ਤਿੰਨ ਪੀਪੇ ਘਿਉ ਦੇ ਉਧਾਰ ਚੁਕਾ ਦਿੱਤੇ ਸਨ। ਗੱਜਣ ਸਿੰਘ ਦਾ ਵਿਹਾਰ ਚੰਗਾ ਸੀ। ਉਹ ਹਰ ਮਹੀਨੇ ਕੇਵਲ ਤੋਂ ਸੌਦਾ ਪਵਾਉਂਦਾ ਸੀ ਤੇ ਮੁੰਡੇ ਦੀ ਤਨਖਾਹ ਮਿਲਦੇ ਹੀ ਅਗਲੇ ਮਹੀਨੇ ਪੈਸੇ ਮੋੜ ਦਿੰਦਾ ਸੀ। ਹੋਰ ਨਾ ਜੱਟਾਂ ਵਾਂਗ ਉਹ ਦਾ ਛਮਾਈਆਂ ਤੇ ਸਾਲਾਂ ਦਾ ਉਧਾਰ ਨਹੀਂ ਸੀ ਹੁੰਦਾ ਦੁਕਾਨ ਤੇ ਹੁਣ ਕੇਵਲ ਹੀ ਹੁੰਦਾ ਸੀ ਤੇ ਉਸ ਕੇਵਲ ਨਾਲ ਹੀ ਗੱਲ ਕੀਤੀ ਤੇ ਉਸ ਤੋਂ ਉਧਾਰ ਸੌਦਾ ਚੁੱਕ ਲਿਆ ਰਾਤ ਨੂੰ ਸਰਵਣ ਨੂੰ ਪਤਾ ਲੱਗਾ ਤਾਂ ਉਸ ਗੱਲ ਤੇ ਬੜਾ ਔਖਾ ਹੋਇਆ ਉਹਦੀ ਮਰਜ਼ੀ ਬਿਨਾਂ ਉਹਦੀ ਸਲਾਹ ਪੁੱਛੇ ਬਗੈਰ ਕੇਵਲ ਦੀ ਜ਼ਰੂਰਤ ਕਿਵੇਂ ਪਈ ਇੰਨਾ ਉਧਾਰ ਦੇਣ ਦੀ ਇੰਜ ਤਾਂ ਉਹ ਦੁਕਾਨ ਲੋਟਾ ਦੇਗਾ ਸ੍ਰੀਮਾਨ ਇਹ ਦੁਕਾਨ ਕਮਾਈ ਕਰਕੇ ਬਣੀ ਹੈ ਜੇ ਤੇਰੇ ਵਰਗੇ ਭੜੂਏ ਇੰਦਾ ਲੁਟਾਣ ਲੱਗ ਪਏ ਤਾਂ ਪੈਗੀਆਂ ਪੂਰੀਆਂ ਮੈਨੂੰ ਪੁੱਛ ਪੈਸਾ ਕਿਵੇਂ ਕਮਾਈ ਤੇ ਕੇਵਲ ਕੁਝ ਚਿਰ ਤਾਂ ਬੁੱਤ ਬਣਿਆ ਖੜੋਤਾ ਰਿਆ ਆਖਰ ਇੰਨੀ ਵੀ ਕਿਹੜੀ ਸੀ 2 ਮਹੀਨਿਆਂ ਦਾ ਹੀ ਇਕਰਾਰ ਸੀ ਨਾਲੇ ਪੱਕਾ ਗਾਹਕ ਸੀ ਉਹਨੂੰ ਨਾ ਕਿਹੜੇ ਮੂੰਹ ਨਾਲ ਕਰਦਾ ਤੇ ਦੁਕਾਨ ਦੀ ਕਮਾਈ ਇਕੱਲੇ ਸਰਵਣ ਦੀ ਵੀ ਤਾਂ ਨਹੀਂ ਸੀ ਉਹ ਹੁਣ ਆਪ ਵੀ ਤਾਂ ਕਮਾਉਂਦਾ ਸੀ ਸਗੋਂ ਦੁਕਾਨ ਤੇ ਤਾਂ ਬੰਦੇ ਹੀ ਹੋ ਸੀ ਸਰਵਣ ਨੇ ਤਾਂ ਦੁਕਾਨ ਤੇ ਬੈਠਣਾ ਬਹੁਤ ਹੀ ਘਟਾ ਦਿੱਤਾ ਸੀ ਬਸ ਡਿੱਪੂ ਦੀ ਖੰਡ ਤੇ ਮਿੱਟੀ ਦਾ ਤੇਲ ਉਹ ਆਪ ਵਰਣਾਉਂਦਾ ਹੁੰਦਾ ਸੀ ਤੇ ਕੋਲ ਬੈਠ ਕੇ ਰਜਿਸਟਰ ਪੂਰੇ ਕਰਦਾ ਸੀ ਨਹੀਂ ਤਾਂ ਦੁਕਾਨ ਦੀ ਗੱਦੀ ਤੇ ਤਾਂ ਉਹ ਪੂਰੇ ਮਹੀਨੇ ਚ ਕੁਝ ਘੰਟੇ ਹੀ ਬੈਠਦਾ ਹੋਵੇਗਾ RAMLAL ਨੇ ਸੁਣਿਆ ਤਾਂ ਉਹ ਵੀ ਕੇਵਲ ਉਤੇ ਵਰ ਪਿਆ ਗੰਦੀਏ ਲਾਦੇ ਕਰਨ ਲੱਗ ਪੀ ਮਨਾਈਆਂ ਗੱਜਣ ਤੇਰਾ ਪਿਓ ਲੱਗਦਾ ਸੀ ਓਏ ਹੋਰ ਨਹੀਂ ਤਾਂ ਉਹ ਤੂੰ ਵਿਆਜ ਹੀ ਲਖਵਾਉਂਦੋਂ ਇਹ ਜੱਟ ਨਹੀਂ ਸੁੱਕੇ ਛੱਡਣੇ ਚਾਹੀਦੇ ਆ ਗਿਆ ਹੀ ਵੱਡਾ ਕਮਾਊ ਦਰਲਨ ਤੇਰੇ ਕੇਵਲ ਦੇ ਅੰਦਰ ਗੁਲਾਮੀ ਯਤਾਮਤ ਨਮੋਸ਼ੀ ਗੁੱਸੇ ਤੇ ਨਫਰਤ ਦੇ ਭਾਵ ਪਨ ਕਰ ਪਨ ਪ੍ਰੈਸਾਂ ਪਿਓ ਦੀਆਂ ਝਿੜਕਾਂ ਸੁਣੀਆਂ ਤਾਂ ਪਤਾ ਨਹੀਂ ਰੋਕਦਿਆਂ ਰੋਕਦਿਆਂ ਵੀ ਉਹਦੇ ਮੂੰਹ ਕਿਵੇਂ ਨਿਕਲ ਗਿਆ ਕਮਾਉ ਨਹੀਂ ਤਾਂ ਹੋਰ ਐਵੇਂ ਹੀ ਆ ਮੈਂ ਕਿਹੜਾ ਕੰਜਰਾ ਦੇ ਉਜਾੜਤਾ ਮੈਨੂੰ ਇੰਨਾ ਵੀ ਹੱਕ ਨਹੀਂ ਇਹੋ ਆ ਗਿਆ ਵੱਡਾ ਮਾਲਕ ਅਸੀਂ ਤਾਂ ਜਿਵੇਂ ਐਵੇਂ ਹੀ ਆ ਤੇ ਨਾ ਚਾਹੁੰਦੇ ਆ ਵੀ ਉਹਦਾ ਰੋਣ ਨਿਕਲ ਗਿਆ ਉਹ ਅੱਖਾਂ ਤੇ ਹੱਥ ਰੱਖੀ ਪਿਛਲੇ ਅੰਦਰ ਤੁਰ ਪਿਆ ਇਹ ਪਹਿਲਾ ਦਿਨ ਸੀ ਜਦੋਂ ਸਰਵਣ ਦੀ ਪ੍ਰਭੂਤਾ ਤੇ ਵਿਧੇਕੀ ਦੇ ਵਿਰੁੱਧ ਬੋਲਿਆ ਸੀ। ਉਹਨੂੰ ਪਹਿਲੀ ਵਾਰ ਇਹ ਮਹਿਸੂਸ ਹੋਇਆ ਸੀ ਕਿ ਉਹ ਹੁਣ ਬੱਚਾ ਨਹੀਂ ਰਹਿ ਗਿਆ। ਪਰਿਵਾਰ ਵਿੱਚ ਬਰਾਬਰ ਦੀ ਥਿਰ ਸੀ। ਪਰ ਉਹਨੂੰ ਇਹ ਵੀ ਬੜੀ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਪਰਿਵਾਰ ਵਿੱਚ ਉਹਨੂੰ ਬਰਾਬਰ ਨਹੀਂ ਸੀ ਸਮਝਿਆ ਜਾ ਰਿਹਾ। ਭਰਾ ਮੈਂ ਭਰਾਵਾਂ ਨਹੀਂ ਤਾਂ ਸਮਝਣਾ ਹੀ ਸੀ ਪਰ ਮਾਪਿਓ ਜਿਹਾ ਕਿਉਂ ਕਰਦੇ ਸਨ? ਉਹਨਾਂ ਲਈ ਤਾਂ ਸਾਰੇ 3 ਪੁੱਤਰ ਇੱਕੋ ਜਿਹੇ ਹੋਣੇ ਚਾਹੀਦੇ ਨੇ। ਉਹ ਕਿਉਂ ਵਿਤਕਰਾ ਕਰਦੇ ਨੇ? ਇਹ ਜਿਹੜਾ ਵਿਤਕਰਾ ਕੇਂਦਰ ਕਰਨ ਡਿਆ ਪੰਜਾਬ ਨਾਲ ਇਹ ਸਿੱਖਾਂ ਕਰਕੇ ਹੀ ਆ ਸਾਡਾ ਪਾਣੀ ਤੇ ਸਾਡੀ ਬਿਜਲੀ ਹਰਿਆਣਾ ਰਾਜਸਥਾਨ ਤੇ ਦਿੱਲੀ ਨੂੰ ਕਿਉਂ ਦਿੰਦੇ ਆ ਇਸੇ ਕਰਕੇ ਕਿ ਉੱਥੇ ਹਿੰਦੂਆਂ ਦੀ ਬਹੁ ਗਿਣਤੀ ਆ ਥੋੜੀ ਕੀਤੀ ਆ ਫੌਜ ਨੇ ਸਿੱਖਾਂ ਨਾਲ ਦਿੱਲੀ ਦਰਬਾਰ ਤਾਂ ਸਿੱਖਾਂ ਨੂੰ ਕਸਿਆਰੇ ਬਣਾਉਣ ਤੇ ਤੁਲਿਆ ਪਿਆ ਤਾਰਾ ਪੜੀਆਂ ਸੁਣੀਆਂ ਗੱਲਾਂ ਦੇ ਆਧਾਰ ਤੇ ਆਪਣੇ ਵਿਚਾਰ ਦੱਸਣ ਲੱਗਾ ਪੰਜਾਬ ਦਾ ਘਾਟਾ ਇੱਥੋਂ ਦੇ ਹਿੰਦੂਆਂ ਨੂੰ ਵੀ ਨਾਲ ਹੀ ਆ ਸ਼ਾਮ ਲਾਲ ਨੇ ਕਿਹਾ ਨਹੀਂ ਸ਼ਾ ਸੱਚੀ ਪੁੱਛੇ ਤਾਂ ਤੁਸੀਂ ਗੁੱਸਾ ਕਰਨਾ ਅਸਲ 'ਚ ਪੰਜਾਬ ਦੇ ਹਿੰਦੂ ਦਾ ਮਨ ਸਾਫ਼ ਨਹੀਂ ਇਹ ਨਹੀਂ ਸਿੱਖਾਂ ਦਾ ਭਲਾ ਚਾਹੁੰਦਾ ਪੰਜਾਬ ਨੂੰ ਕੋਈ ਚੀਜ਼ ਖੁੱਸ ਕੇ ਹਰਿਆਣੇ ਜਾਂ ਕੋਈ ਹੋਰ ਕਿਸੇ ਨੂੰ ਮਿਲੇ ਤਾਂ ਇਹਨਾਂ ਨੂੰ ਲੱਗਦਾ ਜਿਵੇਂ ਇਹਨਾਂ ਨੂੰ ਮਿਲੀ ਹੋਵੇ ਪਰ ਜੇ ਪੰਜਾਬ ਨੂੰ ਮਿਲਣ ਲੱਗੇ ਤਾਂ ਇਹਨਾਂ ਨੂੰ ਲੱਗਦਾ ਜਿਵੇਂ ਇਹਨਾਂ ਦਾ ਕੁਝ ਗਵਾਚ ਗਿਆ ਹੋਵੇ ਭਾਵੇਂ ਕੇਵਲ ਤੇ ਤਾਰਾ ਨੇੜੇ ਦੇ ਯਾਰ ਸਨ ਪਰ ਪਿਛਲੇ ਸਾਲਾਂ 'ਚ ਹਾਲਾਤ ਹੀ ਕੁਝ ਅਜਿਹੇ ਰਹੇ ਸਨ ਕਿ ਹਿੰਦੂ ਤੇ ਸਿੱਖ ਬਹੁਤਾ ਕਰਕੇ ਵੱਖੋ-ਵੱਖ ਪੈਂਤੜਿਆਂ ਤੇ ਡਟ ਗਏ ਸਨ। ਅਵਲ ਤਾਂ ਦੋਵੇਂ ਧਿਰਾਂ ਜਦੋਂ ਇਕੱਠੀਆਂ ਹੁੰਦੀਆਂ ਸਨ ਤਾਂ ਦਿਲ ਤੋਂ ਗੱਲ ਕਰਨ ਦੀ ਤਾਂ ਗਲੇ ਦੇ ਉੱਪਰੋਂ-ਪਰੋਂ ਇੱਕ ਦੂਜੇ ਨਾਲ ਗੱਲਾਂ ਹੁੰਦੀਆਂ ਸਨ। ਸਾਰਾ ਕੁਝ ਰਸਮੀ ਤੇ ਉਪਰ-ਉਪਰ ਹੁੰਦਾ। ਹਾਂ ਆਪਣੇ ਆਪਣੇ ਭਾਈਚਾਰੇ ਵਿੱਚ ਇਕੱਠਾਂ ਵਿੱਚ ਇੱਕ ਦੂਜੇ ਦੀਆਂ ਨੀਤਾਂ ਬਾਰੇ ਸ਼ੱਕੀ ਗੱਲਾਂ ਹੁੰਦੀਆਂ। ਜਦੋਂ ਕਿਸੇ ਦੂਜੇ ਫਿਰਕੇ ਦੇ ਬੰਦੇ ਨੇ ਗੱਲਾਂ ਕਰਦੇ ਆ ਉੱਤੇ ਆ ਜਾਣਾ ਤਾਂ ਅਗਲੇ ਗੱਲਾਂ ਦਾ ਰੁਖ ਬਦਲ ਲੈਂਦੇ ਤੇ ਜੇ ਕਿਤੇ ਗੱਲਬਾਤ ਗੰਭੀਰ ਰੂਪ ਵਿੱਚ ਚੱਲ ਵੀ ਪੈਂਦੀ ਤਾਂ ਜੇ ਇਹ ਭਾਵਾਂ ਦਾ ਪ੍ਰਗਟਾਉ ਰੁਕਦਿਆਂ ਰੁਕਦਿਆਂ ਬਦੋ ਬਦੀ ਹੋ ਜਾਂਦਾ ਜਿਹੋ ਜੇ ਭਾਵ ਤਾਰੇ ਤੇ ਕੇਵਲ ਹੋਰੀ ਪ੍ਰਗਟ ਕਰ ਰਹੇ ਸਨ ਤਨਨਾ ਸਿੰਘ ਦਰਜੀ ਨੇ ਜਿਹੜਾ ਕਮੀਜ਼ ਦੇ ਬਟਨ ਲਾ ਰਿਆ ਸੀ ਅਣਕਾਂ ਦੇ ਵਿੱਚੋਂ ਦੀ ਅੱਖਾਂੋਂ ਤਾਂ ਕਰਦਿਆਂ ਤਾਰੇ ਨੂੰ ਕਿਹਾ ਮਨ ਨੂੰ ਕਿਹੜਾ ਆਪਣੇ ਬੰਦਿਆਂ ਦੇ ਕੱਚੀ ਲੱਸੀ ਨਾਲ ਧੋਤੇ ਨੇ ਬਸ ਕਮਲ ਕੁੱਦਿਆ ਪਿਆ ਸਭ ਨੂੰ ਆ ਜਿਹੜਾ ਇੱਥੇ ਮਾਰਤਾ ਕਦੇ ਉੱਥੇ ਮਾਰਤਾ ਇਹ ਸਾਫ ਮਨਾਂ ਦੀਆਂ ਗੱਲਾਂ ਨਹੀਂ ਕੇਵਲ ਜਿਹੜਾ ਆਪਣੇ ਘਰ ਤੇ ਝਾਤ ਪਾਰਿਆ ਸੀ ਆਪਣੇ ਨਾਲ ਹੋ ਰੇ ਵਿਤਕਰੀ ਨੂੰ ਵੇਖ ਰਿਆ ਸੀ ਸੁਭਾਵਕ ਹੀ ਬੋਲ ਪਿਆ ਵਿਤਕ੍ਰੇਤਾ ਭਰਾਵਾ ਕਿੱਥੇ ਨਹੀਂ ਹੁੰਦੇ ਤੂੰ ਤਾਂ ਸ਼ੁਕਰਕਰ ਪਿਓ ਦਾ ਕੱਲਾ ਪੁੱਤ ਹੈ ਕਿਤੇ ਸਾਡੇ ਵਾਂਗ ਹੁੰਦਾ ਤਾਂ ਤੈਨੂੰ ਲੱਗ ਜਾਂਦਾ ਪਤਾ ਸੈਂਟਰ ਤੇ ਪੰਜਾਬ ਦੀ ਕਿਹੜੇ ਭਾਤ ਤੁਲਦੀ ਆ ਮਨੂਯਾ ਦਾਇਆ ਸਰਵਨਾਲ ਪਹਿਲੀ ਤਲਕ ਕਲਾਮੀ ਤੋਂ ਥੋੜੇ ਦਿਨਾਂ ਪਿੱਛੋਂ ਉਹ ਬਿੱਟੂ ਨੂੰ ਦੁਕਾਨ ਤੇ ਛੱਡ ਕੇ ਰੋਟੀ ਖਾਣ ਘਰ ਆਇਆ ਤਾਂ ਮਾਂ ਨੇ ਮਸਰਾਂ ਦੀ ਧੋਤੀ ਦਾਲ ਕੌਲੀ ਚ ਪਾ ਕੇ ਫੁਲਕੇ ਥਾਲੀ ਚ ਰੱਖ ਕੇ ਫੌਜੀ ਦੀ 7ਵੀਂ ਚ ਪੜਦੀ ਕੁੜੀ ਸੁਨੀਤਾ ਦੇ ਹੱਥੋਂ ਨੂੰ ਮੰਜੀ ਤੇ ਫੜਾਈ ਤਾਂ ਦਾਲ ਦਾ ਸਵਾਦ ਵੇਖ ਕੇ ਕੇਵਲ ਨੇ ਮੂੰਹ ਮੁਰੋੜਿਆ ਆਹ ਦਾਲ ਬਣਾਈਆ ਨਾ ਰ ਪਾਣੀ ਨਾ ਲੂਣ ਨਾ ਮਿਰਚ ਸੁਨੀਤਾ ਭੋਲੀ ਕਹਿ ਗਈ ਚਾਚਾ ਮੀਟ ਹੈ ਗਈ ਹੈਂ ਕੇਵਲ ਨੇ ਮੁਸਕਰਾ ਕੇ ਸੁਨੀਤਾ ਨੂੰ ਕਿਹਾ ਲਿਆ ਫਿਰ ਨੌ ਪਾਉ ਵਾਰਿਆ ਆਪਾ ਤਾਂ ਹੱਥ ਨਹੀਂ ਲਾਉਂਦੇ ਕੁੜੀ ਨੇ ਕੰਨਾਂ ਨੂੰ ਹੱਥ ਲਾ ਕੇ ਹੱਥੇ ਲਾਉਂਦਿਆਂ ਨਾਚ ਸਿਰ ਹਿਲਾਇਆ ਤੂੰ ਆਪ ਜਾ ਕੇ ਲਿਆ ਕੁੜੀ ਨੂੰ ਕਿਉਂ ਚਾਹੀ ਤੋ ਜੁ ਤੂੰ ਜੁੱਤੀਆਂ ਪਵਾਉਂਦਾ ਹੈ ਫੌਜੀ ਦੀ ਬੋਟੀ ਨੇ ਕੁੜੀ ਨੂੰ ਵਰਜਦਿਆਂ ਕੇਵਲ ਨੂੰ ਆਪ ਹਿੰਮਤ ਕਰਨ ਲਈ ਕਿਹਾ ਚੰਗਾ ਫਿਰ ਉਹਨੇ ਥਾਲੀ ਰੱਖ ਦਿੱਤੀ ਤੇ ਰਸੋਈ ਚ ਵੜ ਗਿਆ ਉਹਨੂੰ ਭਾਂਡਿਆਂ 'ਚ ਛਾਤੀ ਮਾਰਦਿਆਂ ਚੁੱਕਦਿਆਂ ਥਲਦਿਆਂ ਵੇਖ ਕੇ ماں ਸਮਝ ਗਈ ਵੇ ਨਾ ਵੇ ਇਹ ਸਰਵਣ ਦਾ ਉਹ ਹੁਣੇ ਟਰੱਕ ਤੋਂ ਤੇਲ ਲੋਹਾ ਕੇ ਆਉਣ ਵਾਲਾ ਤੂੰ ਨਾ ਖਾ ਉਹਦਾ ਰਾਤ ਦਾ ਬਚਿਆ ਪਿਆ ਮਾਂ ਨੇ ਉਹਨੂੰ ਮੀਟ ਕੌਲੀ ਚ ਪਾਉਂਦਿਆਂ ਵੇਖਿਆ ਤਾਂ ਉਹਦੀ ਬਾਹ ਫੜਨ ਲਈ ਉਹਦੇ ਵੱਲ ਉਲਰੀ ਕੇਵਲ ਨੇ ਹੱਸਦਿਆਂ ਹੋਇਆਂ ਕੌਲੀ ਉਹਦੇ ਮੂੰਹ ਹਲ ਵਧਾ ਦਿੱਤੀ ਉਹ ਇੱਕਦਮ ਪਿੱਛੇ हट ਗਈ ਹੈ ਹਾਈਵੇ ਤੇਰੇ ਰੱਖ ਲਿਆ ਨੂੰ ਮੇਰਾ ਧਰਮ ਪ੍ਰੇਸ਼ਟ ਕਰਨ ਲੱਗਾ ਸੈਂ ਤੇ ਤੂੰ ਕੀ ਇਹ ਚੰਦਰੀ ਆਦਤ ਪਾਉਣ ਲੱਗਾਵੇਂ ਹੁਣ ਤਾਂ ਬਾਹਮਣ ਵੀ ਨਹੀਂ ਛੱਡਦੇ ਉਹ ਵੀ ਕੱਟੇ ਖਾ ਜਾਂਦੇ ਨੇ ਅਸੀਂ ਤਾਂ ਫੇਰ ਵੀ ਖੱਤਰੀ ਪੁੱਤ ਤੇ ਉਹ ਜਿਹੜਾ ਮੀਟ ਵੀ ਖਾਂਦਾ ਤੇ ਸ਼ਰਾਬਾਂ ਵੀ ਪੀਂਦਾ ਉਹ ਤਾਂ ਬੜਾ ਧਰਮ ਦਾ ਪੱਕਾ ਹੈ ਤੇਰਾ ਸਰਬਣ ਪੁੱਤਰ ਹੱਸਦਾ ਹੋਇਆ ਰਸੋਈ ਚੋਂ ਬਾਹਰ ਨਿਕਲ ਗਿਆ ਮਾਂ ਦੇ ਰੋਕਦਿਆਂ ਰੋਕਦਿਆਂ ਵੀ ਉਹ ਚੰਗਾ ਚੰਗਾ ਮੀਟ ਚੁਣ ਕੇ ਖਾ ਗਿਆ ਵਿਊ ਭੁੱਖਾ ਰਹੂਗਾ ਵਿਚਾਰਾ ਫੋੜੀ ਪੈਣਿਆ ਤੈਨੂੰ ਪਤਾ ਮਸਰਾਂ ਦੀ ਦਾਲ ਨਹੀਂ ਖਾਂਦਾ ਮਾਂ ਨੇ ਭੜੋਲੇ ਅਰ ਦਾ ਮੂੰਹ ਬਡਾਲਿਆ ਬਾਰਲੇ ਦਰਵਾਜ਼ੇ ਵੱਲ ਵੱਧਿਆ ਕੇਵਲ ਨੇ ਨਹੀਂ ਕਿਹਾ ਉਹ ਮੀਟ ਖਾਵੇ ਅਸੀਂ ਰਹਿ ਗਏ ਆ ਮਸਰਾਂ ਦੀ ਦਾਲ ਖਾਣ ਲਈ ਤੇ ਫਿਰ ਉਹਨੂੰ ਕਾਮਰੇਡ ਤੇਜ ਸਿੰਘ ਦੀ ਯਾਦ ਆ ਗਈ ਤੇ ਹੱਸਦਾ ਹੋਇਆ ਕਹਿਣ ਲੱਗਾ ਜੇ ਖਾਣਗੇ ਤਾਂ ਸਾਰੇ ਮੀਟ ਹੀ ਖਾਣਗੇ ਨਹੀਂ ਤਾਂ ਸਾਰੇ ਮਸਰਾਂ ਦੀ ਦਾਲ ਹੀ ਖਾਣਗੇ ਕਿਉਂ ਭਾਬੀ ਕੇਵਲ ਨੇ ਵੇੜੇ ਚ ਖਲੋਤੀ ਮੁਸਕੜੀਆਂ ਹੱਸਦੀ ਫੌਜੀ ਦੀ ਬੋਟੀ ਨੂੰ ਕਿਹਾ ਉੱਪਰ ਚ ਬਾਰੇ ਦੇ ਜੰਗਲੇ ਨਾਲ ਲੱਗੀ ਸਰਵਣ ਦੀ ਬੋਟੀ ਉਹਨੂੰ ਜਾਂਦਿਆਂ ਵੇਖ ਨਾਸਾ ਫੁਲਾ ਰਹੀ ਸੀ ਉਹ ਦੁਕਾਨ ਤੱਕ ਮਨ ਵਿੱਚ ਇਹੋ ਹੀ ਕਹਿੰਦਾ ਗਿਆ ਜੇ ਖਾਣਗੇ ਤਾਂ ਸਾਰੇ ਮੀਟ ਹੀ ਖਾਣਗੇ ਨਹੀਂ ਤਾਂ ਸਾਰੇ ਮਸਰਾਂ ਦੀ ਦਾਲ ਹੀ ਖਾਣਗੇ ਇਹ ਸ਼ਬਦ ਉਹਨੇ ਕਾਮਰੇਡ ਤੇਜਾ ਸਿੰਘ ਤੋਂ ਉਧਾਰੇ ਲਏ ਸਨ ਕਾਮਰੇਡ ਹੁਣ ਬੁੱਢਾ ਹੋ ਗਿਆ ਸੀ ਤੇ ਨਜ਼ਰ ਦੀਆਂ ਮੋٹے ਸ਼ੀਸ਼ੇ ਵਾਲੀਆਂ ਐਨਕਾਂ ਲਾਈ ਹੱਥ ਵਿੱਚ ਡੰਗੋਰੀ ਫੜੀ ਕਦਮ ਸੰਭਾਲ ਸੰਭਾਲ ਕੇ ਤੁਰਦਾ ਸੀ ਮੋਡਲਿਆਂ 'ਚ ਜਦੋਂ ਕਮਿਊਨਿਸਟਾਂ ਦਾ ਜ਼ੋਰ ਹੁੰਦਾ ਸੀ ਉਹ ਪਿੰਡ ਪਿੰਡ ਜਲਸੇ ਤੇ ਡਰਾਮੇ ਕਰਦੇ ਹੁੰਦੇ ਸਨ ਉਹ ਪੁਲਿਸ ਤੇ ਹੋਰ ਸਰਕਾਰੀ ਮਹਿਕਮਿਆਂ ਦੀਆਂ ਵਧੀਆਂ ਕਿਆਂ ਵਿਰੁੱਧ ਸ਼ਰਿਆਂਮ ਬੋਲਦੇ ਤਾਂ ਲੋਕਾਂ ਦੇ ਵਿੱਚ ਖੁਸ਼ੀ ਝਲੂ ਕੰਡੇ ਖੜੇ ਹੋ ਜਾਂਦੇ ਸਨ ਤੇਜਾ ਸਿੰਘ ਅੱਗੇ ਲੱਗ ਕੇ ਪਿੰਡ ਵਿੱਚੋਂ ਗ੍ਰਹੀ ਕਰਦਾ ਬਜ਼ੁਰਗ ਵਰਕਰ ਹੁਣ ਕਰਕੇ ਤੇ ਪਿੰਡ ਵਿੱਚ ਕਮਿਊਨਿਸਟਾਂ ਦੀ ਪੱਕੀ ਧਿਰ ਹੁਣ ਕਰਕੇ ਉਹਨੂੰ ਪ੍ਰਧਾਨਗੀ ਦੀ ਕੁਰਸੀ ਤੇ ਵੀ ਬਿਠਾਇਆ ਜਾਂਦਾ ਭਾਵੇਂ ਉਹ ਚਿੱਟਾ ਅਨਪੜ੍ਹ ਸੀ ਪਰ ਫਿਰ ਵੀ ਉਹ ਨਿੱਕਾ ਮੋਟਾ ਪੈਸ਼ਨ ਜ਼ਰੂਰ ਦਿੰਦਾ ਇੱਕ ਵਾਰ ਜਦੋਂ ਤਾਇਆ ਰੂੜ ਸਿੰਘ ਇਨਕਲਾਬ ਕਵਿਤਾ ਗਾ ਕੇ ਹਟਿਆ ਤਾਂ ਉਹ ਤੋਂ ਪਿੱਛੋਂ ਦਿੱਤੇ ਗਏ ਕਾਮਰੇਡ ਦੇ ਭਾਸ਼ਣ ਦੀਆਂ ਇਹ ਸਤਰਾਂ ਯਾਦਗਾਰੀ ਬਣ ਗਈਆਂ ਕਾਮਰੇਡ ਇਨਕਲਾਬ ਨੇ ਬੜੀ ਬੜੀਆਂ ਵਧੀਆ ਕਵਿਤਾ ਸੁਣਾਈ ਅਖੇ ਟਾਟੇ ਬਾਟੇ ਪੀਣ ਵਿਸਕੀਆਂ ਕਾਮੇ ਭੁੱਖੇ ਮਰਦੇ ਸਾਥੀ ਜੀ ਇਨਕਲਾਬ ਆ ਲੈਣ ਦਿਓ ਜਮਤਾ ਦੇ ਰਾਜ 'ਚ ਇਹ ਪਾੜੇ ਇਹ ਵੰਡੀਆਂ ਨਹੀਂ ਰਹਿਣ ਲੱਗੀਆਂ ਜੇ ਪੀਣਗੇ ਤਾਂ ਸਾਰੇ ਵਿਸਕੀ ਪੀਣਗੇ ਨਹੀਂ ਤਾਂ ਸਾਰੇ ਲਿੱਬੇ ਗੁਰਦੀ ਪੀਣਗੇ ਆ ਤੇ ਲੋਕਾਂ ਵਾਹ ਕਾਮਰੇਟਾ ਆਖੇ ਤਾੜੀ ਚੁੱਕ ਦਿੱਤੀ ਸੀ ਇਨਕਲਾਬ ਲਿਆਉਣ ਵਾਲਾ ਕਾਮਰੇਟ ਤਾਂ ਹੁਣ ਬੁੱਢਾ ਹੋ ਗਿਆ ਸੀ ਪਰ ਉਹਦੀ ਵਿਸਕੀ ਜਾਂ ਲਿੱਬੇ ਗੁਰਦੀ ਪੀਣ ਵਾਲੀ ਤੁਲਨਾ ਲੋਕ ਅਕਸਰ ਦਰੌਂਦੇ ਰਹਿੰਦੇ ਸਨ ਇੱਕ ਕੁੰਡਾ ਦਹੀਂ ਦਾ ਵਿਕ ਗਿਆ ਸੀ ਕੇਵਲ ਨੇ ਉਹਨੂੰ ਪਾਸੇ ਕੀਤਾ ਤੇ ਫੇਰ ਧੰਨਾ ਸਿੰਘ ਨੂੰ ਪੁੱਛਿਆ ਚਾਚਾ ਕਾਮਰੇਡ ਨਹੀਂ ਕਦੇ ਵੇਖਿਆ ਹੁਣ ਕਿਤੇ ਚੜਾਈਆਂ ਤਾਂ ਨਹੀਂ ਕਰ ਗਿਆ ਚੜ੍ਹਿਆਂ ਵਰਗਾ ਹਾਲ ਹੀਆ ਵਿਚਾਰੇ ਦਾ ਇਕੱਲੇ ਦਾ ਇਕੱਲਾ ਬੰਦਾ ਰਹਿ ਗਿਆ ਪਿੰਡ 'ਚ ਨਾ ਉਹਦੀ ਕੋਈ ਗੱਲ ਸਮਝਦਾ ਹੈ ਨਾ ਉਹ ਕਿਸੇ ਦੀ ਸਮਝਦਾ ਹੈ ਤੇ ਉਹ ਲੋਕਾਂ ਨੂੰ ਪਾਗਲ ਆਖਦਾ ਹੈ ਤੇ ਲੋਕੀ ਉਹਨੂੰ ਪਾਗਲ ਆਖਦੇ ਆ ਧੰਨ ਸਿੰਘ ਤੋਂ ਗੱਲ ਦੀ ਲੜੀ ਫੜਦਿਆਂ ਤਾਰੇ ਨੇ ਇਹਨੂੰ ਅੱਗੇ ਤੋਰ ਲਿਆ ਪਿਛਲੇ ਦਿਨੀ ਪਰੇ 'ਚ ਬੈਠਾ ਬੰਦਿਆਂ ਨੂੰ ਆਂਦਾ ਸੀ ਅਖੇ ਲੜਾਈਆਂ ਕੁਫਰ ਨੇ ਜਾਤਾਂ ਤੇ ਧਰਮਾਂ ਦੀ ਲੜਾਈ 'ਚ ਮਨੁੱਖਤਾ ਦੀ ਤਬਾਹੀ ਆ ਜਮਾਤਾਂ ਦੀ ਲੜਾਈ 'ਚ ਹੀ ਸਭ ਦਾ ਕਲਿਆਣ ਹੋਣਾ। ਅਗੋਂ ਵੀਰ ਸਿੰਘ ਕਾਲੀ ਬੋਲ ਪਿਆ, "ਬਾਬਾ ਕਾਮਰੇਟਾ ਜਾ, ਰਜਾਈ ਦੀ ਬੁੱਕਲ ਮਾਰ ਕੇ ਨਿੱਗਾ ਹੋ। ਕਿਤੇ ਕੋਈ ਠੰਡਿਆ ਨਾ ਕਰ ਦੇਈ। ਸਭ ਦਾ ਕਲਿਆਣ ਲੱਭਦਾ, ਕਿਤੇ ਤੇਰਾ ਕਲਿਆਣ ਨਾ ਕਰ ਦੇਈ ਕੋਈ। ਤੁਸੀਂ ਗੱਲਾਂ ਹੀ ਕਰਨ ਵਾਲਿਓ, ਕਾਮਰੇਡੋ, ਕਰਨ ਕਰਾਉਣ ਜੋਗੇ ਕੁਝ ਨਹੀਂ। ਥੋੜਾ ਇਨਕਲਾਬੀ ਊਠ ਦੇ ਬੁੱਲਾਂ ਨੂੰ ਲਮਕਦਾ ਹੀ ਰਿਹਾ, ਡਿੱਗਾ ਨਹੀਂ। ਹੁਣ ਕੌਮ ਜਾਗ ਪਈ ਆ।" ਤੇ ਆਪਣੇ ਹੱਕ ਲੈਣ ਤੋਂ ਪਹਿਲਾਂ ਪਿੱਛੇ ਨਹੀਂ ਹਟਣ ਲੱਗੀ। ਇਹ ਨਹੀਂ ਵੀ ਕਮਾ-ਕਮਾ ਕੇ ਸਾਰੇ ਹਿੰਦੁਸਤਾਨ ਦਾ ਢਿੱਡ ਭਰੋ ਤੇ ਹੱਕ ਮੰਗੋ ਤਾਂ ਢਿੱਡ ਤੇ ਲੱਤਾਂ ਖਾਓ। ਤਾਰਾ ਵੀਰ ਸਿੰਘ ਅਕਾਲੀ ਦੇ ਹਵਾਲੇ ਨਾਲ ਆਪਣਾ ਦਿਲ ਵੀ ਦੱਸ ਰਿਹਾ ਸੀ। ਪਰ ਕੇਵਲ ਜਵਾਬ ਦੇਣ ਦੀ ਥਾਂ ਫੇਰ ਘਰ ਨੂੰ ਮੁੜ ਪਿਆ। ਸਰਵਣ ਦੀ ਵੋਟੀ ਦਾ ਵੀ ਘਰ ਵਾਲੇ ਵਾਂਗ ਹੀ ਪਰਿਵਾਰ 'ਚ ਰੋਪ ਸਥਾਪਿਤ ਹੋ ਗਿਆ ਸੀ। ਉਹ ਘਰ ਦੇ ਕੰਮ-ਕਾਜ ਨੂੰ ਵੀ ਘਾਟ ਹੀ ਹੱਥ ਲਾਉਂਦੀ ਖੋਜਣ ਤੇ ਵਿਆਹਣ ਯੋਗ ਸੁਸ਼ਮਾ ਨੂੰ ਅਕਸਰ ਘਰ ਦਾ ਕੰਮ ਕਰਨਾ ਪੈਂਦਾ। ਸਾਲ ਬਾਅਦ ਫੌਜੀ ਵੀ ਪੈਨਸ਼ਨ ਆ ਗਿਆ। ਸਰਕਾਰ ਨੇ ਉਹਨਾਂ ਦੇ ਪਿੰਡ ਨਵੀਂ ਮੰਡੀ ਖੋਲ ਦਿੱਤੀ ਸੀ। ਸਰਵਣ ਨੇ ਤੁਰੰਤ ਲੈ ਦੇ ਕੇ ਲਾਇਸੈਂਸ ਬਣਵਾ ਲਿਆ। ਕੁਝ ਦੁਕਾਨ ਦੀ ਆਮਦਨ, ਕੁਝ ਪੈਸੇ ਫੌਜੀ ਨੇ ਦਿੱਤੇ ਤੇ ਕੁਝ ਸਰਵਣ ਨੇ ਆਪਣੇ ਸਸਤੋ ਉਧਾਰ ਫੜੇ। ਇੰਜ ਆੜਤ ਸ਼ੁਰੂ ਹੋ ਗਈ। ਫੌਜੀ ਆੜਤ ਦੁਕਾਨ ਤੇ ਡਿਪੂ ਤੇ ਲੋੜ ਅਨੁਸਾਰ ਕੰਮ ਵਿੱਚ ਮਦਦ ਦਿੰਦਾ। ਉੰਜ ਸਾਰਾ ਕਾਰੋਬਾਰ ਸਰਵਣ ਦੇ ਨਾਂ ਤੇ ਚੱਲਦਾ ਵੇਖ ਉਹਨੂੰ ਦੁੱਖ ਵੀ ਹੁੰਦਾ ਵੱਡਾ ਤਾਂ ਉਹ ਸੀ ਪਰ ਸਾਰੇ ਲੋਕ ਮਹੱਤਵ ਸਰਵਣ ਨੂੰ ਹੀ ਦਿੰਦੇ ਸਨ ਇਸ ਸਬੰਧੀ ਉਹਨੇ ਆਪਣੀ ਬੋਟੀ ਨਾਲ ਗੱਲ ਕੀਤੀ ਤਾਂ ਉਹਨੇ ਸਿਆਣੀ رائے ਦਿੱਤੀ ਕੋਈ ਨਹੀਂ ਰਲ ਕੇ ਤੁਰੇ ਚੱਲੋ ਆਪਣੇ ਨਿਆਣੇ ਪੜਨਦੇ ਹੀ ਨੇ ਦੋਹਾਂ ਸਾਲਾਂ ਨੂੰ ਕੁੜੀ 10ਵੀਂ ਕਰਜੂ ਤਾਂ ਵਿਆਹਣ ਵਾਲੇ ਬਣਾਂਗੇ ਅਜੇ ਤਾਂ ਸੁਸ਼ਮਾ ਤੁਹਾਡੀ ਭੈਣ ਦਾ ਵਿਆਹ ਵੀ ਕਰਨਾ ਹੈ ਸਾਂਝੇ ਘਰ 'ਚ ਸਾਨੂੰ ਫਾਇਦਾ ਹੀ ਫਾਇਦਾ ਨੁਕਸਾਨ ਨਹੀਂ ਚਾਰ ਸਾਡੇ ਨਿਆਣੇ ਆ ਚਾਰ ਹੀ ਵੱਡੇ ਇਹਨਾਂ ਦੇ ਕੱਪੜਿਆਂ ਤੇ ਪੜ੍ਹਾਈ ਦਾ ਖਰਚੀ ਨਹੀਂ ਮਾਣ ਸਰਵਣ ਦਾ ਤਾਂ ਜੀ ਇੱਕੋ ਨਿੱਕਾ ਨਿਆਣਾ ਹੀ ਐ ਚੌ ਮਹੀਨਿਆਂ ਦਾ ਤੁਹਾਡੇ ਪਾਣੀ ਮੈਨੂੰ ਨਹੀਂ ਦਿੰਦਾ ਜਦੋਂ ਰਾਣੀ ਬਣ ਕੇ ਵਿਹਲੀ ਬੈਠੀ ਹੁੰਦੀ ਆ ਮੁੰਡੇ ਨੂੰ ਗੋਦ ਚ ਲੈ ਕੇ ਤੇ ਘਰ ਦਾ ਕੰਮ ਮੈਨੂੰ ਕਰਨਾ ਪੈਂਦਾ ਤੇ ਮੈਂ ਵੀ ਕੁਝ ਸੋਚ ਕੇ ਚੁੱਪ ਰਹਿੰਦੀ ਆ ਕੇਵਲ ਦਾ ਵਿਆਹ ਹੋਇਆ ਤਾਂ ਫੋਜਣ ਨੂੰ ਵੀ ਥੋੜੀ ਰਾਹਤ ਮਹਿਸੂਸ ਹੋਈ ਕਾਂਤਾ ਕੰਮ ਦੀ ਸੁਚੱਜੀ ਤੇ ਸਿਆਣੀ ਕੁੜੀ ਸੀ ਉਹ ਕੰਮ ਕਰਕੇ ਖੁਸ਼ ਹੁੰਦੀ ਸੱਸ ਦੇ ਮਰ ਜਾਣ ਕਾਰਨ ਫੋਜਣ ਨੇ ਸੱਸ ਦੇ ਫਰਜ਼ ਸਰ ਅੰਜਾਮ ਦੇਣੇ ਸ਼ੁਰੂ ਕਰ ਦਿੱਤੇ ਸਨ ਤੇ ਉਹ ਹੌਲੀ ਹੌਲੀ ਕੰਮ ਵਿੱਚੋਂ ਹੱਥ ਖਿੱਚਣ ਲੱਗੀ ਸੀ ਕਾਂਤਾ ਤੇ ਉਹਦੀ ਨਨਾਨ ਸੁਸ਼ਮਾ ਦੇ ਸੇਰੀ ਘਰ ਦੀ ਰੋਟੀ ਟੁਕ ਦੀ ਜ਼ਿੰਮੇਵਾਰੀ ਹੁੰਦੀ ਸਰਵਣ ਦੀ ਵੋਟੀ ਤਾਂ ਬਸ ਆਪਣਾ ਚੁਬਾਰਾ ਸਾਫ਼ ਕਰਦੀ ਚਾਦਰਾਂ ਬਚਾਉਂਦੀ ਨਿੱਕੇ ਨਿਆਣੇ ਨੂੰ ਗੋਦ ਵਿੱਚ ਲੈ ਕੇ ਵਿੜੇ 'ਚ ਬੈਠੀ ਰਹਿੰਦੀ ਆਏ ਗਏ ਨਾਲ ਗੱਲ ਨਹੀਂ ਲੱਗੀ ਰਹਿੰਦੀ ਸਮਾ ਹੁੰਦਾ ਤਾਂ ਟੈਲੀਵਿਜ਼ਨ ਵੇਖਦੀ ਰਹਿੰਦੀ। ਫੌਜਣ ਨੇ ਵੀ ਕਦੀ ਆਟਾ ਗੁੰਨ ਦਿੱਤਾ, ਕਦੀ ਭਾਂਡੇ ਮਾਂ ਦਿੱਤੇ, ਕੇਵਲ ਜਦੋਂ ਵੀ ਘਰ ਆਉਂਦਾ ਕਾਂਤਾ ਨੂੰ ਸਦਾ ਕੰਮ ਕਰਦਿਆਂ ਰੁੱਜੀ ਹੋਈ ਵੇਖ ਕਹਿੰਦਾ ਤੂੰ ਇਹਨਾਂ ਦੀ ਨੁਕਰਾਨੀ ਲੱਗੀ ਐ, ਇਹ ਪਟਰਾਣੀਆਂ ਪਲੀਆਂ ਤੋਂ ਪੈਰ ਨਹੀਂ ਲਾਉਂਦੀਆਂ। ਧੀਰੇ ਸੁਬਾਹ ਦੀ ਕਾਂਤਾ ਅੰਦਰੋਂ ਸਾਰੀ ਗੱਲ ਸਮਝਦੀ ਸੀ ਪਰੋ ਪਰਿਵਾਰ ਵਿੱਚ ਬਖੇੜਾ ਪੈਣ ਦੇ ਡਰੋਂ ਇੰਜੀ ਉਖਲੀ ਚ ਸਿਰ ਦਿੱਤੀ ਆ ਰਹੀ ਸੀ। ਚੱਲ ਕੋਈ ਨਾ, ਮੇਰਾ ਕਿਹੜਾ ਵਹਿਲੀ ਬੈਠੀ ਦਾ ਸਰੀਰ ਵੱਧਾ ਐ। ਬੰਦਾ ਕੰਮ ਕਰਦਾ ਹੀ ਚੰਗਾ ਲੱਗਦਾ ਫਿਰ ਉਹਨੇ ਮੁਸਕਰਾਉਂਦਿਆਂ ਵਿਅੰਗ ਕੀਤਾ ਮੁੰਜ ਵੀ ਵੱਡਿਆਂ ਦੀ ਸੇਵਾ ਕਰਨੀ ਨਿੱਕਿਆਂ ਦਾ ਫਰਜ਼ ਆ ਪਰ ਇੱਕ ਦਿਨ ਉਹ ਫਰਜ਼ ਦੀ ਪੂਰਤੀ ਨਾ ਕਰ ਸકી ਦਿਨਾਂ ਤੀ ਹੋਣ ਕਰਕੇ ਉਹ ਕੁਝ ਢਿੱਲੀ ਸੀ ਦਾਲ ਚੁਣ ਕੇ ਉਹਨੇ ਸੁਸ਼ਮਾ ਨੂੰ ਧਰਨ ਲਈ ਦੇ ਦਿੱਤੀ ਆਪ ਵੱਖੀ ਚ ਦਰਦ ਹੋਣ ਕਰਕੇ ਤੇ ਕਮਜ਼ੋਰੀ ਕਾਰਨ ਮੰਜੇ ਤੇ ਲੇਟ ਗਈ ਇੱਕ ਦੋ ਵਾਰ ਉਹਨੇ ਉੱਠ ਕੇ ਯਤਨ ਵੀ ਕੀਤਾ ਕਿ ਕੰਮ ਚ ਹੱਥ ਵਟਾਵੇ ਪਰ ਸਰੀਰ ਹਾਮੀ ਨਹੀਂ ਸੀ ਭਰ ਰਿਹਾ ਉਹ ਤਾਂ ਉੱਠਿਆ ਨਾ ਗਿਆ ਫੌਜਨ ਪੇਕੇ ਗਈ ਸੀ ਸੁਸ਼ਮਾ ਨੇ ਦਾਲ ਧਰ ਕੇ ਸਰਵਨ ਦੀ ਬੋਟੀ ਨੂੰ ਆਖਿਆ ਕਿ ਆਟਾ ਉਹ ਗੁੰਨ ਦਿੰਦੀ ਹੈ ਤੇ ਰੋਟੀਆਂ ਬੋਟੀ ਆਪ ਪਕਾ ਦੇਵੇ ਤਾਂ ਉਹਨੇ ਟੀਵੀ ਦਾ ਸਵਿਚ ਔਨ ਕਰਦਿਆਂ ਕਿਹਾ ਮੈਂ ਤਾਂ ਫਿਲਮ ਵੇਖਣ ਲੱਗੀ ਹਾਂ ਕਾਂਤਾ ਸੁਨੀਤਾ ਤੂੰ ਆ ਤਿੰਨ ਜਣੀਆਂ ਤਾਂ ਹੋ ਸੁਸ਼ਮਾ ਬੁੜਬੁੜ ਕਰਦੀ ਚੁਬਾਰਿਓਂ ਹੇਠਾਂ ਉਤਰ ਗਈ ਉਹ ਵੀ ਵਿਟਰ ਬੈਠੀ ਮੈਂ ਹੀ ਕੰਮ ਕਰਨ ਨੂੰ ਸੁਖੀ ਹੋਈਆਂ ਕੇਵਲ ਦੁਕਾਨ ਬੰਦ ਕਰਕੇ ਘਰ ਆਇਆ ਤਾਂ ਦਰਵਾਜ਼ਾ ਲੰਘਦੇ ਹੀ ਰੋਣ ਤੇ ਰੋਲੇ ਦੀ ਆਵਾਜ਼ ਸੁਣੀ ਸਰਵਣ ਨੇ ਰੋਟੀ ਨਾ ਪੱਕੀ ਹੋਣ ਕਰਕੇ ਸ਼ਰਾਬੀ ਹੋਏ ਨੇ ਸੁਸ਼ਮਾ ਦੇ ਚਪੇੜ ਕੱਢ ਮਾਰੀ ਸੀ ਉਹ ਬੁਸਕ ਰਹੀ ਸੀ RAMLAL ਗਾਲਾਂ ਦੇ ਰਿਹਾ ਸੀ ਫੌਜੀ ਸਮਝਾਉਣ ਦਾ ਯਤਨ ਕਰ ਰਿਹਾ ਸੀ ਇਹ ਸਭ ਵੇਖ ਕੇ ਸਰਵਣ ਦੀ ਬੋਟੀ ਉੱਠ ਕੇ ਪ੍ਰਾਜਾ ਆਟਾ ਛਾਨਣ ਲੱਗੀ ਤਾਂ ਹੂੰਗਦੀ ਹੋਈ ਕਾਂਤਾ ਨੇ ਉੱਠ ਕੇ ਉਹਦੇ ਹੱਥੋਂ ਛਾਨਣੀ ਫੜਨ ਦਾ ਤਰਲਾ ਲਿਆ ਲਿਆਓ ਭੈਣ ਜੀ ਮੈਂ ਗੁੰਨ ਦੰਨੀ ਆ ਰਹਿਣ ਦੇ ਪਰ ਫਫੜੇ ਨਾ ਕਰ ਹੁਣ ਕਿ ਕੂਟ ਕੇ ਤੁਰਾਈਂ ਪਹਿਲਾਂ ਕੀ ਹੋਇਆ ਸੀ ਤੈਨੂੰ ਲੱਗ ਗਿਆ ਬੈਠੀ ਕਾਂਤਾ ਨੇ ਜਦੋਂ ਦੂਜੀ ਵਾਰ ਛਾਨਣੀ ਫੜਨ ਦਾ ਯਤਨ ਕੀਤਾ ਤਾਂ ਸਰਵਣ ਦੀ ਬੋਟੀ ਨੇ ਛਾਨਣੀ ਉਹਦੇ ਹੱਥੋਂ ਖਿੱਚ ਲਈ ਖਿੱਚਦਿਆਂ ਖਿੱਚਦਿਆਂ ਉਹਦੀ ਅਰਕ ਪੱਬਾ ਭਾਰ ਬੈਠੀ ਕਾਂਤਾ ਤੇ ਵੱਝੀ ਤੇ ਉਹ ਹਾਈ ਕਹਿੰਦੇ ਆਂ ਕਰੌਂਦੀ ਹੋਈ ਬਾਹ ਪਰਨੇ ਜ਼ਮੀਨ ਤੇ ਡਿੱਗ ਪਈ ਕੇਵਲ ਵੇਖ ਰਿਹਾ ਸੀ ਉਹਦਾ ਅੰਦਰ ਮੱਛ ਉੱਠਿਆ ਉਹ ਬੁਖਲਾ ਉੱਠਿਆ ਅਸੀਂ ਤੁਹਾਡੇ ਨੌਕਰ ਆਂ ਤੁਸੀਂ ਵੱਡੇ ਪਾਦਸ਼ਾਹ ਅਸੀਂ ਕਿਸੇ ਦੇ ਕੰਮੀ ਕਮੇਣ ਨਹੀਂ ਅਮੀਰ ਹੋਊ ਤੇ ਕੋਈ ਆਪਣੇ ਘਰ ਹੋ ਅਸੀਂ ਕਿਸੇ ਨੂੰ ਕੀ ਜਾਣਦੇ ਆ ਉਹਦਾ ਇਸ਼ਾਰਾ ਸਰਵਨ ਦੀ ਬੋਟੀ ਵੱਲ ਸੀ ਉਹਨੂੰ ਬੋਲਦਾ ਸੁਣ ਸਰਵਨ ਤੁਰਿਆ ਨੰਗਿਆ ਉਹ ਤਾਂ ਪਹਿਲਾਂ ਹੀ ਛੇਟ ਮੂੰਹ ਨੂੰ ਲਾਈ ਸੀ ਉਹ ਨਾਲੇ ਤੁਹਾਡੇ ਮੂੰਹ ਚ ਗੂੰਦਈਏ ਨਾਲੇ ਤੁਹਾਡੀਆਂ ਗੱਲਾਂ ਸੁਣੀਏ ਮੈਂ ਤਾਂ ਫੂਕ ਦੂੰ ਸਾਰੇ ਟੱਬਰ ਨੂੰ ਉੱਡਾਂ ਇੰਗਲੈਂਡ ਦੌੜਿਆ ਲੜੋ ਲੜੋ ਕੁੜੀ ਦੀ ਖਸਮੋਂ ਪਾੜੋ ਸਿਰ ਇੱਕ ਦੂਜੇ ਦਾ ਰਾਮ ਲਾਲ ਚੰਗਾੜ ਰਿਹਾ ਸੀ ਫੌਜੀ ਨੇ ਸਰਵਨ ਨੂੰ ਜਫਾ ਮਾਰ ਲਿਆ ਕੇਵਲ ਨੇ ਉਹਦੇ ਹੱਥੀ ਪੈਣ ਦਾ ਇਰਾਦਾ ਨਹੀਂ ਸੀ ਬਣਾਇਆ ਪਰ ਉਹ ਬੋਲੀ ਗਿਆ ਅਸੀਂ ਨਹੀਂ ਕਿਸੇ ਦੀ ਐਵੇਂ ਧੌਂਸ ਧੌਂਸ ਮੰਨਣੀ ਨਾਲੇ ਕੰਮ ਕਰੋ ਨਾਲੇ ਤੁਹਾਨੂੰ ਬੈਠਿਆਂ ਨੂੰ ਖਵਾਓ ਤੁਹਾਨੂੰ ਲਾਲ ਲੱਗੇ ਨੇ ਬਹੁਤੀ ਖਾਈ ਹੈ ਤਾਂ ਅੱਡ ਕਰ ਦਿਓ ਮੈਨੂੰ ਉਹ ਰੋਜ ਦੀ ਜਾਈ ਖਚਖਚ ਤੇ ਬਕ ਬਕ ਤੋਂ ਛੁਟਾਰਾ ਛੁਟਕਾਰਾ ਹੀ ਪਾ ਲੈਣਾ ਚਾਹੁੰਦਾ ਸੀ ਮੇਰਾ ਹਿੱਸਾ ਵੰਡ ਦਿਓ ਸਵੇਰੇ ਬੰਦੇ ਇਕੱਠੇ ਕਰਕੇ हिस्सा ਨਾ ਹਿੱਸਾ ਤੇਰੇ ਸਿਰ ਸੱਤਾਂ ਝੁੱਲਿਆਂ ਦੀ ਸਵਾ ਰਾਮ ਲਾਲ ਨੇ ਜਨਾਨੀਆਂ ਵਾਂਗ ਮਹਿਣਾ ਦਿੱਤਾ ਆਸਿਓ ਪਾਸਿਓ ਲੋਕ ਇਕੱਠੇ ਹੋ ਰਹੇ ਸਨ ਫੌਜੀ ਨੇ ਸ਼ਰਾਬੀ ਹੋਏ ਸਰਵਣ ਨੂੰ ਮੰਜੀ ਤੇ ਬਿਠਾ ਦਿੱਤਾ ਉਹ ਮੰਜੀ ਤੇ ਬੈਠਾ ਆਏ ਬੰਦਿਆਂ ਸਾਹਮਣੇ ਆਪਣੀਆਂ ਟਪਲੀਆਂ ਮਾਰਨ ਲੱਗਾ ਇਹਨੂੰ ਕਰ ਦੋ ਵੀ ਅੱਡ ਇਹ ਸਾਡੇ ਟੱਬਰ ਚ ਵੱਖਵਾਦੀ ਜੰਪਿਆ ਇਹਨੂੰ ਬਣਾ ਦੋ ਇਹਦਾ ਵੱਖਰਾ ਸੂਬਾ ਤੇ ਵੰਡਣਾ ਕੀ ਉਹ ਕੀ ਵੰਡਾਉਣਾ ਹੀ ਕਾਦਾ ਹਿੱਸਾ ਲੈਣਾ ਹੀ ਵੱਡਾ ਅਤਵਾਦੀ ਕੇਵਲ ਹੋਰਾਂ ਦੀ ਤਾਈ ਹੀਰਾਦਈ ਜੋ ਰੌਲਾ ਸੁਣ ਕੇ ਆ ਗਈ ਸੀ ਕਾਂਤਾ ਨੂੰ ਸੰਭਾਲਦੀ ਬੋਲ ਪਈ ਵੇ ਕੁੜੀ ਭਾਵੇਂ ਮਰ ਜਾਏ ਤੁਸੀਂ ਵੰਡ ਵੰਡਾਈ ਕਰ ਲੋ ਪਹਿਲਾਂ ਨਾ ਖਾਫਣਿਓ ਕਾਂਤਾ ਜਿਹੜੀ ਹੁਣ ਤੱਕ ਵੱਖੀ ਪਰਨੀ ਲੇਟੀ ਹੋਈ ਕਰਾਈ ਜਾ ਰਹੀ ਸੀ ਉਹਨੂੰ ਕਲਾਵੇ ਵਿੱਚ ਲੈ ਕੇ ਹੀਰਾਦਈ ਨੇ ਪੀੜੀ ਉੱਤੇ ਬੈਠਦੀ ਕਿਹਾ ਉਹ ਵੱਖੀ ਕੁਟੀ ਹਾਈ ਹਾਈ ਕਰ ਰਹੀ ਸੀ ਤੇ ਇੱਧਰ ਉੱਧਰ ਸਿਰ ਹਿਲਾ ਰਹੀ ਸੀ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਆਪ ਰੌਲਾ ਪਾਈ ਜਾਂਦਾ ਹੈ ਜਾ ਡਾਕਟਰ ਨੂੰ ਬੁਲਾ ਕੇ ਲਿਆ ਹੀਰਾ ਦੇ रामलाल ਨੂੰ ਝਹੀ ਲੈ ਕੇ ਪਈ ਕੁੜੀ ਨੂੰ ਕੁਝ ਹੋ ਜੂ ਤਾਂ ਹੀ ਜਾਓਗੇ ਦੁਰਫਿੱਟੇ ਮੂੰਹ ਤੁਹਾਡਾ ਡਾਕਟਰ ਨੇ ਆ ਕੇ ਦਵਾਈ ਦਿੱਤੀ ਟੀਕਾ ਲਾਇਆ ਪਰ ਕਾਂਤੀ ਦਾ ਪੇਟ ਘਟੀ ਨਹੀਂ ਉਹਨੂੰ ਸ਼ਹਿਰ ਲੈ ਕੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੀਰਾ ਦੇ ਆਪ ਕਾਂਤਾ ਨੂੰ ਸੰਭਾਲੀ ਕੇਵਲ ਤੇ ਫੌਜੀ ਸਮੇਤ ਟੈਕਸੀ 'ਚ ਬੈਠ ਗਈ ਅਗਲੇਰੇ ਦਿਨ ਤੜਕੇ 4 ਵਜੇ ਕਾਂਤਾ ਨੇ ਲੰਮੀਆਂ ਤੇ ਜਾਨ ਲੇਵਾ ਦੁੱਖदाई ਪੀੜਾਂ ਤੋਂ ਪਿੱਛੋਂ ਸਮੇਂੋਂ ਪਹਿਲਾਂ ਇੱਕ ਕਮਜ਼ੋਰ ਜੇ ਬੱਚੇ ਨੂੰ ਜਨਮ ਦਿੱਤਾ ਆਪ ਉਹ ਮਰਦੀ ਮਰਦੀ ਮੱਸਾ ਹੀ ਬਚੀ ਪਰ ਸਰੀਰ ਇੰਨਾ ਕਮਜ਼ੋਰ ਤੇ ਠੇਚਲ ਹੋ ਗਿਆ ਸੀ ਕਿ ਡਾਕਟਰਾਂ ਦੀ ਹਦਾਇਤ ਤੇ ਤੰਦਰੁਸਤ ਹੋਣ ਲਈ ਉਹਨੂੰ ਲਗਭਗ ਡੇਢ ਮਹੀਨਾ ਹਸਪਤਾਲ ਰਹਿਣਾ ਪਿਆ ਜੱੱਜਾ ਤੇ ਬੱਚਾ ਜਦੋਂ ਰਾਜ਼ੀ ਖੁਸ਼ੀ ਘਰ ਪਹੁੰਚੇ ਤਾਂ ਕੇਵਲ ਦਾ ਪਹਿਲਾ ਬੱਚਾ ਹੋਣ ਕਰਕੇ ਘਰ ਵਿੱਚ ਖੁਸ਼ੀ ਮਨਾਈ ਗਈ। ਬੈਠਕ ਵਿੱਚ ਸ਼ਰਾਬ ਦੇ ਨਿੱਕੇ ਜਿਹੇ ਦੌਰ ਵਿੱਚ ਬੰਸੀ ਲਾਲ ਮੈਂਬਰ ਪੰਚਾਇਤ ਨੇ ਕੇਵਲ ਨੂੰ ਆਖਿਆ ਤੂੰ ਉਹ ਦਿਨ ਭਰਾ ਅੱਗੇ ਬੋਲ ਕੇ ਚੰਗਾ ਨਹੀਂ ਕੀਤਾ। ਹਾਂਜੀ ਤੂੰ ਇਹਨਾਂ ਨੂੰ ਕੋਈ ਦੁਪਰਿਆਰਾ ਹੈ ਮਾਫੀ ਮੰਗ ਭਰਾ ਤੂੰ। ਪਹਿਲਾਂ ਤਾਂ ਕੇਵਲ ਨੂੰ ਬੰਸੀ ਲਾਲ ਦੀ ਘਟਿਆ ਸਿਆਸਤ ਤੇ ਦਬੇ ਮੁਰਦੇ ਪੁੱਟਣ ਵਾਲੀ ਗੱਲ ਉੱਤੇ ਗੁੱਸਾ ਆਇਆ। ਪਰ ਫਿਰ ਸ਼ਰਾਬ ਦੇ ਨਸ਼ੇ ਤੇ ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਭਾਵੁਕ ਹੋਏ ਕੇਵਲ ਨਹੀਂ ਉੱਠ ਕੇ ਸਰਵਣ ਦੇ ਗੋਡਿਆਂ ਨੂੰ ਹੱਥ ਲਾ ਦਿੱਤਾ ਪਹਿਲਾਂ ਭਾਵੇਂ ਸਰਵਣ ਖੁਸ਼ ਰੌਣ ਵਿੱਚ ਹੀ ਸੀ ਇਤਿਹਾਸਾ ਠੱਠਾ ਤੇ ਗੱਪਸ਼ਪ ਨਿਰਵਿਘਨ ਚੱਲ ਰਹੀ ਸੀ ਪਰ ਬੰਸੀ ਦੀ ਗੱਲ ਤੇ ਕੇਵਲ ਦੇ ਗੋਡਿਆਂ ਤੇ ਲੱਗੇ ਹੱਥਾਂ ਨੇ ਜਿਵੇਂ ਉਹਦੀ ਵਿੱਚਲੀ ਲਚਕ ਨੂੰ ਹੋਰ ਕਰੜਾ ਕਰ ਦਿੱਤਾ ਸੀ ਉਹਨੇ ਜੇਬ ਵਿੱਚ ਹੱਥ ਪਾਇਆ ਤੇ ਕਿਚਟ ਲਾਗੇ ਬੈਠੇ ਫੌਜੀ ਨੂੰ ਫੜਾਈ ਆਹ ਭਾ ਫੌਜੀਆ ਮੈਂਬਰ ਨੂੰ ਫੜਾਈ ਵੇਖ ਲੈ ਉਸ ਸੰਜੇ ਘਰ ਚੋਂ 2765 ਰੁਪਏ 55 ਪੈਸਿਆਂ ਦਾ ਹਸਪਤਾਲ ਦਾ ਖਰਚਾ ਕੇਵਲ ਚੁੱਪਚਾਪ ਪਿੱਛੇ ਹੋ ਕੇ ਮੰਜੀ ਤੇ ਬੈਠ ਗਿਆ ਉਸ ਕੋਈ ਜਵਾਬ ਨਹੀਂ ਦਿੱਤਾ ਭਾਵੇਂ ਕਿ ਉਹਦੇ ਅੰਦਰ ਇੱਕ ਵਾਰ ਫਿਰ بڑے ਵੱਡੇ ਸਵਾਲ ਦੀ ਬਰਛੀ ਖੁੱਭ ਗਈ ਸੀ ਉਹਨੇ ਇੱਕ ਵਾਰ ਅੱਖਾਂ ਪੁੱਟ ਕੇ ਬੰਸੇ ਵੱਲ ਤੇ ਫਿਰ ਮੇਜ਼ ਉੱਤੇ ਪਈ ਬੋਤਲ ਵੱਲ ਵੇਖਿਆ ਤੇ ਫਿਰ ਨਜ਼ਰਾਂ ਧਰਤੀ ਤੇ ਗੱਡ ਕੇ نیمੇ ਮੱਥੇ ਨੂੰ ਉਂਗਲਾਂ ਨਾਲ ਠਕੋਰਨ ਲੱਗਾ ਬੰਸੀ ਨੇ ਫੜ ਕੇ ਚਿੱਟ ਪਾੜ ਦਿੱਤੀ ਛੱਡੋ ਕਮਲੀਆਂ ਗੱਲਾਂ ਤੁਸੀਂ ਕੋਈ ਗੈਰ ਹੋ ਉਪਰਾਓ ਭਰਾਵਾਂ ਵਾਂਗ ਜਿਵੇਂ ਪਹਿਲਾਂ ਸੌ ਰਲ ਕੇ ਰਹੋ ਇੱਕੇ ਨਾਲ ਦੀ ਰੀਸ ਕਿਦਰੇ ਮੁੰਡਾ ਕਮਲਾ ਸੀ ਉਹ ਤੋਂ ਗਲਤੀ ਹੋ ਗਈ ਤੁਸੀਂ ਤਾਂ ਸਿਆਣੇ ਆ ਕਿਉ ਫੋਜ ਗਿਆ ਕੇਵਲ ਮਹਿਸੂਸ ਕਰਦਾ ਸੀ ਕਿ ਉਹਦੀ ਕੋਈ ਗਲਤੀ ਨਹੀਂ ਤੇ ਬੰਸੀ ਲਾ ਲੈਵੇਂ ਹਮਦਰਦੀ ਵਿੱਚ ਹੀ ਉਹਨੂੰ ਗਲਤ ਆਖੀ ਜਾ ਰਿਹਾ ਸੀ ਪਰ ਉਹ ਖੁਸ਼ੀ ਭਰੇ ਸਾਵੇਂ ਤੇ ਸ਼ਾਂਤ ਮਾਹੌਲ ਵਿੱਚ ਆਪਣੇ ਵੱਲੋਂ ਭੰਗ ਨਹੀਂ ਸਿਪਾਉਣਾ ਚਾਹੁੰਦਾ ਫੌਜੀ ਨੇ ਆਪਣੀ ਇਹੀ ਗੱਲ ਸੁਣ ਕੇ ਸ਼ਰਾਬ ਦੇ ਲੋਰ ਵਿੱਚ ਫੈਸਲਾ ਸੁਣਾ ਦਿੱਤਾ ਨੋ ਲੜਾਈ ਆਈ ਸੇਡ ਨੋ ਲੜਾਈ ਆਈ ਮੀਨ ਸੀਸਫਾਇਰ ਕਰਾਤਾ ਬਸ ਨਸ਼ਾ ਫਿਓ ਤੇ ਮौजਾਂ ਕਰੋ ਉਹਨੇ ਦੋਵੇਂ ਹੱਥ ਹਵਾ ਚ ਲਹਿਰਾਏ ਤੇ ਫਿਰ ਬੋਤਲ ਫੜ ਕੇ ਗਲਾਸਾਂ ਚ ਪਾਉਣੀ ਸ਼ੁਰੂ ਕਰ ਦਿੱਤੀ ਪਰਿਵਾਰ ਦੀ ਇਕਤਾ ਤੇ ਅਖੰਡਤਾ ਦੇ ਨਾਮ ਤੇ ਜਾਨ ਤਿਆਰ ਕੀਤਾ ਅਗਲੇ ਦਿਨ ਫੌਜੀ ਵੀ ਉਹਨੂੰ ਸਮਝਾਉਣ ਲੱਗਾ ਕਮਲਿਆ ਚਲਾਕ ਵੈੜ ਕੇ ਦੀ ਛੜਵੀ ਸੈਣੀ ਪੈਂਦੀ ਆ ਆਈ ਮੀਨ ਕੇਵਲ ਦਾ ਕਹਿਣਾ ਸੀ ਕਿ ਵੈੜ ਕਾ ਚਲਾਕਤਾ ਜ਼ਰੂਰ ਸੀ ਪਰ ਉਹ ਕੋਈ ਉਹਦੇ ਨਾਲੋਂ ਜ਼ਿਆਦਾ ਨਹੀਂ ਸੀ ਵਗਦਾ ਤੂੰ ਡੈਮ ਫੂਲ ਨਾ ਬਣ ਆਈ ਮੀਨ ਇਦਾਂ ਕਰ ਨਹੀਂ ਚੱਲਦੇ ਜੇ ਅੱਡ ਵੀ ਹੋ ਜਾਏਗਾ ਜੋ ਕੁਝ ਤੇਰੇ ਹਿੱਸੇ ਆਉਣਾ ਹੈ ਉਹਦੇ ਨਾਲ ਕੀ ਕਰ ਲੇਗਾ ਉਹ ਤਾਂ ਕੁਝ ਵੀ ਨਹੀਂ ਹੋਣਾ ਆਈ ਸੀ ਨਾਥਿੰਗ ਫੌਜੀ ਨੂੰ ਟੇਡੇ ਢੰਗ ਨਾਲ ਸਰਵਣ ਦਾ ਪੱਖ ਪੂਰਦਿਆਂ ਵੇਖ ਕੇ ਬਲ ਨੂੰ ਖਿਜ ਤੇ ਗੁੱਸਾ ਵੀ ਆਇਆ ਹਿੱਸੇ ਦੇ ਕੁਝ ਵੀ ਨਾ ਹੋਣ ਬਾਰੇ ਸੋਚਦਿਆਂ ਉਸ ਮਨ ਚ ਆਖਿਆ ਅੱਡਤ ਹੈ ਡਿੱਪੂ ਹੈ ਦੁਕਾਨ ਹੈ ਸਭ ਠੀਕ ਚੱਲ ਰਹੀ ਨੇ ਮੈਨੂੰ ਹਿੱਸਾ ਘਟ ਕਿਉਂ ਆਉ ਉਹਦਾ ਅੰਦਰ ਤਾਂ ਤੁਖਦਾ ਰਿਆ ਪਰ ਉਹ ਚੁੱਪ ਰਿਆ ਅੱਡ ਹੋਣ ਦਾ ਇੱਕ ਹੋਰ ਮੌਕਾ ਆਇਆ ਪਰ ਪਰਵਾਨ ਪਰਿਵਾਰ ਦੇ ਪ੍ਰਧਾਨ ਮੰਤਰੀ ਨੇ ਖੁਸ਼ ਅਸਲੂਬੀ ਨਾਲ ਉਹਨੂੰ ਹੱਲ ਕਰਵਾ ਲਿਆ ਸੀ ਸੁਸ਼ਮਾ ਦਾ ਵਿਆਹ ਆ ਗਿਆ ਸੀ ਘਰ ਸਾਂਝਾ ਸੀ ਇਸ ਲਈ ਵਿਆਹ ਵੀ ਸਾਂਝਾ ਹੀ ਕਰਨਾ ਸੀ ਜਦੋਂ ਕੁੜੀ ਲਈ ਗਹਿਣਾ ਬਣਾਉਣ ਦੀ ਗੱਲ ਆਈ ਤਾਂ ਰਾਮ ਲਾਲ ਨੇ ਸਰਵਣ ਤੇ ਫੌਜੀ ਦੀ ਸਲਾਹ ਤੇ ਰਜ਼ਾਮੰਦੀ ਨਾਲ ਹੀ ਗੱਲ ਥੋਰੀ ਗਹਿਣੇ ਦਾ ਐਂ ਕਰਦੇ ਆ ਜਿਹੜੇ ਹਾਰ ਤੇ ਚੂੜੀਆਂ ਕੇਵਲ ਦੀ ਬੋਟੀ ਨੂੰ ਪਾਏ ਸਨ ਉਹ ਸੁਸ਼ਮਾ ਨੂੰ ਪਾ ਦਿੰਨੇ ਆ ਕਾਂਟੇ ਸਰਵਣ ਦੀ ਬੋਟੀ ਵਾਲੇ ਫਿਰ ਉਹ ਨਾਲ ਦੇ ਨਾਲ ਸਪਸ਼ਟੀਕਰਨ ਦੇਣ ਲੱਗਾ ਥੋੜੇ ਦਿਨ ਹੋਈ ਹੈ ਜੇ 35000 ਦੀ ਖਾਦ ਮੰਗਾਈ ਉਹ ਵੀ ਕੁੜੀ ਦੇ ਨੇ ਇਕਦਮ ਵੇਰ ਕੇ ਬਹਿ ਗਏ ਅਖੇ ਅੱਭੀ ਵਿਆਹ ਦਿਓ 6 ਮਹੀਨੇ ਹੋਰ ਖਲੋ ਜਾਂਦੇ ਤਾਂ ਕੁੜੀਆਂ ਦੇ ਕਾਨੂੰ ਹੱਥ ਕਰਨ ਵੇਲੇ ਕਰਨੇ ਸਨ ਪਰ ਵੇਲਾ ਵੇਖਣਾ ਚਾਹੀਦਾ ਹਾਲ ਦੀ ਘੜੀ ਸਾਰੂ ਇਸੇ ਤਰ੍ਹਾਂ ਹੀ ਕੇਵਲ ਅਜੇ ਕੁਝ ਨਹੀਂ ਸੀ ਬੋਲਿਆ ਕਿ ਸਰਵਣ ਬੋਲ ਪਿਆ ਠੀਕ ਹੈ ਐਂ ਸਰਦਾ ਤਾਂ ਸਾਰਨਾ ਚਾਹੀਦਾ ਲੋਕ ਕਿਤੇ ਇੰਜ ਕਰਦੇ ਨਹੀਂ ਕਿਉਂ ਪਾ ਔਰਟ ਬਚਤ ਕਰੋ ਜਿੰਨੀ ਹੁੰਦੀ ਆ ਬਚਤ ਕਰੋ ਇਹੋ ਗਹਿਣਾ ਧਵਾ ਲਓ ਆਈ ਮੀਨ ਨਵੇਂ ਵਰਗਾ ਹੋ ਜਾਣਾ ਸਰਵਣ ਉਠ ਖਲੋਤਾ ਠੀਕ ਹੈ ਮੈਂ ਹੁਣੇ ਤੁਹਾਨੂੰ ਕਾਂਟੇ ਲਿਆ ਕੇ ਦਿੰਦਾ ਭਾਬੀ ਨੂੰ ਨਾਲ ਲੈ ਕੇ ਸੁੰਦਰ ਸਿੰਘ ਸੁਨਿਆਰੇ ਕੋਲ ਚਲੇ ਜਾਓ ਉਹਦੇ ਨਾਲ ਗੱਲ ਕਰ ਲਓ ਉਹ ਇਹ ਪ੍ਰਭਾਵ ਦੇਣਾ ਚਾਹੁੰਦਾ ਸੀ ਕਿ ਜੇ ਭਲਾ ਕਾਂਟਿਆਂ ਖੁਣੋਂ ਕੰਮ ਅੜਿਆ ਪਿਆ ਤਾਂ ਉਹ ਆ ਲਓ ਉਹ ਗਿਆ ਤੇ ਥੋੜੀ ਦੇਰ ਪਿਛੋਂ ਕਾਂਟੇ ਲਿਆ ਕੇ ਰਾਮ ਲਾਲ ਦੇ ਹੱਥੇ ਧਰ ਦਿੱਤੇ। ਕੇਵਲ ਨੂੰ ਲੱਗ ਰਿਆ ਸੀ ਜਿਵੇਂ ਉਹਦੇ ਨਾਲ ਦਾ ਖੇਡਿਆ ਜਾ ਰਿਹਾ ਹੋਵੇ। ਕਾਂਟੇ, ਹਾਰ ਤੇ ਚੂੜੀਆਂ ਲੈਣ ਲਈ ਹੀ ਮੈਦਾਨ ਵਿੱਚ ਨਿਤਰੇ ਸਨ। ਉਹ ਕਿਸੇ ਫੈਸਲੇ ਤੇ ਨਹੀਂ ਸੀ ਪਹੁੰਚਿਆ ਤੇ ਪਮਤਰਿਆਂ ਵਾਂਗ ਇੱਧਰ-ਉੱਧਰ ਹੀ ਵੇਖ ਰਿਹਾ ਸੀ ਕਿ ਕਾਂਤਾ ਘੁੰਡ ਕੱਢੀ ਕਮਰੇ ਚ ਆਈ। ਉਹਦੇ ਹੱਥਲੇ ਰੁਮਾਲ ਵਿੱਚ ਚੂੜੀਆਂ ਤੇ ਹਾਰ ਲਪੇਟੇ ਹੋਏ ਸਨ। ਉਹਨੇ ਪੋਟਲੀ ਸੋਹਰੇ ਦੇ ਹੱਥਾਂ ਵੱਲ ਵਧਾ ਦਿੱਤੀ। ਉਹ ਸਾੜੀ ਦਾ ਪੱਲੂ ਸੰਭਾਲਦੀ ਦਰਵਾਜ਼ਿਆਂ ਬਾਹਰ ਹੋਈ ਤਾਂ ਰਾਮ ਲਾਲ ਦੇ ਸ਼ਬਦ ਉਹਦੇ ਕੰਨਾਂ 'ਚ ਪਏ। ਬਸ ਕੁਛੇ ਚਿਰ ਦੀ ਗੱਲਾ ਪੈਸੇ ਹੱਥ ਆਏ ਤਾਂ ਕੁੜੀਆਂ ਨੂੰ ਮੁੜ ਕੇ ਇਹਨਾਂ ਦਾ ਸਾਰਾ ਨਿਕ ਸੁੱਖ ਬਣਵਾ ਦੇਾਂਗੇ। ਭਗਵਾਨ ਦੀ ਮਿਹਰ ਚਾਹੀਦੀ ਐ। ਸਰਵਣ ਨੇ ਵੀ ਪ੍ਰਸ਼ੰਸਾ ਵੱਜੋਂ ਆਖਿਆ ਭੈਣ ਨੂੰ ਘਰੋਂ ਵਿਦਿਆ ਕਰਨ ਨਾਲੋਂ ਹੋਰ ਕਿਹੜਾ ਪੁੰਨ ਵਾਲਾ ਕੰਮ ਹੋ ਸਕਦਾ ਹੈ? ਜੇ ਸਾਰੇ ਕੰਮ ਇੰਜ ਮਰਜ਼ੀ ਨਾਲ ਹੋ ਜਿਆ ਕਰਨ ਤਾਂ ਨੋਂ ਨਿਦਾਂ ਤੇ ਬਾਰਾਂ ਸਿਦਾਂ ਹੋ ਜਾਣ। ਕਾਲ ਨਾ ਰਹੇ ਕਿਸੇ ਗੱਲ ਦਾ ਸ਼ਾਬਾਸ਼ ਇਹਨਾਂ ਦੇ ਗਹਿਣੇ ਕਿਤੇ ਚਲੇ ਨੇ ਹੱਥ ਸੌਖਾ ਹੋ ਲਵੇ ਤਾਂ ਫੇਰ ਬਣਵਾ ਦੇਾਂਗੀ ਕੇਵਲ ਨੂੰ ਕਾਂਤਾ ਦੇ ਵਤੀਰੇ ਤੇ ਹੈਰਾਨੀ ਹੋਈ ਖਿਜ ਤੇ ਗੁੱਸਾ ਵੀ ਆਇਆ ਉਹਦੀ ਮਰਜ਼ੀ ਤੋਂ ਬਿਨਾ ਉਹਨੇ ਕੀ ਕੀਤਾ ਸੀ ਇੰਜ ਤਾਂ ਇਹ ਬਗਿਆੜ ਸਭ ਕੁਝ ਡਕਾਰ ਜਾਣਗੇ ਉਹਨੇ ਰਾਤੀ ਗੱਲ ਕੀਤੀ ਤਾਂ ਕਾਂਤਾ ਨੇ ਚਿਹਰੇ ਤੇ ਜ਼ੋਰ ਨਾਲ ਮੁਸਕਰਾਟ ਲਿਆਉਣ ਦੀ ਕੋਸ਼ਿਸ਼ ਕਰਦਿਆਂ ਕਿਆ ਕੋਈ ਗੱਲ ਨਹੀਂ ਧੀਆ ਧਿਆਣੀਆਂ ਦਾ ਪੁੰਨ ਹੁੰਦਾ ਹੈ સુષ્મા ਤਾਂ ਮੇਰੀ ਹੈਵੀ ਭੈਣਾ ਵਾਂਗ ਮੈਂ ਤਾਂ ਉਹਨੂੰ ਪਿਆਰ ਵੀ ਬੜਾ ਕਰਦੀ ਆਂ ਨਾਲੇ ਭਾਪੇ ਉਰੀ ਕਹਿੰਦੇ ਆ ਉਹ ਫੇਰ ਬਣਾਈ ਦੇਣਗੇ ਪਰ ਉਹ ਦੁਪਹਿਰੇ ਸੁਣੀ ਫੋਜਣ ਤੇ ਸਰਵਣ ਦੀ ਬੋਟੀ ਦੀ ਗੱਲ ਉੱਕਾ ਗਈ ਸੀ ਉੱਪਰ ਚਬਾਰੇ 'ਚ ਬੈਠੀਆਂ ਸਨ ਕਿ ਕਾਂਤਾ ਉੱਪਰ ਕੱਪੜੇ ਸੁੱਕਣੇ ਪਾਉਣ ਗਈ ਲੈਖਾ ਦੇਵੂ ਕਿਉਂ ਨਾ ਜੇ ਤੂੰ ਕਾਂਟੇ ਦੇਂਗੀ ਤਾਂ ਉਹ ਕਿਉਂ ਨਾ ਦੇਉ ਇਹ ਫੋਜਣ ਦੀ ਆਵਾਜ਼ ਸੀ ਉਹ ਕਹਿੰਦੇ ਸਨ ਜੇ ਬੰਦਿਆਂ ਵਾਂਗ ਨਾ ਦਿੱਤੇ ਤਾਂ ਦੂਜੀ ਤਰ੍ਹਾਂ ਲੈ ਲੈਣਗੇ ਸਰਵਣ ਦੀ ਬੋਟੀ ਦੇ ਬੋਨਸ ਹਨ ਇਹ ਦੱਸਣ ਤੋਂ ਬਿਨਾ ਵੀ ਕੇਵਲ ਨੂੰ ਅਹਿਸਾਸ ਸੀ ਕਿ ਹੁਣ ਗਹਿਣਾ ਨਹੀਂ ਮੋੜਨ ਲੱਗਾ ਉਹਨਾਂ ਦਾ ਵਾਅਦਾ ਤੇ ਮਿਠਾਸ ਸਭ ਲੂੰਬੜ ਚਲਾਕੀ ਸਨ ਉਹਨਾਂ ਦਾ ਇਤਿਹਾਸ ਦਾ ਮਾਸਟਰ ਜਦੋਂ ਅੰਗਰੇਜ਼ਾਂ ਦੇ ਭਾਰਤ ਤੇ ਕਬਜ਼ੇ ਦੀ ਕਹਾਣੀ ਸੁਣਾਉਂਦਾ ਤਾਂ ਅੰਗਰੇਜ਼ਾਂ ਦੇ ਵਤੀਰੇ ਨੂੰ ਲੂੰਬੜ ਚਲਾਕੀ ਨਾਲ ਤੁਲਨਾ ਦਿੰਦਾ ਤਾਰਿਆ ਤੈਨੂੰ ਮਾਸਟਰ ਮਨਜੀਤ ਸਿੰਘ ਦੀ ਲੂੰਬੜ ਚਲਾਕੀ ਵਾਲੀ ਗੱਲ ਯਾਦ ਹੈ ਕੇਵਲ ਨੇ ਗਾਹ ਤੋੜ ਕੇ ਤਾਰੇ ਵੱਲ ਸਿੱਧੀਆਂ ਅੱਖਾਂ ਗੱਡ ਦਿੱਤੀਆਂ ਤਾਰਾ ਮੁਸਕਰਾ ਪਿਆ ਉਹ ਲੂੰਬੜ ਚਲਾਕੀਆਂ ਤਾਂ ਤੇਰੀ ਸਰਕਾਰ ਸਾਡੇ ਨਾਲ ਖੇਡਣ ਲਈ ਆ ਕੇਵਲ ਨੇ ਉਸ ਨੂੰ ਵਿੱਚੇ ਹੀ ਰੋਕ ਕੇ ਗੱਲ ਸ਼ੁਰੂ ਕਰ ਦਿੱਤੀ ਭਰਾਵਾ ਮੈਂ ਤਾਂ ਆਪਣੇ ਘਰ ਦੀਆਂ ਲੂੰਬੜ ਚਲਾਕੀਆਂ ਦੀ ਗੱਲ ਕਰਦਾ ਨਵੇਂ ਅੰਗਰੇਜ਼ਾਂ ਦੀ ਫਿਰ ਉਹ ਜਿਵੇਂ ਰੋਸ ਜੇਚ ਬੋਲਿਆ ਅੱਗੇ ਭਰਾਵਾ ਨੇ ਮੈਨੂੰ ਘਰੋਂ ਕੱਢਿਆ ਹੁਣ ਤੂੰ ਇੱਥੋਂ ੱਤਕਾ ਦੇ ਦੇ ਕੱਢ ਦੇ ਮੁਲਖੋਂ ਬਾਹਰ ਮੈਂ ਤੈਨੂੰ ਇਹਨਾਂ ਪਕੌੜਿਆਂ ਤੇ ਚਾਹ ਨਾਲ ਲੁੱਟ ਗਿਆ ਨਾ ਪਰ ਭਾਉ ਮੈਨੂੰ ਤਾਂ ਮੇਰੇ ਭਰਾ ਹੀ ਲੁੱਟ ਗਏ ਤੇਰੇ ਨਾਲ ਮੈਂ ਅੰਗਰੇਜ਼ ਹਾਂ ਪਰ ਮੇਰੇ ਲਈ ਤਾਂ ਉਹ ਅੰਗਰੇਜ਼ ਨੇ ਭਾਉ ਹਰ ਘਰ ਹਰ ਪਿੰਡ ਚ ਮੋਨਿਆਂ ਚ ਤੇ ਪੱਗਾਂ ਵਾਲਿਆਂ ਚ ਵੀ ਬੜੇ ਅੰਗਰੇਜ਼ ਹੀ ਕਦੇ ਅੰਗਰੇਜ਼ ਵੇਖੀ ਸਾਨੂੰ ਕੱਢ ਕੇ ਵੀ ਜਿਹੜੇ ਅੰਗਰੇਜ਼ ਬਚ ਗਏ ਉਹਨਾਂ ਦਾ ਕੀ ਕਰੇਗਾ ਓਏ ਮੇਮਾ ਦੇ ਖਸਮ ਖਸਮਾਂ ਦਾ ਭੈਣ ਦੇਣਿਆਂ ਦਾ ਕੇਵਲ ਨੂੰ ਭਾਵਕ ਹੁੰਦਿਆਂ ਵੇਖ ਤਾਰਾ ਇਕ ਪਲ ਹੀ ਚੁੱਪ ਕਰ ਗਿਆ ਇੰਨੇ ਚਿਰ ਵਿੱਚ ਹਰਿੰਦਰਪਾਲ ਤੇ ਨੰਬਰਦਾਰ ਆ ਗਏ ਉਹਨਾਂ ਸਰਵਣ ਕੋਲੋਂ ਘੁੱਟ-ਘੁੱਟ ਲਾ ਲਈ ਸੀ ਕਿਉਂ ਵੱਡੇ ਭਾਈ ਆ ਫਿਰ ਚੱਲਿਏ ਤਾਰੇ ਦਾ ਪਤਾ ਨਹੀਂ ਕਿਉਂ ਉਹਦੇ ਨਾਲ ਤੁਰਨ ਨੂੰ ਜੀ ਨਹੀਂ ਸੀ ਕਰਦਾ ਸਮਾਂ ਤਾਂ ਕਾਫੀ ਹੋ ਗਿਆ ਸੀ ਉਹ ਜਾਣਾ ਵੀ ਚਾਹੁੰਦਾ ਸੀ ਪਰ ਉਹਨੇ ਹਰਿੰਦਰਪਾਲ ਨੂੰ ਟਾਲ ਦਿੱਤਾ ਨਹੀਂ ਜਾਓ ਤੁਸੀਂ ਮੈਂ ਉਹਨਾਂ ਰਤਾ ਮੇਰਾ ਯਾਰ ਨਰਾਜ਼ ਹੋ ਚਲਿਆ ਇਹਨੂੰ ਮਨਾਵਾ अच्छा अच्छा ਉਹ ਹੱਸਦੇ ਤੌਰ ਤੇ ਕੇਵਲ ਅਜੇ ਵੀ ਭਰਿਆ ਪੀਤਾ ਸੀ ਤਾਰਿਆ ਮੈਨੂੰ ਤਾਂ ਲੱਗਦਾ ਵਡ ਕਟ ਹੋਈ ਤਾਂ ਤੂੰ ਵੱਡਣ ਲਈ ਮੈਨੂੰ ਮਲ ਲੈਣਾ ਤਾਰਾ ਉੱਠਿਆ ਤੇ ਕੇਵਲ ਨੂੰ ਮੋਢੇ ਤੋਂ ਫੜ ਲਿਆ ਸ਼ਰਮ ਕਰੋ ਕੁਝ ਸ਼ਰਮ ਹਾਂ ਗੱਲ ਕਰਦੇ ਆਂ ਲਾਜ਼ਮ ਹੋ ਕੁਝ ਕੇਵਲ ਨੂੰ ਉਹਦੇ ਮੂੰਹ ਪਰੇ ਬੋਲਾਂ ਨੂੰ ਸੁਣ ਕੇ ਸੱਚਮੁੱਚ ਹੀ ਸ਼ਰਮ ਆ ਗਈ ਉਹਨੂੰ ਬਲੂ ਸਟਾਰ ਐਕਸ਼ਨ ਵਾਲੀਆਂ ਰਾਤਾਂ ਯਾਦ ਹੋ ਆਈਆਂ ਜਦੋਂ ਤਾਰੇ ਨੇ ਉਹਨੂੰ ਘਰ ਆ ਕੇ ਆਖਿਆ ਸੀ ਕੇਵਲਾ ਡਰੀ ਨਾ ਸਾਡੇ ਜਿਉਂਦਿਆਂ ਤੇਰੀ ਵਾਵਲ ਨਹੀਂ ਕੋਈ ਵੇਖ ਸਕਦਾ ਕੇਵਲ ਨੇ ਉੱਠ ਕੇ ਤਾਰੇ ਨੂੰ ਜਫੀ ਪਾ ਲਈ ਸ਼ਾਬਾਸ਼ ਹਾਂ ਤਾਂ ਹੋਈ ਨਾ ਗੱਲ ਭਰਾਮਾਂ ਵਾਲੀ ਤਨਨਾ ਸਿੰਘ ਨੇ ਉਹਨਾਂ ਨੂੰ ਜਫੀ ਚ ਵੇਖ ਕੇ ਕਿਹਾ ਚੰਗਾ ਭੁੱਲ ਚੁੱਕ ਮਾਫ ਆਖਦਾ ਤਾਰਾ ਦੁਕਾਨ ਦੇ ਥੜੇ ਤੋਂ ਥੱਲੇ ਉਤਰ ਆਇਆ ਘਰ ਨੂੰ ਜਾਂਦੇ ਹੋਏ ਕੇਵਲ ਨਾਲ ਹੋਈ ਗੱਲਬਾਤ ਮਨ ਵਿੱਚ ਦੁਹਰਾ ਰਿਹਾ ਸੀ ਤੇ ਫਿਰ ਉਹਨੂੰ ਲੱਗਾ ਜਿਵੇਂ ਉਹਦੀ ਸੋਚ ਕੇਵਲ ਦੀ ਆਖੀ ਗੱਲ ਅੰਗਰੇਜ਼ ਮੇਮਾਂ ਦੇ ਖਸਮ ਤੇ ਆਣ ਕੇ ਖੜੋ ਗਈ ਹੋਵੇ। ਕੇਵਲ ਨੇ ਤਾਂ ਗੱਲ ਸੁਭਾਵਕ ਹੀ ਆਖੀ ਸੀ ਪਰ ਮੇਮਾਂ ਦੇ ਖਸਮ ਸ਼ਬਦ ਉਹਦੇ ਤੁਰ ਅੰਦਰ ਤੱਕ ਲੈ ਗਏ ਸਨ। ਹਰਿੰਦਰਪਾਲ ਨਿੱਕਾ ਹੁੰਦਾ ਬੜਾ ਕੁਲਾ-ਕੁਲਾ ਤੇ ਮਲੂਕ-ਮਲੂਕ ਹੁੰਦਾ ਸੀ। ਉਹਦੀ ਮਾਂ ਲੋੜੋਂ ਵੱਧ ਗੋਰੀ ਤੇ ਬਿੱਲੀ ਹੋਣ ਕਰਕੇ ਲੋਕਾਂ ਨੇ ਉਹਦਾ ਨਾਮ ਮੇਮ ਪਾਇਆ ਹੋਇਆ ਸੀ। ਮੁੰਡੇ ਹਰਿੰਦਰਪਾਲ ਨੂੰ ਮੇਮ ਦਾ ਮੁੰਡਾ ਆ ਕੇ ਛੇੜਦੇ ਉਦਿਆਂ ਗੱਲਾਂ ਤੇ ਚੁੰਡੀਆਂ ਵੱਢਦੇ ਜੇ ਕਿਤੇ ਉਹ ਭੁੱਲਾ ਚੁੱਕਾ ਮੁੰਡਿਆਂ ਨਾਲ ਖੇਡ ਵੀ ਪੈਂਦਾ ਤੇ ਉਹਦੇ ਸਰ ਮੀਠੀ ਆ ਜਾਂਦੀ ਤਾਂ ਵੀ ਮੁੰਡੇ ਉਹਦੇ ਲਾਗੇ ਹੋ ਹੋ ਉਹਨੂੰ ਛੇੜ ਛਾੜ ਕਰਦੇ ਸਤਾਉਂਦੇ ਇੱਕ ਦੇ ਦੇ ਬੁੱਗੀ ਤੇਰੀ ਬਾਜੀ ਭੁੱਗੀ ਉਹਨਾਂ ਕਦੀ ਕਲਪਨਾ ਵੀ ਨਹੀਂ ਸੀ ਕੀਤੀ ਕਿ ਇਹੋ ਹਰਿੰਦਰਪਾਲ ਵੱਡਾ ਹੋ ਕੇ ਕਿਵੇਂ ਬਾਜ਼ੀਆਂ ਪੁਗਾਵੇਗਾ ਉਹੋ ਹਰਿੰਦਰ ਹੁਣ ਮੋਢੇ ਤੇ ਦੁਨਾਲੀ ਰੱਖਦਾ ਉਹਦੀ ਜੀਪ ਪਿੰਡ ਦੀ ਫਿਰਨੀ ਤੋਂ ਹੁੰਦੀ ਹੋਈ ਠਾਣੇ ਠਾਣੇੋਂ ਸ਼ਹਿਰ ਤੇ ਸ਼ਹਿਰੋਂ ਘਰ ਤੱਕ ਕੂਕ ਦੀ ਰਹਿੰਦੀ ਥੋਕ ਵਿੱਚ ਅਫੀਮ ਦੀ ਸਮਗਲਿੰਗ ਕਰਦਾ ਸੀ ਤਾਰੇ ਨੂੰ ਉਹਦੀਆਂ ਬਿੱਲੀਆਂ ਅੱਖਾਂ ਖਤਰਨਾਕ ਬਿੱਲੀ ਵਰਗੀਆਂ ਲੱਗੀਆਂ ਜਿਹੜੀ ਛੇਲਾ ਕੇ ਬੈਠੀ ਹੁੰਦੀ ਤੇ ਘੂਰ ਘੂਰ ਜਗਦੀਆਂ ਬਲਦੀਆਂ ਅੱਖਾਂ ਨਾਲ ਅਗਲੇ ਵੱਲ ਵੇਖੀ ਜਾਂਦੀ ਐ ਮੌਕਾ ਸੰਭਾਲ ਕੇ ਇੱਕਦਮ ਉਛਲ ਕੇ ਅਗਲੇ ਤੇ ਝੱਪਟ ਪੈਂਦੀ ਐ ਤੇ ਫਿਰ ਭਾਵੇਂ ਆਪਣੀਆਂ ਤੇਜ਼ ਨੋਂਦਰਾ ਨਾਲ ਅਗਲੇ ਦੀਆਂ ਅੱਖਾਂ ਕੱਢ ਲਵੇ ਮੂੰਹ ਨੂੰ ਉਛਲਵੇ ਉਹਦਾ ਪਿਓ ਸਰਪੰਚ ਬੰਤਾ ਸਿੰਘ ਉਹਦੀ ਨਿਸਬਤ ਖਰਵਾ ਬੰਦਾ ਸੀ ਜਦੋਂ ਤਾਰੇ ਦੇ ਪਿਓ ਨੇ ਕੁੜੀ ਦੇ ਵਿਆਹ ਚ ਉਸ ਤੋਂ ਰੁਪਏ ਉਧਾਰ ਲਏ ਸਨ ਤਾਂ ਉਸ ਗੱਜ ਵੱਜ ਕੇ ਮਨ ਮਰਜੀ ਦਾ ਵਿਆਜ ਲਾਇਆ ਸੀ ਤੇ ਆਖਿਆ ਸੀ ਕਿ ਜੇ ਸਾਲ ਤੱਕ ਉਹਨੇ ਪੈਸੇ ਨਾ ਮੋੜੇ ਤਾਂ ਉਹ ਆਪਣੇ ਖੇਤਾਂ ਨਾਲ ਲੱਗਦੀ ਉਹਨਾਂ ਦੀ ਦੋ ਕਿੱਲੇ ਜ਼ਮੀਨ ਲਖਵਾ ਲਏਗਾ ਪਰ ਹਰਿੰਦਰਪਾਲ ਦਾ ਕੋਲਾ ਮਨ ਇੱਕ ਦਿਨ ਫਿਰਨੀ ਤੋਂ ਲੰਘਦੇ ਸਮੇਂ ਉਹਨੇ ਤਾਰੇ ਨੂੰ ਘਰ ਦੇ ਬੂਹੇ ਅੱਗੇ ਖਲੋਤਾ ਵੇਖ ਕੇ ਜੀਪ ਰੋਕ ਦਿੱਤੀ ਕਿਵੇਂ ਵੱਡੇ ਪਾਈ ਸਤਗੁਰੂ ਕਿਹੜੇ ਰੰਗਾਂ 'ਚ ਖੇਡਦਾ ਹੈ ਕਿਉਂ ਕੀ ਹਨ ਖੇਡਣਾ ਖਡਾਉਣਾ ਕੀ ਆ ਬਸ ਜੂਨ ਗੁਜ਼ਾਰਾ ਕਰੀ ਜਾਂਦੇ ਆ ਤਾਰਾ ਫਿੱਕਾ ਜਾਂ ਮੁਸਕੜੀਆਂ 'ਚ ਹੱਸ ਪਿਆ ਸੀ ਹਾ ਹਾ ਜੀਬ ਬੰਦ ਕਰਕੇ ਉਹ ਹੱਸਦਾ ਹੋਇਆ ਥੱਲੇ ਉਤਰ ਆਇਆ ਤਾਰਾ ਸਿਆ ਗੁਰੂ ਮਹਾਰਾਜ ਦੀ ਕਿਰਪਾ ਇਹ ਜੂਨ ਤਾਂ ਬੜੇ ਯੱਬਾਂ ਪਿੱਛੋਂ ਮਿਲਦੀ ਆ ਬੰਦੇ ਦੀ ਜੂਨ ਮਨੁੱਖੀ ਦੇਹੀ ਉਸ ਕਰਤਾਰ ਦਾ ਸ਼ੁਕਰ ਕਰ ਕਿਉਂ ਕੀ ਹਨ ਤਾਰੇ ਨਾ ਫਲਸਵੀਆਂ ਦੀ ਤਹਿ ਤੱਕ ਨਾ ਹੀ ਜਾਣਦਾ ਸੀ ਤੇ ਨਾ ਹੀ ਜਾਣਾ ਚਾਹੁੰਦਾ ਸੀ ਉਹ ਪਰਾਵਾ ਬੰਦੇ ਕਾਦੇ ਆ ਅਸੀਂ ਤਾਂ ਡੰਗਰ ਆ ਭਾਟ ਢੋਣ ਵਾਲੇ ਉਸ ਆਪਣੇ ਅਧਮੈਲੇ ਕੱਪੜਿਆਂ ਤੇ ਫਿਟਕੇ ਰੰਗ ਵਾਲੇ ਸਵੈਟਰ ਵਾਲ ਵੇਖਿਆ ਤੇ ਫਿਰ ਜੋ ਰੱਖੀ ਕਮੀਜ਼ ਪਜਾਮੀ ਤੇ ਗਰਮ ਲੋਈ ਦੀ ਬੁੱਕਲ ਵਿੱਚ ਲਿਪਟੇ ਹਰਿੰਦਰਪਾਲ ਸਿੰਘ ਵਾਲ ਵੇਖਿਆ ਕੇਸਰੀ ਪੱਗ ਬਿੱਲੀਆਂ ਅੱਖਾਂ ਨਾਲ ਤਾਰੇ ਨੂੰ ਘੁਰਦੀਆਂ ਉਹ ਗਾਤਰੇ ਪਈ ਕਿਰਪਾਨ ਨੂੰ ਠੀਕ ਕਰਨ ਲੱਗਾ ਤਾਂ ਉਹਦੇ ਬਾਹੀਂ ਪਏ ਸੋਨੇ ਦੇ ਕੜੇ ਖੜਕੇ ਹਾਲਾਤ ਠੀਕ ਨਾ ਹੋਣ ਕਰਕੇ ਸਰਕਾਰ ਨੇ ਪਿਛਲੀ ਦਿਨੀ ਦੁਨਾਲੀ ਜਮ੍ਹਾਂ ਕਰ ਲਈ ਸੀ ਇਸ ਲਈ ਉਹ ਘੜੀ ਕੋ ਪਿੱਛੋਂ ਕੁਰਪਾਨ ਦੇ ਗਾਤਰੇ ਤੇ ਹੱਥ ਫੇਰ ਰਿਹਾ ਸੀ ਤਾਰੇ ਦਾ ਦਿਲ ਕੀਤਾ ਉਹਨੂੰ ਆਖੇ ਭੈਣ ਘੜਕਾ ਬੰਦਿਆ ਦੀ ਜੂਨ ਤੋਂ ਤੁਸੀਂ ਲੈ ਗਏ ਸਾਥੋਂ ਖੋ ਕੇ ਤੁਸੀਂ ਕਰੋ ਵੀ ਕਿਉਂ ਨਾ ਕਰਤਾਰ ਦਾ ਸ਼ੁਕਰ ਪਰ ਉਹਦੇ ਮੂੰਹ ਨਿਕਲਿਆ ਮੈਨੂੰ ਲੱਗਦਾ ਕਰਤਾਰ ਵੀ ਦੋ ਨਹੀਂ ਉੱਥੇ ਇਕ ਤੁਹਾਡਾ ਤੇ ਇੱਕ ਸਾਡਾ ਭੁੱਖਿਆ ਨੰਗਿਆਂ ਦਾ ਬੈਠਾ ਹੋ ਰੱਬ ਦੀ ਕੋਠੀ ਦੇ ਬਾਹਰ ਇੱਕ ਨੁਕਰੇ ਸੜਕ ਤੇ ਝੁੱਗੀ ਪਾ ਕੇ ਲੈ ਲੈ ਵੱਡੇ ਭਾ ਆ ਨਾਕ ਉਹ ਸੱਚਾ ਪਾਤਸ਼ਾਹ ਸਭ ਦਾ ਸੰਝਾ ਤੂੰ ਸੇਵਾ ਪਾਣੀ ਪੁੱਛਣ ਦੀ ਤਾਂ ਉਲਟਾ ਹੁੰਦਾ ਏ ਇਹ ਗੱਲ ਤਾਂ ਨਾ ਨਾ ਹੋਈ ਫੇਰ ਕੋਈ ਕਿਉਂਕਿ ਉਹਨੇ ਅੱਗੇ ਵੱਧ ਕੇ ਤਾਰੇ ਦੇ ਲੱਕ ਦਵਾਲਿਓਂ ਬਾਹਵਲ ਲਈ ਤਾਰੇ ਨੇ ਵੀ ਇੱਕ ਪਲ ਮਹਿਸੂਸ ਕੀਤਾ ਉਹ ਕੁਝ ਵਧੇਰੇ ਰੁੱਖਾ ਬੋਲ ਰਿਹਾ ਸੀ ਨਹੀਂ ਨਹੀਂ ਆ ਫੇਰੇ ਡੀ ਮਰੀ ਵੀ ਨਹੀਂ ਪਈ ਤੁਝ ਮਾਤੀ ਐ ਸਾਡਾ ਆਖਰਕਾਰ ਉਹਨੇ ਸੋਨੇ ਦੀਆਂ ਛਾਪਾਂ ਵਾਲਾ ਉਹਦਾ ਹੱਥ ਘੁੱਟਿਆ ਤੇ ਉਹਨੂੰ ਘਰ ਵੱਲ ਤੋਰਦੇ ਸਮੇਂ ਤਾਰੇ ਨੂੰ ਕੋਈ ਮੁਸ਼ਕਿਲ ਨਹੀਂ ਆਈ ਆ ਹੋਈ ਨਾ ਗੱਲ ਬੰਦਿਆਂ ਵਾਲੀ ਖਲੋਜਾ ਜੀ ਪਾਸੇ ਕਰ ਲਾ ਉਹ ਦਰਵਾਜ਼ੇ ਦੇ ਨਾਲ ਲੱਗਦੀ ਬੈਠਕ ਚ ਬੈਠ ਕੇ ਘਰ ਦੀ ਕੱਢੀ ਸ਼ਰਾਬ ਦੀ ਬੋਤਲ ਤਾਰੇ ਨੇ ਵੇਚਦੇ ਰੱਖੀ ਤੇ ਘਰੋਂ ਅਚਾਰ ਤੇ ਗੰਡਾ ਛਰਵਾ ਕੇ ਜੱਗ ਚ ਪਾਣੀ ਲੈ ਆਇਆ ਹਰਿੰਦਰਪਾਲ ਨੇ ਪੈਗ ਪਾ ਕੇ ਤਾਰੇ ਦੇ ਪੈਗ ਨਾਲ ਟਕਰਾਇਆ ਤੇ ਫਿਰ ਉਂਗਲ ਨੂੰ ਗਲਾਸ ਵਿੱਚ ਭਿਉਂ ਕੇ ਸਤ ਨਾਮ ਕਹਿੰਦਿਆਂ ਸ਼ਰਾਬ ਫਰਸ਼ ਤੇ ਛਿੜਕੀ ਤੇ ਗਲਾਸ ਡਕਾਰ ਗਿਆ ਮੈਂ ਕਿਹਾ ਸ਼ਰਾਬ ਤਾਂ ਕਮਾਲ ਆ ਘਰ ਬਣਾਈ ਸੀ ਮੈਂ ਆਨਾ ਇੱਕ ਹੋਰ ਗੱਲ ਸੁਣ ਉਸ ਗਲਾਸ ਮੇਜ਼ ਤੇ ਰੱਖ ਦਿਆਂ ਸਿੱਲੀਆਂ ਮੁੱਛਾਂ ਚੁੱਪੀਆਂ ਫਿਰ ਤਾਰੇ ਨੂੰ ਸਲਾਹ ਦਿੱਤੀ ਚੜਦੀ ਪੱਤੀ ਵਾਲੇ ਮੇਹਣੇ ਹੋਰੀ ਜਿਹੜੀ ਸ਼ਰਾਬ ਵੇਚਦੇ ਨੇ ਮਾਈ ਨਿਰਾ ਪਾਣੀ ਮੀਨਾ ਵੀ ਸਵਾਦ ਨਾਲ ਨਹੀਂ ਭਰਦੇ ਨਵਾਂ ઠાਣੇਦਾਰ ਉਹਨਾਂ ਤੇ ਬੜਾ ਔਖਾ ਹੈ ਜੇ ਆਖੇ ਤਾਂ ਤੇਰੀ ਗੱਲ ਕਰਾ ਦੇਈ ਆਪਣਾ ਬੇਲੀ ਆ ਕਾਲਜ 'ਚ ਮੇਰੇ ਤੋਂ ਸਾਲ ਪਿੱਛੇ ਹੁੰਦਾ ਸੀ ਆਪਣਾ ਸਿੱਖ ਭਰਾ ਐਦਾਂ ਦੀ ਹੋਵੇ ਤਾਂ ਅਗਲਾ 4 ਰੁਪਏ ਵੱਧ ਖਰਚ ਕੇ ਵੀ ਖੁਸ਼ ਹੁੰਦਾ ਕਿਉਂ ਕੀ ਆ ਨਾ ਨਾਲੇ ਤੂੰ 4 ਪੈਸੇ ਵਟਿਆ ਕਰੇ ਜਾਂ ਸਾਡੀ ਯਾਰੀ 'ਚੂੰ ਹੀ ਕੁਝ ਖੱਟ ਲੈ ਕਿਉਂ ਕੀ ਆ ਨਾ ਤੇ ਤਾਰੇ ਨੇ ਉਹਦੀ ਯਾਰੀ ਤੋਂ ਇਹ ਖੱਟਿਆ ਸੀ ਤਿੰਨ ਮਹੀਨੇ ਸ਼ਰਾਬ ਵੇਚੀ ਸੀ ਚਾਰ ਪੈਸੇ ਵੀ ਵਟੇ ਗਏ ਸਨ ਪਰ ਉਸ ਤੋਂ ਅਗਲੇ ਮਹੀਨੇ ਉਹਦੀ ਚਲਦੀ ਪੱਠੀ ਤੇ ਦੋ ਡਰਮ ਲਾਣ ਦੇ ਫੜੇ ਗਏ ਸਨ ਲੋਕ ਵੀ ਆਖਦੇ ਸਨ ਇਹ ਹਰਿੰਦਰਪਾਲ ਦੀ ਬੇਈਮਾਨੀ ਹੈ ਤਾਰਾ ਵੀ ਸਮਝਦਾ ਸੀ ਅੱਖ ਰੋਈ ਤਾਂ ਵਿਚੋਲਾ ਸੀ ਪਰ ਹਰਿੰਦਰਪਾਲ ਆਗਦਾ ਸੀ ਉਤੋਂ ਜੀ ਦੀ ਮਰਜ਼ੀ ਸੌ ਖਵਾ ਲੈ ਜੇ ਮੈਂ ਵਿਚੋਲਾ ਸਾਹ ਤਾਂ ਵਿਚੋਲਾ ਬਣ ਕੇ ਛੁਡਾਇਆ ਵੀ ਤਾਂ ਮੈਂ ਹੀ ਆ ਗੱਲ ਥਾਣੇਦਾਰ ਤੱਕ ਹੁੰਦੀ ਤਾਂ ਕੋਈ ਨਹੀਂ ਸੀ ਗੱਲ ਤਾਂ ਤਾਂ ਚਲੀ ਗਈ ਸੀ ਡੀਐਸਪੀ ਕੋਲ ਮੋਣੀ ਉਹ ਰਸ਼ਕੈਤ ਕਰਤੀ ਸੀ ਕਿ ਮੇਰਾ ਹੀ ਕੰਮ ਸੀ ਅਗਲੇ ਦਿਨ ਥਾਣੇੋਂ ਲੈ ਆ ਵਿੱਚੋਲਾ ਸਾਂ ਤਾਂ ਉਹਦੀ ਥਾਂ ਫਿਰ ਬਾਹ ਵੀ ਤਾਂ ਵੇ ਲੈਣੇ ਚ ਅਸੀਂ ਦਿੱਤੀ ਐ ਕਿਉਂ ਕਿ ਹਨ ਉੱਤੇ ਡੇ ਢੰਗ ਨਾਲ ਤਾਰੇ ਨੂੰ ਛਡਾਉਣ ਲਈ ਪੁਲਿਸ ਨੂੰ ਦਿੱਤੇ 3000 ਰੁਪਏ ਦੀ ਗੱਲ ਸੁਣਾ ਰਿਆ ਸੀ ਇਹੋ ਪੈਸੇ ਪਹਿਲਿਆਂ ਪੈਸਿਆਂ ਨਾਲ ਜੁੜ ਗਏ ਸਨ ਤੇ ਸ਼ਹਿ ਲਾ ਕੇ ਬੈਠੇ ਬਿੱਲੀ ਨੇ ਚਪਟਾ ਮਾਰ ਕੇ ਉਹਦੀ ਦੋ ਕਿੱਲੇ ਜ਼ਮੀਨ ਖੋ ਲਈ ਸੀ ਬਿੱਲਾ ਮੇਮ ਦਾ ਮੁੰਡਾ ਨਿੱਕਾ ਅੰਗਰੇਜ਼ ਤਾਰੇ ਨੇ ਜ਼ਮੀਨ ਤੇ ਧੁੱੱਕਿਆ ਘਰ ਪਹੁੰਚ ਕੇ ਤਾਰੇ ਨੇ ਡੰਗਰਾਂ ਦੀਆਂ ਖੁਰਲੀਆਂ 'ਚ ਕੱਖ ਪੱਠਾ ਵੇਖਿਆ ਮੱਝ ਦੀ ਧਾਰ ਕੱਢੀ ਉਹਦੀ ਵੋਟੀ ਰੋਟੀ ਲੈ ਕੇ ਆਈ ਤਾਂ ਉਹਨੇ ਥਾਲੀ ਫੜ ਕੇ ਰੋਟੀ ਦੀ ਬੁਰਕੀ ਤੋੜ ਕੇ ਮੂੰਹ ਵਿੱਚ ਪਾਈ ਪਰ ਬੁਰਕੀ ਸੰਘੋਂ ਹੇਠਾਂ ਸਵਾਦ ਨਾਲ ਲੰਘਦੀ ਨਹੀਂ ਸੀ ਜਪਦੀ ਉਹਦੇ ਜ਼ਿਹਨ ਵਿੱਚ ਕੇਵਲ ਦੀਆਂ ਗੱਲਾਂ ਸਨ ਤੇ ਹਰਿੰਦਰਪਾਲ ਦੀਆਂ ਬਿੱਲੀਆਂ ਅੱਖਾਂ ਉਹਦੇ ਵੱਲ ਸ਼ਹਿ ਲਾ ਕੇ ਘੂਰਦੀਆਂ ਜਪਦੀਆਂ ਸਨ ਅਚਾਨਕ ਬਾਰੋਂ ਕਿਸੇ ਦੇ ਰੋਲੇ ਦੀ ਆਵਾਜ਼ ਆਈ ਬਾਜ਼ਾਰ ਚ ਗੋਲੀ ਚੱਲ ਗਈ ਕਈਆਂ ਨੂੰ ਮਾਰ ਗਏ ਨੇ ਤਿੰਨ ਚਾਰ ਬੰਦੇ ਸਨ ਮੂੰਹ ਬੱਧੇ ਹੋਏ ਪਿਸਤੌਲਾਂ ਵਾਲੇ ਤਾਰੇ ਦੇ ਹੱਥੋਂ ਬੁਰਕੀ ਛੁੱਟ ਗਈ ਉਹ ਘਰ ਵਾਲੀ ਦੇ ਰੋਕਦਿਆਂ ਜੁੱਤੀ ਪਾ ਕੇ ਬਾਹਰ ਨਿਕਲ ਆਇਆ ਫਿਰ ਨਹੀਂ ਤੇ ਥੋੜੀ ਦੂਰ ਗਿਆ ਤਾਂ ਦੋ ਬੰਦੂਕਧਾਰੀ ਸਪਾਈਆਂ ਨੇ ਉਹਨੂੰ ਰੋਕ ਲਿਆ ਕਿੱਧਰ ਚੱਲਿਆ ਕੌਣ ਐ ਤੂੰ ਸਾਡੇ ਬੰਦੇ ਨੂੰ ਗੋਲੀ ਲੱਗੀ ਐ ਮੈਂ ਉਧਰ ਚੱਲਿਆ ਰਤਾ ਤਾਰੇ ਨੇ ਐਵੇਂ ਹੀ ਆਖ ਦਿੱਤਾ ਹੈਦਰ ਕਿੱਧਰ ਜਾਣਾ ਫੇਰ ਅਦਰ ਹਸਪਤਾਲ ਨੂੰ ਜਾ ਸਾਰੇ ਜ਼ਖਮੀ ਹਸਪਤਾਲ ਲੈ ਗਏ ਨੇ ਸਪਾਈਆਂ ਨੇ ਸੱਜੇ ਹੱਥ ਹਸਪਤਾਲ ਨੂੰ ਜਾਂਦੀ ਸੜਕ ਵੱਲੇ ਇਸ਼ਾਰਾ ਕੀਤਾ ਉਸ ਸੜਕੇ ਸੜਕ ਪਿੰਡ ਤੋਂ ਬਾਹਰ ਸਥਿਤ ਪ੍ਰਾਇਮਰੀ ਹੈਲਥ ਸੈਂਟਰ ਵੱਲ ਦੌੜ اٹھے ਹਸਪਤਾਲ ਜੰਗ ਦਾ ਮੈਦਾਨ ਬਣਿਆ ਪਿਆ ਸੀ 13 14 ਬੰਦਿਆਂ ਨੂੰ ਗੋਲੀਆਂ ਲੱਗੀਆਂ ਸਨ ਕਿਸੇ ਨੂੰ ਛਾਤੀ ਤੇ ਕਿਸੇ ਨੂੰ ਗਲ ਚ ਕਿਸੇ ਨੂੰ ਬਾਹ ਤੇ ਲਹੂ ਲੋਹਾਨ ਕੱਪੜੇ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦਿੱਤੀ ਜਾ ਰਹੀ ਸੀ ਤੇ ਸੀਆਰਪੀਐਫ ਵਾਲਿਆਂ ਨੂੰ ਬੇਨਤੀ ਕੀਤੀ ਜਾ ਰਹੀ ਸੀ ਕਿ ਉਹ ਆਪਣੇ ਟਰੱਕ ਤੇ ਛੇਤੀ ਤੋਂ ਛੇਤੀ ਜ਼ਖਮੀਆਂ ਨੂੰ ਸ਼ਹਿਰ ਲੈ ਜਾਣ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਇਹਨੇ ਬੰਦਿਆਂ ਚੋਂ ਸਿਰਫ ਕੇਵਲੀ ਇਕੱਲਾ ਸੀ ਜੋ ਥਾਂ ਤੇ ਦਮ ਤੋੜ ਗਿਆ ਸੀ ਤਾਰਾ ਸਰਵਣਵਲ ਵਧਿਆ ਤਾਂ ਸਰਵਣ ਨੂੰ ਵੇਖ ਕੇ ਉਹਦੇ ਗਲ ਲੱਗ ਕੇ ਫੁੱਟ ਪਿਆ ਤਾਰਾ ਸਿਆ ਤੇਰਾ ਭਰਾ ਸਾਨੂੰ ਛੱਡ ਗਿਆ ਓਏ ਅਦਵਾਟੇ ਸਾਡੀ ਬਾਹ ਪੱਜ ਗਈ ਓਏ ਤਾਰਾ ਇੱਕ ਪਾਸੇ ਮੂੰਹ ਕਰਕੇ ਅਥਰੂ ਪੁੰਜਣ ਲੱਗਾ ਉਧਰ ਉਜਾੜ ਬਾਜ਼ਾਰ ਵਿੱਚ ਕੇਵਲ ਲਾਵਾਰਸਾਂ ਵਾਂਗ ਅਜੇ ਵੀ ਪਿਆ ਸੀ। ਕਾਲੇ ਰੰਗ ਦਾ ਜੱਤਲ ਕੁੱਤਾ ਜੋ ਦੀ ਦੁਕਾਨ ਦੇ ਸਾਹਮਣੇ ਬੈਠਾ ਰਹਿੰਦਾ ਸੀ ਜਿਹਨੂੰ ਕਦੀ ਰੋਟੀ ਤੇ ਕਦੀ ਪਾਣੀ ਮਿਲਿਆ ਦੁੱਧ ਪਾ ਛੜਦਾ। ਇਧਰੋਂ ਉਧਰੋਂ ਘੁੰਮਦਾ ਫਿਰਦਾ ਆਇਆ ਤੇ ਪੈਰਾਂ ਵੱਲੋਂ ਉਹਦੀ ਲਾਸ਼ ਨੂੰ ਸੁੰਘਣ ਲੱਗਾ। ਪੂਛ ਲਾਉਂਦਿਆਂ ਉਹਦੇ ਆਲੇ ਦੁਆਲੇ ਘੁੰਮਿਆ ਜਿਵੇਂ ਉਹਦੀ ਪ੍ਰਕਰਮਾ ਕਰ ਰਿਹਾ ਹੋਵੇ। ਫਿਰ ਪਰੇ ਨੂੰ ਤੁਰ ਗਿਆ ਤੇ ਬਿਜਲੀ ਦੇ ਖੰਭੇ ਕੋਲ ਟੰਗ ਚੁੱਕ ਕੇ ਪਿਸ਼ਾਬ ਕਰਨ ਲੱਗਾ। ਪਹਿਲਾਂ ਤਾਂ ਹੋਰ ਪਰਾਂ ਨੂੰ ਤੁਰਨ ਲੱਗਾ ਜਿਵੇਂ ਉਹ ਵੀ ਕਿਸੇ ਸੁਰੱਖਿਅਤ ਥਾਂ ਤੇ ਜਾ ਕੇ ਬੈਠਣਾ ਚਾਹੁੰਦਾ ਹੋਵੇ ਪਰ ਫਿਰ ਪਤਾ ਨਹੀਂ ਮਨ 'ਚ ਕੀ ਖਿਆਲ ਆਇਆ ਉਹ ਮੁੜਿਆ ਤੇ ਕੇਵਲ ਦੇ ਪੈਰਾਂ ਕੋਲ ਕੁਝ ਚਿਰ ਖਲੋਤਾ ਪੂਛ ਹਿਲਾਉਂਦਾ ਰਿਹਾ ਫਿਰ ਉੱਥੇ ਹੀ ਅਗਲੀਆਂ ਟੰਗਾਂ 'ਚ ਮੂੰਹ ਦੇ ਕੇ ਬੈਠ ਗਿਆ ਜੇ ਕੇਵਲ ਕਿਤੇ ਉੱਠ ਸਕਦਾ ਹੁੰਦਾ ਤੇ ਤਾਰੇ ਤੇ ਸਰਵਣ ਵਿੱਚਲੀ ਗੱਲਬਾਤ ਸੁਣ ਸਕਦਾ ਹੁੰਦਾ ਤਾਂ ਉਹਨੇ ਆਖਣਾ ਸੀ ਕਿਉਂ ਪਖੰਡ ਕਰਦਾ ਹੈ ਪ੍ਰਧਾਨ ਮੰਤਰੀ ਬਾਹਾਂ ਤਾਂ ਤੁੰ ਆਪ ਪੰਦਾਂ ਦੇ ਭਰਾਵਾਂ ਦੀਆਂ ਤੇ ਉਹਨੇ ਆਪਣੀ ਕਮਜ਼ੋਰ ਹੋਈ ਬਾਹ ਉਹਦੇ ਅੱਗੇ ਕਰ ਦੇਣੀ ਸੀ ਕੁੱਚ ਰੁਆ ਸਰਵਣ ਕਿਸੇ ਜੱਟ ਨਾਲ ਝਗੜ ਪਿਆ ਸੀ ਉਹ ਝੋਨੇ ਦੇ ਪੈਸੇ ਲੈਣ ਆਇਆ ਸੀ ਉਹਨੇ ਆੜਤ ਤੇ ਝੋਨਾ ਸੁਟਿਆ ਸੀ ਪਰ ਕਈ ਫੇਰੇ ਮਾਰਨ ਤੇ ਵੀ ਸਰਵਣ ਪੈਸੇ ਨਹੀਂ ਸੀ ਦੇ ਰਿਹਾ ਅੱਜ ਉਹ ਸ਼ਰਾਬ ਪੀ ਕੇ ਆਇਆ ਸੀ ਖਬਰੇ ਰੋਜ਼ ਦਿਹਾੜੀ ਸ਼ਾਹੀ ਸ਼ਾਹੀ ਆਖਦਾ ਥੱਕ ਗਿਆ ਸੀ ਆਹ RAMU ਵਾਲਿਆ ਬਾਹ ਪੈਸੇ ਦੇਣੇ ਹੋ ਕਿ ਨਹੀਂ ਤੇਰੀ ਉਹ ਕੁੜੀ ਨੂੰ ਸਰਵਣ ਤੇ ਫੌਜੀ ਹੱਥ ਜੋੜ ਕੇ ਉਹਨੂੰ ਮੁਰ ਜਾਣ ਤੇ ਸਵੇਰੇ ਉਹਦੇ ਘਰ ਪੈਸੇ ਪੁਚਾਉਣ ਲਈ ਕਹਿ ਰਹੇ ਸਨ ਪਰ ਉਹ ਚੁੱਪੀ ਨਹੀਂ ਸੀ ਕਰ ਰਹੀ ਉਹ ਹੱਥ ਜੋੜਦਿਆਂ ਵੀ ਵੇਰੇ ਅਖਲੋਤਾ ਸੀ ਮੈਂ ਹੁਣੇ ਪੈਸੇ ਲੈਣੀ ਇੱਥੇ ਤਲੀ ਤੇ ਧਰਾਉਣੀ ਪਹਿਲਾਂ ਕੁੜੀ ਦੇਨ ਨੂੰ ਛੋਨਾ ਤੋਂ ਲਾਇਆ ਸੀ ਖਲੋ ਜਾ ਤੇਰੇ ਵੱਡੇ ਸਾਹ ਦੀ ਕੋਲ ਖਲੋਤੇ ਕੇਵਲ ਤੋਂ ਜਰਿਆ ਨਾ ਗਿਆ ਦੂਜੇ ਪਲ ਉਹਨੇ ਸ਼ਰਾਬੀ ਦੇ ਨੱਕ ਤੇ ਵੱਟ ਕੇ ਕੁਸੁੰਨ ਝੜ ਦਿੱਤਾ ਗਾਲਾਂ ਕਿੜੇ ਪੀਉ ਨੂੰ ਕੱਢਦਾ ਹੋਏ ਉਹਨੇ ਉਹਦੇ ਲੱਕ ਨੂੰ ਜਫਾ ਪਾ ਲਿਆ ਉਹਨੂੰ ਪਿਆ ਵੇਖ ਕੇ ਸਰਵਣ ਤੇ ਫੌਜੀ ਵੀ ਉਹਨੂੰ ਖਸੂਨੇ ਤੇ ਛਤਰੀਂ ਡੈ ਪਏ ਹੁਣ ਉਹ ਵੀ ਕਹਿ ਰਹੇ ਸਨ ਗਾਲਾਂ ਕਿਹਨੂੰ ਕੱਢਦਾ ਹੋਏ ਅਸੀਂ ਤੇਰੇ ਮੂੰਹ ਹਲ ਵਿੰਦੇ ਪਏ ਸਾਂ ਜਦੋਂ ਲੋਕਾਂ ਵਿੱਚ ਪੈਕੇ ਛੁਡਾਇਆ ਉਦੋਂ ਤੱਕ ਸ਼ਰਾਬੀ ਜੱਟ ਦੇ ਸਿਰ 'ਚੋਂ ਤੇ ਨੱਕ 'ਚੋਂ ਲਹੂ ਵਗ ਕੇ ਉਹਦੇ ਕੱਪੜੇ ਭਿੱਜ ਚੁੱਕੇ ਸਨ ਵੈਨਾ ਪੁੱਤ ਮੈਂ ਤੁਹਾਨੂੰ ਉਹ ਗਾਲਾਂ ਦਿੰਦਾ ਤੇ ਚਾਂਗਰਾ ਮਾਰਦਾ ਖਿਲਰੇ ਵਾਲੀ ਤੇ ਥਿੜਕਦੇ ਕਦਮੀ ਤੁਰ ਪਿਆ ਉਸੇ ਵੇਲੇ ਸਾਰੇ ਭਰਾਵਾਂ ਦੀ ਮੀਟਿੰਗ ਹੋਈ ਉਹਨਾਂ ਦੀ ਬਰਾਦਰੀ ਦੇ ਮੈਂਬਰ ਬੰਸੀ ਲਾਲ ਨੇ ਡਰਾ ਦਿੱਤਾ ਕਿ ਅਗਲੇ ਪੁਲਿਸ ਦੇ ਪਰਚਾ ਨਾ ਦਰਜ ਕਰਾ ਦੇਣ ਉਹਨਾਂ ਤੋਂ ਪਹਿਲਾਂ ਆਪ ਕੁਝ ਕਰਨਾ ਚਾਹੀਦਾ ਤੇ ਕਾਲੀ ਚ ਸਲਾਹ ਬਣ ਗਈ ਕੇਵਲ ਨੂੰ ਅਧੀਏ ਸ਼ਰਾਬ ਦਾ ਪਿਆ ਕੇ ਸਰਵਣ ਨੂੰ ਉਹਦੀ ਬਾਹ ਤੇ ਕਿਰਪਾਨ ਦਾ ਟੱਕ ਮਾਰਨ ਲਈ ਕਿਹਾ ਤਾਂ ਕਿ ਕੇਸ ਉੱਤੋਂ ਦੀ ਬਣ ਸਕੇ ਪਰ ਸਰਵਣ ਨੇ ਖਬਰੇ ਜ਼ਿਆਦਾ ਪੀ ਲਈ ਸੀ ਜਾਂ ਘਬਰ ਗਿਆ ਸੀ ਕਿਰਪਾਨ ਮਾਰਨ ਲੱਗਿਆ ਟੱਕ ਕੁਝ ਜ਼ਿਆਦਾ ਹੀ ਲੱਗ ਗਿਆ ਸੀ ਅਗਲੇ ਦਿਨ ਦੋਵੇਂ ਧਿਰਾਂ ਹਸਪਤਾਲ ਵਿੱਚ ਸੰਤ ਤੇ ਦੋਹਾਂ ਨੇ ਛੱਬੀ ਬਣਵਾ ਲਈ ਸੀ ਦੋਹਾਂ ਧਿਰਾਂ ਵੱਲੋਂ ਡਾਕਟਰ ਤੇ ਪੁਲਿਸ ਨਾਲ ਰਾਈ ਰੜਾਈ ਗਈ ਸੀ ਦੋਨਾਂ ਧਿਰਾਂ ਦੇ ਬੰਦੇ ਵਿੱਚ ਵਿਚਾਲੇ ਪੈ ਕੇ ਰਾਜੀ ਨਾਮੇ ਲਈ ਵੀ ਕਹਿ ਰਹੇ ਸਨ ਉਹਨਾਂ ਦੀ ਕਿਹੜੀ ਜੱਦੀ ਜੱਦੀ ਦੁਸ਼ਮਣੀ ਸੀ ਐਵੇਂ ਗੁੱਸੇ 'ਚ ਗਲਤੀ ਹੋ ਗਈ ਸੀ ਬੰਸੀ لال ਕਹਿ ਰਿਹਾ ਸੀ ਰੋਜ਼ ਇੱਥੇ ਰਹਿਣਾ ਇਹਨਾਂ ਭਰਾਵਾਂ 'ਚ ਨਾਲੇ ਅੱਜਕੱਲ੍ਹ ਦੇ ਹਾਲਾਤਾਂ ਚ ਤਾਂ ਇਹ ਸਮੁੰਦਰ 'ਚ ਰਹਿ ਕੇ ਮગરਮੱਛ ਨਾਲ ਵੈਰ ਪਾਉਣ ਵਾਲੀ ਗੱਲ ਆ ਸ਼ੁਕਰ ਕਰੋ ਕੇਸ ਬਰਾਬਰ ਹੋ ਗਿਆ ਪੈਸੇ ਤਾਂ ਲੱਗੇ ਪਰ ਚਲੋ ਨਹੀਂ ਤਾਂ ਅੰਤ ਦੋਹਾਂ ਤੇ ਰਾਂਝਾ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਸੀ ਕੇਵਲ ਗੱਲ ਨਾਲ ਬੰਨ ਲਟਕਾਈ ਜਦੋਂ ਦੁਕਾਨਵਾਲ ਜਾ ਰਿਹਾ ਸੀ ਤੇ ਸ਼ਾਮ ਲਾਲ ਨੇ ਉਹਦਾ ਹਾਲਚਲ ਪੁੱਛਿਆ ਕੇਵਲ ਖਲੋ ਗਿਆ ਜੇ ਇਹੋ ਰਾਜ਼ੀਨਾਮੇ ਵਾਲੀ ਕਰਤੂਤ ਹੀ ਕਰਨੀ ਸੀ ਤਾਂ ਮੇਰੀ ਬਾਹ ਜ਼ਰੂਰ ਬਜਾਰਿਤ ਕਰਨੀ ਸੀ ਆ ਵੇਖ ਲੈ ਕੱਪੜੇ ਨਾਲ ਬੰਨ ਕੇ ਗਲ ਚ ਪਾਈ ਬਾਹ ਉਹਨੇ ਅੱਗੇ ਵਧਾਈ ਉਦਨ ਚ ਪਚਾਪ ਖੜੋਤੇ ਸਾਰੇ ਖੁਸਰਿਆਂ ਗੁੜੀਆਂ ਦੀਆਂ ਗਾਲਾਂ ਲਈ ਜਾਣ ਜੇ ਮੈਂ ਨਾ ਨਿੱਤਰਦਾ ਪਰ ਇਹਨਾਂ ਦੀ ਕਰਤੂਤ ਵੇਖ ਲੋ ਉਹ ਤੂੰ ਲਾਉਣਾ ਹੀ ਆ ਤਾਂ ਹਿਸਾਬ ਦਾ ਟੱਕਲਾ ਕੱਪਾ ਹੀ ਗੋਲਤਾ ਉਹ ਅਜੇ ਵੀ ਹਸਰਤ ਭਰੀ ਨਜ਼ਰ ਨਾਲ ਬਾਹਵਲ ਵੇਖ ਰਿਹਾ ਸੀ ਕੋਈ ਨਹੀਂ ਕੇਵਲਾ ਧੰਨਾ ਸਿੰਘ ਦਰਜੀ ਨੇ ਝੋਟ ਕੀਤੀ ਭੱਜੀਆਂ ਬਾਹਾਂ ਗਲ ਨੂੰ ਹੀ ਆਉਨੀਆਂ ਐ ਉਹ ਕੇਵਲ ਵੱਲੋਂ ਭਰਾਵਾਂ ਦੀ ਮਦਦ ਤੇ ਆਉਣ ਵਾਲੇ ਵੀ ਤੇ ਉਹਨਾਂ ਵੱਲੋਂ ਬਾਹ ਵੜ ਕੇ ਗੱਲ 'ਚ ਪਾਉਣ ਬਾਰੇ ਵੀ ਦੂਰਾ ਵਿਅੰਗ ਕਰ ਰਿਹਾ ਸੀ ਚੰਗਾ ਚਾਚਾ ਕਰਲਾ ਮਖੌਲ ਮੈਂ ਤਾਂ ਪੈ ਗਿਆ ਦਿਨਾਂ ਤੇ ਪਰ ਜਿਹੜੀਆਂ ਇਹਨਾਂ ਦੀਆਂ ਨੀਤਾਂ ਨੇ ਨਾ ਚਾਚਾ ਮੈਂ ਇਹਨਾਂ ਨਾਲ ਦੂਰ ਤੱਕ ਨਿਭ ਨਹੀਂ ਸਕਣਾ ਚੰਗਾ ਸ਼ੇਰਾ ਜਦੋਂ ਨਾਂ ਦੇ ਵੀ ਆਜ ਨਹੀਂ ਸਾਡੇ ਕੋਲ ਆ ਲਾਗਲੀ ਦੁਕਾਨ ਵਿਹਲੀ ਪਈ ਆ ਜੇ ਤੈਨੂੰ ਦਵਾ ਦਾਂਗੇ ਪਰ ਆ ਬਾਹ ਭੱਜੀ ਵਾਲੀ ਗੱਲ ਨਾ ਕਰ ਆਪ ਤੂੰ ਵਢਾਈ ਤੇ ਉਹ ਨਾ ਵੱਢ ਦਿੱਤੀ ਤੇ ਹੁਣ ਤਾਂ ਵੀਰ ਇਹਨੇ ਗੱਲ ਨੂੰ ਆਉਣਾ ਹੀ ਆ ਭੱਜੀ ਬਾਹਨੇ ਧੰਨਾ ਸਿੰਘ ਨੇ ਕੇਵਲ ਨੂੰ ਤੁਰੇ ਜਾਂਦੇ ਵੇਖ ਸ਼ਾਮ ਲਾਲ ਨੂੰ ਅੱਖ ਦੱਬੀ ਪਤਾ ਨਹੀਂ ਕੇਵਲ ਨੂੰ ਇਹ ਗੱਲ ਭੁੱਲਦੇ ਕਿਉਂ ਨਹੀਂ ਸੀ ਕਿਰਪਾ ਨੂੰ ਨੇ ਜਾਣ ਬੁੱਝ ਕੇ ਜਿਆਦਾ ਮਾਰੀ ਸੀ ਸ਼ਰਾਬੀ ਹੋਣ ਦਾ ਤਾਂ ਬਹਾਨਾ ਸੀ ਉਹ ਅੰਦਰੋਂ ਤੁਖਿਆ ਰਹਿੰਦਾ ਪਰ ਇੱਕ ਦਿਨ ਉਹ ਮੱਚ ਪਿਆ ਸਰਵਣ ਤੇ ਉਹਦੀ ਵੱਟੀ ਉੱਪਰਲੇ ਚੁਬਾਰੇ 'ਚ ਹੀ ਰਹਿੰਦੇ ਸਨ ਉਹਨਾਂ ਦਾ ਦਾਜ ਦਾ ਪੋਤਾ ਸਮਾਨ ਵਿੱਚ ਚੁਬਾਰੇ 'ਚ ਹੀ ਸੀ ਕਾਂਤਾ ਕੋਲ ਘਰ ਦਾ ਬਧੇਰੇ ਰੁਝੇਵਾ ਹੁੰਦਾ ਸੀ ਇੱਕ ਹੋਰ ਛੋਟੀ ਬੱਚੀ ਉਹਦੀ ਗੋਦ ਆ ਗਈ ਸੀ ਇਸ ਲਈ ਦੂਜੇ ਜੀਆਂ ਨਾਲ ਬੈਠ ਕੇ ਉਹ ਘਟਬੱਤੀ ਫਿਲਮ ਵੇਖਦੀ ਪਰ ਜੇ ਕਦੀ ਉਹ ਚੁਬਾਰੇ 'ਚ ਜਾਂਦੀ ਵੀ ਤਾਂ ਉਹਨੂੰ ਲੱਗਦਾ ਜਿਵੇਂ ਕਮਰੇ 'ਚੋਂ ਕੋਈ ਉਪਰੀ ਤੇ ਵਾਧੂ ਜੀ ਚੀਜ਼ ਹੋਵੇ ਅਣਚਾਇਆ ਜੀਵ ਹੋਵੇ ਪਰ ਉਹਦਾ ਢਾਈ ਕੁ ਸਾਲ ਦਾ ਮੁੰਡਾ ਪੱਪੂ ਸਰਵਣ ਦੇ ਸਾਲ ਕੁ ਵੱਡੇ ਮੁੰਡੇ ਨਾਲ ਖੇਡਣ ਲਈ ਚੁਬਾਰੇ ਜਾਣ ਦੀ ਜ਼ਿੱਦ ਕਰਦਾ ਹੀ ਰਹਿੰਦਾ ਦੋਵੇਂ ਨਿੱਕੇ ਜੀ ਠੁਮਕ ਠੁਮਕ ਕਰਦੇ ਅੰਦਰ ਬਾਹਰ ਖੇਡਦੇ ਰਹਿੰਦੇ। ਪੱਪੂ ਜਦੋਂ ਕਮਰੇ 'ਚ ਇਕੱਲਾ ਘੁੰਮਦਾ ਫਿਰਦਾ ਤਾਂ ਸਰਵਣ ਦੀ ਬੋਟੀ ਦੀਆਂ ਨਜ਼ਰਾਂ ਉਹਦੇ ਪਿੱਛਾ ਕਰਦੀਆਂ ਰਹਿੰਦੀਆਂ। ਜੇ ਪੱਪੂ ਮੇਜ਼ ਤੋਂ ਸ਼ੀਸ਼ਾ, ਲਿਪਸਟਿਕ ਜਾਂ ਕਰੀਮ ਦੀ ਸ਼ੀਸ਼ੀ ਆਦ ਨੂੰ ਹੱਥ ਵਿੱਚ ਲੈ ਕੇ ਖੇਡਣ ਦਾ ਯਤਨ ਕਰਦਾ ਤਾਂ ਕਾਲੀ ਨਾਲ ਉੱਠ ਕੇ ਉਸ ਤੋਂ ਚੀਜ਼ ਫੜ ਕੇ ਮੇਜ਼ ਤੇ ਰੱਖ ਦਿੰਦੀ। ਜੇ ਕਾਂਤਾਕੂਲ ਨਾ ਹੁੰਦੀ ਤਾਂ ਘੂਰ ਕੇ ਉਹਨੂੰ ਆਖਦੀ, "ਇਹ ਪੱਪੂ ਖਬਰਦਾਰ ਜੇ ਕਿਸੇ ਚੀਜ਼ ਨੂੰ ਛੇੜਿਆ ਬਾਹਰ ਖੇਡੋ।" ਤੇ ਉਹਨੂੰ ਬਾਹੋਂ ਫੜ ਕੇ ਚਬਾਰੇ ਚ ਬਾਹਰ ਕਰ ਦਿੰਦੀ। ਤੇ ਪਿੱਛੇ ਆਪਣੇ ਮੁੰਡੇ ਨੂੰ ਜਾਣ ਲਈ ਆਖਦੀ ਪਰ ਜੇ ਕਿਤੇ ਕਾਂਤਾ ਦੇ ਸਾਹਮਣੇ ਪਪੂਿੰਝ ਕਰਦਾ ਤਾਂ ਆਪਣਰਥ ਦਾ ਅਹਿਸਾਸ ਜਗਾਉਣ ਦਾ ਯਤਨ ਕਰਦੀ ਹੋਈ ਆਖਦੀ ਬਦਮਾਸ਼ ਦਿਉਰ ਦੇ ਇਹ ਸ਼ੈਤਾਨ ਮੁੰਡਿਆ ਦੋ ਕੰਨਾਂ 'ਚ ਸਿਰ ਕਰ ਦੂੰ ਉਹ ਝੂਠਾ ਜਿਹਾ ਮੁਸਕਰਾਣ ਦੀ ਕੋਸ਼ਿਸ਼ ਕਰਦੀ ਕਾਂਤਾ ਵੀ ਫਿੱਕਾ ਜਿਹਾ ਹੱਸ ਕੇ ਪਪੂ ਨੂੰ ਬਾਹੋਂ ਫੜ ਕੇ ਕੋਲ ਖਿਲਾੜ ਲੈਂਦੀ ਪਰ ਬੱਚਾ ਇਹ ਦੂਜੇ ਬੱਚੇ ਨੂੰ ਵੇਖ ਬਹੁਤੀ ਦੇਰ ਟਿੱਕ ਕੇ ਨਾ ਖਿਲਾਉਂਦਾ ਉਮੇਜ ਵੱਲੋਂ ਹਟ ਕੇ ਨਿੱਕੇ ਨਿੱਕੇ ਬੂਟਾਂ ਸਮੇਤ ਸੋਫੇ ਤੇ ਚੜਨ ਦਾ ਯਤਨ ਕਰਦਾ। ਉਹ ਚੜਦਾ ਸਕਦਾ ਨਾ ਪਰ ਬੂਟਾਂ ਦੀਆਂ ਘਾਸਾਂ ਪੈਂਦੀਆਂ ਵੇਖ ਸਰਵਣ ਦੀ ਵੋਟੀ ਦੇ ਦਿਲ ਨੂੰ ਕੁਝ ਹੁੰਦਾ। ਕਾਂਤਾ ਬਥੇਰਾ ਯਤਨ ਕਰਦੀ ਕਿ ਪੱਪੂ ਚੁਬਾਰੇ ਤੇ ਨਾ ਆਵੇ ਪਰ ਉਹ ਅਕਸਰ ਜ਼ਿੱਦ ਕਰਦਾ ਰਹਿੰਦਾ। ਉੱਤੇ ਉਹਦਾ ਖੇਡ ਸਾਥੀ ਜੋ ਹੁੰਦਾ ਸੀ ਉਹ ਵੀ ਉਪਰੋਂ ਆਵਾਜ਼ ਦੇ ਦਿੰਦਾ ਪੱਪੂ ਆਦਾ। ਹੁੰਜ ਵੀ ਖਬਰੇ ਬਣਿਆ ਫੱਬਿਆ ਤੇ ਸਾਫ਼ ਸੁਥਰਾ ਚੁਬਾਰਾ ਉਹਨੂੰ ਵਧੇਰੇ ਚੰਗਾ ਲੱਗਦਾ ਸੀ। ਪਰ ਸਰਵਣ ਦੀ ਵਾਟੀ ਨੂੰ ਇਹ ਸਭ ਚੰਗਾ ਨਹੀਂ ਸੀ ਲੱਗਦਾ ਉਂਝ ਵੀ ਹੋਰ ਨਾ ਜੀਆਂ ਦਾ देर ਤੱਕ ਟੀਵੀ ਵੇਖਣ ਬੈਠੇ ਰਹਿਣਾ ਉਹਨਾਂ ਦੋਹਾਂ ਜੀਆਂ ਦੀ ਆਜ਼ਾਦੀ ਵਿੱਚ ਖਲਲ ਪਾਉਂਦਾ ਸੀ ਐਡਾ ਜੋ ਟੀਵੀ ਵੇਖਣ ਨੂੰ ਜੀ ਸੜਦਾ ਹੈ ਆਂਦੀਆਂ ਖਾਂ ਮਾਪਿਆਂ ਨੂੰ ਲੈ ਕੇ ਦੇ ਦਿੰਦੇ ਅੱਧੀ ਅੱਧੀ ਰਾਤ ਤੱਕ ਪਥੱਲਾ ਮਾਰ ਕੇ ਬੈਠੀਆਂ ਰਹਦੀਆਂ ਨੇ ਨਾਲੇ ਬੱਚੇ ਤਾਂ ਕਰਦੇ ਰਹਿੰਦੇ ਨੇ ਉਹ ਪਤੀ ਕੁਲ ਬੁੜਬੁੜ ਕਰਦੀ ਰਹਦੀ ਚੱਲ ਕੋਈ ਨਹੀਂ ਨਿਆਣੇ ਜੋ ਕੋਈ ਫੋਜੀ ਦੇ ਨਿਆਣੇ ਤੋਂ ਹੀ ਵੱਡੇ ਆ ਕੇਵਲ ਤਾਂ ਮੁੰਡਾ ਹੀ ਆ ਉਹ ਸਗੋਂ ਆਪਣੇ ਮੁੰਡੇ ਨਾਲ ਖੇਡਣਾ ਆ ਜਾਂਦਾ ਜੀ ਲੱਗਾ ਰਹਿੰਦਾ ਦੋਹਾਂ ਦਾ ਕੁੜੀ ਤਾਂ ਓਹ ਮਾਂ ਦੇ ਕੁਛੜ ਆ ਜੇ ਸਰਵਣ ਨੇ ਤਸੱਲੀ ਦਿੱਤੀ ਆਹ ਕੁੜੀ ਕੁਛੜ ਆ ਪਰ ਸੋ ਫਿਲਮ ਵੇਖਣਾ ਬੈਠੀ ਵਿਚਿੰ ਕੁੜੀ ਨੂੰ ਪਲੰਘ ਤੇ ਲਟਾ ਆਂੇਠਾਂ ਭੱਜ ਗਈ ਅਖੇ ਮੈਂ ਦਾਣ ਲਾਵਾ ਰਿਜ ਗਈ ਹੋਣੀ ਐ ਕੁੜੀ ਨੇ ਮੂਤ ਕੇ ਪਲੰਘ ਦੀਆਂ ਚਾਦਰਾਂ ਦਾ ਨਾਸ ਪੁੱਟ ਦਿੱਤਾ ਮੈਂ ਆਪ ਆ ਕੇ ਧਵਾਈਆਂ ਫਿਰ ਉਨੇ ਗੁੱਸੇ ਤੇ ਨਫ਼ਰਤ ਨਾਲ ਸੰਭਲਾਈਆਂ ਬੱਚੇ ਇੰਜ ਕਰਦੇ ਹੁੰਦੇ ਆ ਕਿ ਸਰਵਣ ਨੇ ਉਹਨੂੰ ਸਮਝਾਇਆ ਇਸ ਤੋਂ 2 ਦਿਨਾਂ ਬਾਅਦ ਦੀ ਗੱਲ ਸੀ ਸਰਵਣ ਦੀ ਬੋਟੀ ਬਾਹਰ ਮੰंजे ਤੇ ਲੇਟੀ ਗੁਲਸ਼ਨੰਦਾ ਦਾ ਕੋਈ ਨਾਵਲ ਪੜ੍ਹ ਰਹੀ ਸੀ ਕਿ ਅੰਦਰੋਂ ਖਿੜਾਕ ਤੋਂ ਪਿਛੋਂ ਉਹਦੇ ਮੁੰਡੇ ਦੇ ਉੱਚੀ ਉੱਚੀ ਰੋਣ ਦੀਆਂ ਆਵਾਜ਼ਾਂ ਆਈਆਂ ਮੁੰਡੇ ਨੇ ਮੇਜ਼ ਤੋਂ ਫੁੱਲਦਾਨ ਚੁੱਕ ਕੇ ਹੱਥ ਵਿੱਚ ਫੜਿਆ ਸੀ ਕੇਵਲ ਦਾ ਪੱਪੂ ਉਹ ਤੋਂ ਫੁੱਲਦਾਨ ਲੈਣ ਲਈ ਯਤਨ ਕਰ ਰਿਹਾ ਸੀ ਦੋਹਾਂ ਦੀ ਖੇਚ ਧੂਰ ਨਾਲ ਫੁੱਲਦਾਨ ਫਰਸ਼ ਤੇ ਡਿੱਕੇ ਟੁੱਟ ਗਿਆ ਸੀ ਤੇ ਉਹਦੀ ਇੱਕ ਤਿੱਖੀ ਕੰਕਰ ਸਰਵਣ ਦੇ ਮੁੰਡੇ ਦੇ ਪੈਰ 'ਚ ਵੱਜਣ ਕਰਕੇ ਲਹੂ ਵਗ ਆਇਆ ਸੀ ਮੁੰਡਾ ਉੱਚੀ ਉੱਚੀ ਰੋ ਰਿਹਾ ਸੀ ਤੇ ਪਪੂ ਡੋਰਪਰ ਹੋਇਆ ਉਹਨੂੰ ਵੇਖੀ ਜਾ ਰਿਹਾ ਸੀ ਇਸੇ ਸਮੇਂ ਥੱਲੇ ਆਏ ਸਰਵਣ ਨੇ ਆਪਣੇ ਮੁੰਡੇ ਦੀ ਉੱਚੀ ਉੱਚੀ ਡੜਿਆਂ ਦੀ ਆਵਾਜ਼ ਸੁਣੀ ਤਾਂ ਦੌੜਦਾ ਹੋਇਆ ਪੌੜੀਆਂ ਚੜ ਗਿਆ ਕੀ ਗੱਲ ਹੋਈ ਸਾਬ ਜਾਦੇ ਨੇ ਫੁੱਲਦਾਨੇ ਦੇ ਪੈਰਾਂ ਤੇ ਮਾਰ ਕੇ ਪੈਰ ਦਾ ਵੇਖੋ ਖੰਗ ਕਿੰਨਾ ਖੱppa ਖੋਲਤਾ ਮੈਂ ਮਰ ਜਾਂ ਉਸ ਸੱਖਾਂ ਚੱਥਰੂ ਲੈ ਆਂਦੇ ਤੇ ਮੁੰਡੇ ਦੇ ਪੈਰ ਚੋਂ ਵਗਦੇ ਲਹੂ ਵਾਲੇ ਇਸ਼ਾਰਾ ਕੀਤਾ। ਮੁੰਡਾ ਖੁਬਕਲੀ ਰੋ ਰਿਹਾ ਸੀ। ਲਹੂ ਵਗਦਾ ਵੇਖ ਉਹ ਹੋਰ ਵੀ ਡਰ ਗਿਆ ਸੀ। ਵੇਖ ਲਓ ਬੱਚੇ-ਬੱਚੇ ਕਰਦੇ ਹੁੰਦੇ ਜੀ। ਇਹਨਾਂ ਦੇ ਤਾਂ ਨਿਆਣੇ ਵੀ ਨਹੀਂ ਸਾਨੂੰ ਸਾਹ ਲੈਣ ਦਿੰਦੇ। ਪਤਾ ਨਹੀਂ ਸਰਵਣ ਨੂੰ ਇੱਕਦਮ ਕੀ ਹੋ ਗਿਆ ਉਹਨੇ ਅੱਗੇ ਵੱਧ ਕੇ ਬਬਲ ਲਿਖੇ ਹੋਏ ਖਲੋਤੇ ਕੇਵਲ ਦੇ ਮੁੰਡੇ ਦੇ ਮੂੰਹ ਤੇ ਵੱਟ ਕੇ ਚਪੇੜ ਮਾਰੀ। ਮੁੰਡਾ ਫਰਸ਼ ਤੇ ਡਿੱਗ ਪਿਆ ਤੇ ਉਹਦੀਆਂ ਡਾਡਾਂ ਨਿਕਲ ਗਈਆਂ। ਕਾਂਤਾ ਰੋਣ ਦੀ ਆਵਾਜ਼ ਸੁਣ ਕੇ ਭੱਜੀ ਭੱਜੀ ਉੱਪਰ ਆਈ ਤੇ ਪੱਪੂ ਨੂੰ ਕੁਛੜ ਚੁੱਕ ਕੇ ਉਹਦੀ ਅੰਤਰੂਪੂਂਹ ਦੀ ਅਵਰਾਉਣਾ ਸ਼ੁਰੂ ਕੀਤਾ। ਦੋਵੇਂ ਉੱਚੀ ਉੱਚੀ ਰੋ ਰਹੇ ਸਨ। ਇਹਨੂੰ ਥੱਲੇ ਸਾਮਕੇ ਰੱਖਿਆ ਕਰ ਵੱਡੇ ਅੰਗਰੇਜ਼ ਨੂੰ। ਕਾਂਤਾ ਨੇ ਵੇਖਿਆ ਮੁੰਡੇ ਦੀ ਸੱਜੀ ਗੱਲ ਲਾਲ ਹੋਈ ਪਈ ਸੀ ਤੇ ਉਂਗਲੀਆਂ ਦੇ ਵੱਡੇ ਵੱਡੇ ਨਿਸ਼ਾਨ। ਮਾਸੂਮ ਕੁੜੀਆਂ ਗੱਲਾਂ ਤੇ ਚਿਪਕੇ ਪਏ ਸਨ। ਰੋਕਦਿਆਂ ਰੋਕਦਿਆਂ ਵੀ ਉਹਦੇ ਅੰਦਰੋਂ ਮਾਂ ਦਾ ਦਿਲ ਬੋਲ ਪਿਆ। ਅਸੀਂ ਕਾਹਦੇ ਅੰਗਰੇਜ਼ਾਂ ਜੀ? ਅੰਗਰੇਜ਼ ਤਾਂ ਤੁਸੀਂ ਹੋਏ। ਅੱਗੇ ਤੋਂ ਨਹੀਂ ਆਉਂਦੇ ਤੁਹਾਡੇ ਚੁਬਾਰਿਆਂ 'ਚ ਕਾਂਤਾ ਨੇ ਤੁਹਾਡੇ ਸ਼ਬਦ ਉੱਤੇ ਉਚੇਚਾ ਜ਼ੋਰ ਦਿੱਤਾ ਉਹ ਕਾਲੀ 'ਚ ਭਰੀ-ਪੀਤੀ ਹੋਈ ਮੁੰਡਾ ਚੁੱਕੀ ਪੌੜੀਆਂ ਉਤਰ ਰਹੀ ਸੀ ਕਿ ਉਹਦੇ ਕੰਨਾਂ 'ਚ ਸਰਵਣ ਦੇ ਗੁੱਸੇ 'ਚ ਚਿੱਥੇ ਸ਼ਬਦ ਪਏ ਸਾਡੇ ਹੀ ਨੇ ਚੁਬਾਰੇ ਫੇਰ ਤੁਹਾਡੇ ਨਹੀਂ ਜਦੋਂ ਕੇਵਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੂੰ ਡਾਡਾ ਰੰਜ ਹੋਇਆ ਰਾਤ ਨੂੰ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਉਹਨੇ ਘਟਨਾ ਦਾ ਵੇਰਵਾ ਦਿੰਦਿਆਂ ਐਲਾਨ ਕਰ ਦਿੱਤਾ ਕਿ ਅੱਗੇ ਤੋਂ ਚੁਬਾਰੇ ਵਿੱਚ ਉਹ ਦੋਵੇਂ ਜੀ ਆਪ ਰਿਹਾ ਕਰਨਗੇ ਸਰਵਣ ਇੰਨੇ ਸਾਲ ਤੋਂ ਉੱਥੇ ਰਹਿ ਰਿਹਾ ਸੀ ਹੁਣ ਉਹ ਵੀ ਕੇਵਲ ਹੋਰਾਂ ਵਾਂਗ ਰਹਿ ਸਕਦਾ ਸੀ ਚੁਬਾਰੇ ਤੇ ਕੇਵਲ ਦਾ ਵੀ ਹੱਕ ਸੀ ਆਪਣਾ ਸਮਾਨ ਕੱਲ ਨੂੰ ਲਾ ਲਓ ਨਹੀਂ ਤਾਂ ਮੈਂ ਬਾਹਰ ਕੱਢ ਦੇਣਾ ਜੀ ਉਹਨੇ ਦੋ ਟੁੱਕ ਫੈਸਲਾ ਸੁਣਾ ਦਿੱਤਾ ਮੁੜ ਕੇ ਨਾ ਕੋਈ ਆਖੇ ਸਾਡਾ ਟੀਵੀ ਟੁੱਟ ਗਿਆ ਜਾਂ ਸਾਡਾ ਸੋਫਾ ਖਰਾਬ ਹੋ ਗਿਆ RAM ਲਾਲ ਤੇ ਫੌਜੀ ਜੀ ਚੁੱਪ ਸਨ ਕੇ ਸਰਵਣੀ ਬੋਲ ਪਿਆ ਤੂੰ ਚੁਬਾਰੇ ਦਾ ਮਾਮਾ ਲੱਗਦਾ ਮੈਂ ਆਹੋ ਲੱਗਦਾ ਲੱਗਦਾ ਤਾਂ ਚੁਬਾਰੇ 'ਚ ਵੜ ਕੇ ਵਖਾ ਲੈ ਮੈਂ ਚਲੇ ਮੈਨੂੰ ਡੱਕ ਕੇ ਵਖਾ ਆਵੇ ਕਿਹੜਾ ਕੰਜਰ ਅੱਗੇ ਆਉਂਦਾ ਉੱਚੀ ਉੱਚੀ ਬੋਲਦਾ ਹੋਇਆ ਉਹ ਪੌੜੀਆਂ ਵੱਲ ਲੌ ਲਿਆ ਸਰਵਣ ਨੇ RAMLAL ਵੱਲ ਵੇਖਿਆ ਵੇਖ ਲਓ ਸਭ ਨੂੰ ਕੰਜਰ ਆਂਦਾ ਜੀ ਲਈ ਜੋ ਗਾਲਾਂ ਤੇ ਖਾਓ ਛੱਤਰ ਲਾੜਲੇ ਤੂੰ ਕਾਂਤਾ ਨੇ ਪੌੜੀਆਂ ਵੱਲ ਵੱਧ ਦੇ ਕੇਵਲ ਨੂੰ ਬਾਹੂ ਫੜ ਕੇ ਰੁਕਣ ਦਾ ਯਤਨ ਕੀਤਾ RAMNAL ਨੇ ਵੀ ਮੰਜੀ ਤੋਂ ਉਠਦਿਆਂ ਕਿਹਾ ਓਏ ਉਹੇ ਕੇਵਲ ਆ ਜਾ ਥੱਲੇ ਥੱਲੇ ਹੁਣ ਕਿਸੇ ਗੱਲ ਨਾਲ ਨਹੀਂ ਆਉ ਤੁਸੀਂ ਆ ਜਾ ਉੱਤੇ ਜੀ ਨਹੀਂ ਆਉਣਾ ਬੰਦਾ ਬਣ ਜਾ ਬੰਦਾ ਫੌਜੀ ਦੇ ਸ਼ਬਦਾ ਚ ਗੁੱਸਾ ਸੀ ਮੈਂ ਨਹੀਂ ਬਣਦਾ ਬੰਦਾ ਜਨੋਰਾ ਨਾਲ ਜਨੌਰ ਬਣਿਆ ਹੀ ਸੂਤ ਹੋਣਾ ਤੁਸੀਂ ਲੁਟੇਰਿਓ ਸਭ ਇਕੱਠੇ ਜੇ ਲਹੂ ਪੀਣਿਓ ਸਭ ਤੋਂ ਪਹਿਲਾਂ ਉਹਨੇ ਚੁਬਾਰੇ ਦਾ ਬੂਹਾ ਫਟਾ ਕਰਕੇ ਖੋਲਿਆ ਫਿਰ ਨਿੱਕਾ ਮੋਟਾ ਸਮਾਨ ਕੱਢ ਕੇ ਬਾਹਰ ਖਿਲਾਰਨਾ ਸ਼ੁਰੂ ਕਰ ਦਿੱਤਾ ਉਹਨੂੰ ਇੰਜ ਕਰਦਿਆਂ ਵੇਖ ਮਗਰੇ ਮਗਰ ਦੂਜੇ ਵੀ ਜਾ ਚੜੇ ਤੇ ਫਿਰ ਘਰ ਚ ਜਿਵੇਂ ਕੋਹਰਾ ਮਚ ਗਿਆ ਗਾਲਾਂ ਚੰਗਰਾ ਔਰਤਾਂ ਦੇ ਬੱਚਿਆਂ ਦੀਆਂ ਚੀਕਾਂ ਤੇ ਰੋਣ ਰੋਣ ਰਾਤ ਦੀ ਚੁੱਪ ਵਿੱਚ ਦੂਰ ਦੂਰ ਤੱਕ ਫੈਲ ਗਿਆ ਸਾਰਿਆਂ ਨੇ ਕੇਵਲ ਨੂੰ ਫਰਸ਼ ਤੇ ਲੰਮਾ ਪਾਇਆ ਹੋਇਆ ਸੀ ਸਰਵਣੋ ਦੀ ਹਿੱਕ ਤੇ ਬੈਠਾ ਸੀ ਫੌਜੀ ਘਸੁੰਨ ਜੜ ਰਿਹਾ ਸੀ ਤੇ ਰਾਮ ਲਾਲ ਖਲੋਤਾ ਗਾਲਾਂ ਦੇ ਰਿਹਾ ਸੀ ਹੋਰ ਤੇ ਹੋਰ ਬਿੱਟੂ ਨੇ ਵੀ ਦੋ ਲੱਤਾਂ ਡਿੱਗੇ ਪਏ ਕੇਵਲ ਦੇ ਟਕਾਤੀਆਂ ਉਹਨਾਂ ਸਬਨਾ ਲਈਓ ਪਰਿਵਾਰ ਦਾ ਬਾਗੀ ਬੰਦਾ ਸੀ ਜੋ ਪਰਿਵਾਰ ਦੇ ਅਦਾ ਇੱਜ਼ਤ ਤੇ ਸ਼ਰਮ ਦਾ ਭਾਈਵਾਲ ਨਹੀਂ ਸੀ ਉਸ ਨਾਲ ਇੰਜ ਹੀ ਹੋਣੀ ਸੀ ਭਾਈਚਾਰੇ ਦੇ ਲੋਕਾਂ ਨੇ ਆਸੀਓ ਪਾਸੀਓ ਆ ਕੇ छुड़ाया ਤੇ ਸਵੇਰੇ ਬੰਦਿਆਂ ਚ ਬੈਠ ਕੇ ਉਹਨਾਂ ਦਾ ਫੈਸਲਾ ਕਰਨ ਦੀ ਸਲਾਹ ਦਿੱਤੀ ਅਗਲੀ ਸਵੇਰੇ ਸਰਵਣ ਹੋਰਾਂ ਆਪਣੀ ਮਰਜ਼ੀ ਦੇ ਬੰਦੇ ਆਪਣੇ ਭਾਈਚਾਰੇ ਚ ਮੰਦਰ ਚ ਇਕੱਠੇ ਕੀਤੇ ਕੇਵਲ ਨੇ ਧੰਨਾ ਸਿੰਘ ਨੂੰ ਤਾਰੇ ਤੇ ਤਾਰੇ ਦੇ ਪਿਓ ਨੂੰ ਸੱਦ ਲਿਆ। ਉਹ ਪਿੰਡ ਦੇ ਬਜ਼ੁਰਗ ਦੀਨ ਦਿਆਲ ਨੂੰ ਵੀ ਸੱਦ ਲਿਆਇਆ। ਉਧਰ ਬੰਸੀ لال ਸਰਪੰਚ ਬੰਤਾ ਸਿੰਘ ਨੂੰ ਸੁਨੇਹਾ ਦੇ ਆਇਆ ਸੀ। ਥੋੜੀ ਦੇਰ ਬਾਅਦ ਮੰਦਰ ਦੇ ਬੂਹੇ ਅੱਗੇ ਸਕੂਟਰ ਰੁਕਣ ਦੀ ਆਵਾਜ਼ ਆਈ। ਹਰਿੰਦਰਪਾਲ ਆਪਣੇ ਸਰਪੰਚ ਪਿਤਾ ਨੂੰ ਛੱਡਣ ਆਇਆ, ਗਾਂ ਲੰਘ ਗਿਆ। ਸਰਪੰਚ ਇੱਕ ਪਾਸੇ ਡਾਈ ਕੁਰਸੀ ਤੇ ਬੈਠ ਗਿਆ। ਹਰਿੰਦਰਪਾਲ ਨੇ ਇੱਕ ਦੋ ਨਾਲ ਹੱਥ ਮਲਾਏ ਤੇ ਮੁਸਕਰਾਉਂਦੇ ਹੋਏ ਸਰਵਣ ਨੂੰ ਆਖਿਆ, ਸਾਡੇ ਜਮਾਤੀ ਨੂੰ ਤੰਗ ਨਾ ਕਰੋ ਬਈ। ਫਿਰ ਉਹ ਪਿੱਛੇ ਨੂੰ ਮੁੜਨ ਲੱਗਾ ਤਾਂ ਕੇਵਲ ਨੇ ਆਖਿਆ ਬਹਿ ਜਾ ਤੂੰ ਵੀ ਆ ਬਜ਼ੁਰਗ ਜੋ ਹੈਗੇ ਨੇ ਉਹਦਾ ਇਸ਼ਾਰਾ ਹੋਰ ਮੋਤ ਬਰਾ ਤੇ ਆਪਣੇ ਪਿਓ ਵੱਲ ਸੀ ਤੇ ਹਾਲੇ ਹਾਵੇਖਾਂ ਤਾਰਾ ਸੁਣ ਬੈਠਾ ਇੱਕੋ ਗੱਲ ਆ ਹਰਿੰਦਰਪਾਲ ਦੇ ਤੁਰ ਜਾਣ ਤੋਂ ਪਿੱਛੋਂ ਸਰਪੰਚ ਬੰਤਾ ਸਿੰਘ ਨੇ ਪੁੱਛਿਆ ਭਈ ਝਗੜਾ ਕਾਦਾ ਤੁਹਾਡਾ ਭਰਾ ਭਰਾਓ ਭਰਾਵਾ ਮੰਗ ਰਲ ਕੇ ਰਹਿੰਦੇ ਕਿਉਂ ਨਹੀਂ ਬੰਤਾ ਸਿੰਘ ਨੂੰ ਵੀ ਝਗੜੇ ਦਾ ਪਤਾ ਸੀ ਮੈਂਬਰ ਬੰਸੀ ਲਾਲ ਉਹਨੂੰ ਸਭ ਕੁਝ ਸਮਝਾ ਆਇਆ ਸੀ ਪਰ ਉਹਨਾਂ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ ਝਗੜਾ ਜੀ ਸਾਡਾ ਆ ਮਸਾਂ 6 ਕੁ ਮਹੀਨਿਆਂ ਪਿਛੋਂ ਬਾਹ ਠੀਕ ਹੋਈ ਸੀ ਇਹਨਾਂ ਸਾਰੇ ਟੱਬਰ ਨੇ ਰਾਤੀ ਕੁੱਟ-ਕੁੱਟ ਕੇ ਫੇਰ ਗੱਲ ਨੂੰ ਲਾਤੀ ਆ ਕੇਵਲ ਨੇ ਫੇਰ ਦੁੱਖ ਗਈ ਬਾਹ ਗੱਲ ਵਿੱਚ ਪਰਨਾ ਪਾ ਕੇ ਲਮਕਾਈ ਸੀ ਮਾੜਾ ਹੋਇਆ ਪਰ ਝਗੜਾ ਕੀ ਆ ਝਗੜਾ ਜੀ ਸਾਡਾ ਸਰਪੰਚ ਸਾਹਿਬ ਚ ਬਾਰੇ ਦਾ ਹੈ ਕੇਵਲ ਨੇ ਹਰਖੇ ਬੋਲ ਸੰ ਸਰਵਣ ਨੇ ਬੰਸੀ ਲਾਲ ਵੱਲ ਵੇਖਿਆ ਹੌਲੀ ਜੀ ਅੱਖ ਦਾ ਇਸ਼ਾਰਾ ਕੀਤਾ ਮਨਸੀ ਲਾਲ ਨੇ ਧੀਰਜ ਰੱਖਦੇ ਅੰਦਾਜ਼ ਵਿੱਚ ਹੱਥ ਕੀਤਾ ਤੇ ਫਿਰ ਥੋੜਾ ਹਿਲ ਜੁਲ ਕੇ ਕੰਬਲ ਦੀ ਬੁੱਕਲ ਸਵਾਰ ਕੇ ਕਹਿਣ ਲੱਗਾ ਏਖਾਂ ਚੁਬਾਰੇ ਦਾ ਝਗੜਾ ਚੁਬਾਰਾ ਨਾ ਹੋ ਗਿਆ ਚੰਡੀਗੜ੍ਹ ਹੋ ਗਿਆ ਉਹ ਸਾਡੇ ਲਈ ਮੈਂਬਰ ਆ ਚੰਡੀਗੜ੍ਹ ਹੀ ਆ ਕੇਵਲ ਡਟਿਆ ਖਲੋਤਾ ਸੀ ਉਹ ਅੱਗੇ ਚੰਡੀਗੜ੍ਹ ਸਾਰੇ ਨੇ ਕਿਹੜੇ ਰੰਗ ਲਾਤੇ ਉਹਦੇ ਸਿਰ ਉਂ ਹੀ ਵਿਧਾਨਵਦ ਕੇ ਕਿੱਥੋਂ ਦਾ ਕਿੱਥੇ ਪਹੁੰਚ ਗਿਆ ਉਹ ਇਹ ਚੰਡੀਗੜ੍ਹ ਇਹ ਚੁਬਾਰੇ ਇੱਥੇ ਹੀ ਰਹਿ ਜਾਣੇ ਨੇ ਨਾਲੇ ਨਾਲ ਕੁਝ ਨਹੀਂ ਜਾਣਾ ਬੰਤਾ ਸਿੰਘ ਬਜ਼ੁਰਗਾਂ ਵਾਲੀ ਸਮਝਾਉਣੀ ਦੇ ਰਿਹਾ ਸੀ ਸਰਪੰਚ ਸਾਹਿਬ ਨਾਲ ਨਹੀਂ ਜਾਂਦੇ ਪਰ ਜਿਉਂਦੇ ਜੀ ਹੱਕ ਛੱਡਿਆ ਵੀ ਨਹੀਂ ਜਾਂਦਾ ਕੇਵਲ ਦੀ ਦਲੀਲ ਸੀ ਬੰਸੀ لال ਨੇ ਹੀ ਗੱਲ ਨੂੰ ਅੱਗੇ ਧੱਕੇ ਦੇ ਕੇ ਹਾਸੇ 'ਚ ਪਾਉਣ ਦਾ ਯਤਨ ਕੀਤਾ ਉਹ ਤੁਸੀਂ ਲੜ ਲੜ ਕੇ ਉਹ ਮਰਦੇ ਹੋ ਜਿਹੜਾ ਸਾਬ ਕਿਤਾਬ ਬਣਾਇਆ ਪਿਆ ਉਸ ਹਿਸਾਬ ਨਾਲ ਚਬਾਰੇ ਖੋਰੇ ਮਗਰੋਂ ਸਰਪੰਚ ਉਹਰਾ ਸਾਹਮਣੇ ਨੇ ਕਿਤੇ ਤੁਸੀਂ ਹੰਸੇ ਸ਼ਾਹ ਵਾਂਗ ਹਰਿਆਣੇ ਵੱਲ ਮਕਾਨ ਖਰੀਦਣ ਦੀ ਗੱਲ ਕਰੋ ਇਹ ਤੇ ਪੱਕੀਆਂ ਇੱਟਾਂ ਲਾਈ ਬੈਠੇ ਨੇ ਉਹਨੇ ਹੀ ਹੀ ਕਰਕੇ ਦੰਦ ਕੱਢੇ ਸਾਰੇ ਫਿੱਕੀ ਜੀ ਨਰਜਿੰਦ ਹਾਸੀ ਹਸੇ ਕੁਝ ਇੱਕ ਨੇ ਨਾਂ ਸ਼ਬਦਾਂ ਦੀ ਕੌੜ ਵੀ ਮਨਾਈ ਤੇ ਇੱਕ ਅਦ ਨੇ ਨਫ਼ਰਤ ਚ ਸਿਰ ਵੀ ਹਿਲਾਇਆ ਇਸ ਗੱਲ ਦਾ ਸੁਖਾਵਾਂ ਪ੍ਰਭਾਵਨਾ ਵੇਖ ਕੇ ਬੰਤਾ ਸਿੰਘ ਨੇ ਆਖਿਆ ਬਾਗਰੂ ਬਾਗਰੂ ਆਖੋ ਭਾਈ ਆਪੋ ਆਪਣੀ ਥਾਣੀ ਮਕਾਨੀ ਸਭ ਸੁਖੀ ਸੰਧੀ ਵਸਦੇ ਰਹਿਣ ਪਾਟਕ ਚ ਕੋਈ ਫਾਇਦਾ ਵੇਖੋ ਮੁਲਕ ਕਿੰਜ ਬਰਬਾਦ ਹੋ ਰਿਹਾ ਕਤਲ ਉਹ ਘਾਰਤ ਖੂਨ ਖਰਾਬਾ ਭਰਾ ਭਰਾ ਦੇ ਲਹੂ ਦਾ ਤਹਾਇਆ ਨਾ ਮੁਲਕ ਚ ਥਪਾਖ ਰਿਆ ਨਾ ਘਰਾਂ ਚ ਮੈਂ ਆਨਾ ਬਣੂ ਕੀ ਉਹਨੇ ਖਲਾਅ ਚ ਸਵਾਲ ਛੱਡਿਆ ਤੇ ਫਿਰ ਕੋਈ ਜਵਾਬ ਨਾ ਪਾ ਕੇ ਬੋਲਿਆ ਕਿਉਂ ਕੇਵਲ ਸ਼ਾਹ ਮੈਨੂੰ ਜੀ ਚੁਬਾਰਾ ਛੱਡ ਦੇਣ ਤਾਂ ਪਾਕੀ ਤਪਾਕ ਆ ਨਹੀਂ ਤਾਂ ਮੈਨੂੰ ਐਡ ਕਰ ਦੇਣ ਵਿਚਾਰ ਕਰ ਲੋ ਫਿਰ ਸਰਪੰਚਾ ਗੱਲ ਲੰਮੀ ਕਾ ਨੂੰ ਪਾਉਂਦੇ ਹੋ ਤਾਰੇ ਦੀ ਪਿਓ ਕਾਲੀ ਗੇਜਾ ਸਿੰਘ ਨੇ ਦਲੀਲ ਦਿੱਤੀ ਬੰਤਾ ਸਿੰਘ ਨੇ ਸਰਵਣ ਵੱਲ ਵੇਖਿਆ ਸਰਵਣ ਨੇ ਬੰਸੀ ਵੱਲ ਬੋਲ ਸਰਵਣ ਸ਼ਾ ਕਿਉਂ ਭਾਈ ਰਾਮੇਸ਼ਾ ਸਰਵਣ ਨੇ ਹੌਲੀ ਜੀ ਕਿਹਾ ਮੈਂਬਰ ਸਾਡੇ ਨੂੰ ਪਤਾ ਜੀ ਸਾਰੀ ਗੱਲ ਦਾ ਭਰਾ ਜੂ ਫੈਸਲਾ ਕਰ ਦੇਣ ਸਾਨੂੰ ਮਨਜ਼ੂਰ ਆ 10 ਦੇ ਮੈਂਬਰ ਆ ਸਾਰੀ ਗੱਲ ਗੱਲ ਦੱਸੀ ਦੱਸੀ ਐ ਬੰਸੀ ਨੇ ਗੱਲਬਾਤ ਦੀ ਵਾਗ ਡੋਰ ਸੰਭਾਲ ਲਈ ਠੋਬਾਰਾਤਾ ਜੀ ਸਰਵੰਸ਼ਾ ਹੰਦਾ ਭਈ ਇਹਦਾ ਕੱਲੇ ਦਾ ਐ ਇਹ ਉਹਨੇ ਡੀਪੂ ਦੀ ਆਮਦਨ ਤੋਂ ਬਣਾਇਆ ਇਹਦੇ 'ਚ ਕਿਸੇ ਦਾ ਡੱਕਾ ਨਹੀਂ ਇਹ ਸੁਣ ਕੇ ਫੌਜੀ ਦੇ ਕੰਨ ਵੀ ਖੜੇ ਹੋ ਗਏ ਉਹ ਤਰਬ ਕਿਹਾ ਉਹਨੂੰ ਲੱਗਾ ਕੇਵਲ ਦੇ ਨਾਲ ਉਹਨੂੰ ਵੀ ਮੱਖਣ ਚ ਵਾਲ ਵਾਂਗ ਕੱਢਣ ਐ ਵਾਲ ਕੱਢਣ ਵਾਂਗ ਬਾਹਰ ਕੱਢਿਆ ਜਾ ਰਿਹਾ ਉਹ ਅਜੇ ਆਖਣ ਲਈ ਕੁਝ ਹੋਲ ਹੀ ਰਿਹਾ ਸੀ ਕਿ ਬੰਸੀ ਲਾਣੇ ਆਖਿਆ ਬਾਕੀ ਰਹਿ ਗਈ ਆੜਤ ਤੇ ਦੁਕਾਨ ਫੌਜੀ ਦਾ ਦੋਹਾਂ ਜਿਹਸਾ ਹੈ ਕੇਵਲ ਦੁਕਾਨ ਦੁਕਾਨਚੀ ਹਿੱਸੇਦਾਰੀ ਆ ਬੰਸੀ ਨੇ ਪਹਿਲਾਂ ਹੀ ਤੈ ਹੋਈ ਗੱਲ ਪਰੇ ਵਿਚਾਕ ਸੁਣਾਈ ਸੁਣਦੇ ਹੀ ਸਾਰੇ ਕੰਨ ਫੂਸੀ ਕਰਨ ਲੱਗੇ ਫੌਜੀ ਨੂੰ ਸਲਵਟੇ ਲੈਂਦਿਆਂ ਵੇਖ ਸਰਵਣ ਆਪ ਹੀ ਬੋਲ ਪਿਆ ਇਹ ਭਰਾ ਬਣ ਕੇ ਰਹਿੰਦਾ ਤਾਂ ਕੋਈ ਨਹੀਂ ਸੀ ਦੀਪੂ ਮੇਰੇ ਨਾਂ ਉਹ ਇਹਦਾ ਉਹਦੇ ਚ ਕੀ ਹੈ ਹੁਣ ਭਾ ਫੌਜੀ ਹੈ ਸਾਡੇ ਨਾਲ ਹੈ ਦੁੱਖ ਸੁੱਖ ਦਾ ਭਿਆਲ ਹੈ ਅਸੀਂ ਵੀ ਉਹਦੇ ਨਾਲ ਉਦੇ ਨਾਲ ਕੁਝ ਵੰਡਿਆ ਨਹੀਂ ਪਰ ਇਹਦੇ ਨਾਲ ਨਹੀਂ ਹੁਣ ਅਸੀਂ ਘਰ ਨੂੰ ਬਣਾਉਣ ਵਾਲੇ ਤੁਹਾਨੂੰ ਭੁੱਲਾ ਤਾਂ ਨਹੀਂ ਕੁਝ ਇਹ ਕਿਹੜੀ ਗੱਲੋਂ ਚੁੱਕ-ਚੁੱਕ ਮਾਰਦਾ ਹੈ ਕੇਵਲ ਨੂੰ ਇੱਕ ਪਲਤਾ ਧਰਤੀ ਘੁੰਮਦੀ ਜਾਪੀ ਉਹ ਪਿਓ ਦੇ ਮੂੰਹ ਹਲ ਵੇਖ ਰਿਹਾ ਸੀ ਕਿ ਉਹ ਹੀ ਕੁਝ ਆਖੇ ਪੰਚਾਇਤ ਇੱਕ ਦੂਜੇ ਦੇ ਮੂੰਹ ਹਲ ਵੇਖ ਰਹੇ ਸਨ ਕੇਵਲ ਚਾਰੇ ਅਸੀਂ ਕੋਈ ਉਹਦੇ ਹੱਕ ਦੀ ਗੱਲ ਵੀ ਕਰੇ ਦੀਪੂ ਤੇ ਆੜਤ ਵਿੱਚ ਉਹਦਾ ਹਿੱਸਾ ਕਿਉਂ ਨਹੀਂ ਸੀ ਪਰ ਸਭ ਚੁੱਪ ਸਨ ਇਸ ਸਾਜ਼ਿਸ਼ੀ ਚੁੱਪ ਨੂੰ ਵੇਖ ਕੇ ਉਹ ਤੁਰਿਆ ਨਾ ਗਿਆ ਚੁੱਕ-ਚੁੱਕੇ ਕਿ ਤਾਂ ਤੂੰ ਮਾਰਦਾ ਓਏ ਤੈਨੂੰ ਸ਼ਰਮ ਨਾ ਆਈ ਯਾਣੇ ਨੂੰ ਮਾਰਦੇ ਆ ਵੱਡੇ ਜਰਨੈਲ ਮਾਨਕਸ਼ਾ ਨੂੰ ਬੰਸੀ ਲਾਲ ਨੇ ਉਹਨੂੰ ਵਿੱਚੋਂ ਟੋਕਿਆ ਕੇਵਲਾ ਯਾਣਿਆਂ ਤੋਂ ਲੜਦੇ ਚੰਗੇ ਨਹੀਂ ਲੱਗਦਾ ਤੂੰ ਤਾਂ ਚੰਗਾ ਲੱਗਦਾ ਨਾ ਲਾਹਣ ਦੀ ਬੋਤਲ ਤੇ ਮੀਟ ਦੀ ਸੰਖੇ ਪਿੱਛੇ ਮਰ ਗਏ ਅਨਸਾਫ਼ ਕਰਾਉਣ ਆ ਗਿਆ کارਖਾਨਾ ਸਾਫ਼ ਤੈਨੂੰ ਨਹੀਂ ਦਿੰਦਾ ਇਹਨਾਂ ਤਿੰਨਾਂ ਦਾ ਹਿੱਸਾ ਮੇਰਾ ਕਿਉਂ ਨਹੀਂ ਮੈਂ ਕਿਸੇ ਹੋਰ ਮਾਂ ਨੂੰ ਜਮਿਆ ਖਰੀ ਸੁਣ ਕੇ ਬੰਸੀ ਲਾਲ ਗੁੱਸੇ ਚ ਲਾਲ ਪੀਲਾ ਹੋ ਗਿਆ ਹੀਦਾ ਪੁੱਤੈ ਤੇਰੇ ਮਾਪਿਓ ਨੂੰ ਪਤਾ ਹੋ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਰ ਭਲਾ ਗਿੱਜਾ ਹੋਏਗਾ ਕਿਸੇ ਦਾ ਬੰਤਾ ਸਿੰਘ ਨੇ ਬੰਸੀ ਲਾਲ ਤੇ ਕੇਵਲ ਦੋਹਾਂ ਨੂੰ ਹੱਥ ਦੇ ਇਸ਼ਾਰੇ ਨਾਲ ਰੋਕਿਆ ਮੈਂ ਆ ਨਾ ਵੱਡੇ ਸ਼ਾਹ ਨੂੰ ਪੁੱਛ ਵੇਖੂ ਖਾਂ ਉਹ ਕੀ ਚਾਹੁੰਦਾ ਏ ਇਹ ਬੰਸੀ ਦੀ ਆਵਾਜ਼ ਸੀ ਠੀਕ ਹੈ ਸ਼ਾਹ ਤੂੰ ਦੱਸ ਤੇਰੀ ਕੀ ਸਲਾਹ ਸਰਪੰਚ ਨੇ ਪੁੱਛਿਆ ਮੇਰੀ ਪੁੱਛ ਦਿਓ ਤਾਂ ਨਿਤ-ਨਿਤ ਹੀ ਘੈਂਸ-ਘੈਂਸ ਮੁਕਾਓ ਜਿਵੇਂ ਮੁੰਡੇ ਆਂਦੇ ਨੇ ਕੇਵਲ ਨੂੰ ਅੱਡ ਕਰ ਦਿਓ ਸਿਆਪਾ ਮੁਕਾਓ ਵਿੱਚ ਬਜ਼ੁਰਗ ਦੀਨ ਦਿਆਲ ਨੇ ਅਨਕ ਨੂੰ ਠੀਕ ਕੀਤਾ ਤੇ ਕੰਬ ਦੀ ਬਾਤ ਚ ਰਾਮ ਲਾਲ ਨੂੰ ਪੁੱਛਿਆ ਜੋ ਬੰਸੀ ਦੱਸਦਾ ਹੈ ਤੇਰੀ ਇਹਦੇ ਬਾਰੇ ਕੀ رائے ਆ رائے ਨੂੰ ਕੀ ਆ ਤੁਹਾਨੂੰ ਸਭ ਨੂੰ ਪਤਾ ਘਰ ਨੂੰ ਇੱਥੋਂ ਤੱਕ ਕਿਹਨੇ ਖੜਿਆ ਕੋਈ ਭੋਲਾ ਕਿਸੇ ਨੂੰ ਫਿਰ ਕੇਵਲ ਬਾਰ-ਬਾਰ ਰੌਲਾ ਪਾਉਂਦਾ ਰਿਹਾ ਆਪਣੇ ਨਾਲ ਹੁੰਦੇ ਤੱਕੇ ਬਾਰੇ ਚੀਕਦਾ ਰਿਹਾ ਪਰ ਬਾਕੀ ਸਾਰਾ ਪਰਿਵਾਰ ਇੱਕ ਪਾਸੇ ਸੀ ਪਰਿਵਾਰ ਦਾ ਮੁਖੀ ਇੱਕ ਪਾਸੇ ਸੀ ਪੱਖ ਪਾਤੀ ਬੰਦੇ ਇੱਕ ਪਾਸੇ ਸਨ ਤਾਂ ਨਿਰਪੱਖ ਬੰਦੇ ਕਿਉਂ ਬੁਰੇ ਬਣਦੇ ਜਦ ਕਿ ਉਹਨਾਂ ਦੀ ਮੰਨਣ ਵਾਲਾ ਕੋਈ ਨਹੀਂ ਸੀ ਤੇ ਪਰੇ ਨੇ ਫੈਸਲਾ ਸੁਣਾ ਦਿੱਤਾ ਕੇਵਲ ਦਾ ਸਿਰਫ ਦੁਕਾਨ ਦੀ ਰਾਸ ਵਿੱਚ ਹੀ ਹਿੱਸਾ ਸੀ ਤੀਜੇ ਤਿਹਾਕਾਂ ਤੋਂ ਰਾਸ ਦਾ ਮੁੱਲ 28000 ਰੁਪਏ ਪਾਇਆ ਗਿਆ 5000 ਰੁਪਏ ਸ਼ਹਿਰ ਵਾਲਿਆਂ ਨੂੰ ਸੌਦੇ ਦੇ ਦੇਣੇ ਸਨ ਉਹ ਸਾਂਝੇ ਥਾਂ ਕੱਢ ਕੇ ਬਾਕੀ ਵਿੱਚੋਂ 5750 ਰੁਪਏ ਉਹਦੇ ਹਿੱਸੇ ਆਉਂਦੇ ਸਨ ਕੇਵਲ ਨੂੰ ਲੱਗਾ ਇਹ ਤਾਂ ਨਿਰਹਾ ਹਨੇਰ ਸੀ ਉਹਦਾ ਜੀਕੀਤਾ ਟੁੱਟ ਕੇ ਗਲ ਪੈ ਜਾਏ ਪਰ ਕੀ ਦੇ ਤੇ ਉਹਦੇ ਭਰਾਵਾਂ ਦੇ ਵੰਸੀ ਦੇ ਜ ਇਕੱਠੇ ਹੋਏ ਸਾਰੇ ਲੋਕਾਂ ਦੇ ਮੇਰੀ ਇਹਨਾਂ ਨਾਲ ਲੀ ਖਿੱਚੀ ਗਈ ਮੈਂ ਅੱਡ ਕਰਾਇ ਦੇ ਮਕਾਨ ਲੈ ਕੇ ਰਹਿ ਲੂੰ ਮੇਰਾ ਮਕਾਨ ਚੋ ਵੀ ਹਿੱਸਾ ਵੰਡ ਦੋ ਤੇ ਜਿਹੜਾ ਸਾਡਾ ਗਹਿਣਾ ਕੁੜੀ ਨੂੰ ਪਾਇਆ ਸੀ ਉਹ ਵੀ ਮੋੜਨ ਬਸ ਅੱਜ ਤੋਂ ਮੇਰੇ ਲਈ ਮਰ ਗਈ ਤੇ ਮੈਂ ਇਹਨਾਂ ਲਈ ਗਹਿਣੇ ਤੇ ਮਕਾਨ ਦੀ ਗੱਲ ਸੁਣੀ ਤਾਂ ਫੌਜੀ ਬੋਲ ਪਿਆ ਦੇਖ ਬਰਖੁਰਦਾਰ ਗਹਿਣਾ ਸਾਜੇ ਘਰ ਚ ਬਣਿਆ ਸੀ ਸਾਜੇ ਥਾਂ ਪੈ ਗਿਆ ਹੁਣ ਵੇਖ ਆਈ ਮੀਨ ਸਾਡੇ ਵੇਲੇ ਗਹਿਣਾ ਪਿਆ ਹੀ ਨਹੀਂ ਸੀ ਉਦੋਂ ਆਈ ਮੀਨ ਘਰ ਦੀ ਹਾਲਤ ਇਹੋ ਜੀ ਸੀ ਤਾਂ ਕਿ ਮੈਂ ਹੁਣ ਆਖਾਂ ਕਿ ਮੈਨੂੰ ਵੀ ਗਹਿਣਾ ਬਣਵਾ ਕੇ ਦਿਓ ਤੇ ਰਹੀ ਮਕਾਨ ਦੀ ਗੱਲ ਉਹਦੇ 'ਚ ਤੇਰਾ ਹਿੱਸਾ ਮੰਨਿਆ ਪਰ ਜਿਹੜਾ ਛੋਟੇ ਬਿੱਟੂ ਦੀ ਮੈਰਿਜ ਕਰਨੀ ਆ ਉਹਦਾ ਖਰਚਾ ਵੀ ਤੇਰੇ ਵੱਲ ਬਣਦਾ ਕਿ ਨਹੀਂ ਆਈ ਮੀਨ ਆਪ ਤਾਂ ਤੂੰ ਸਾਂਝੇ ਖਰਚੋਂ ਵਿਆਹ ਕਰਾ ਲਿਆ ਬਣਦਾ ਬਣਦਾ ਕਿਉਂ ਨਹੀਂ ਬਣਦਾ ਰਾਮ ਲਾਲ ਨੇ ਕਿਹਾ ਪਰ ਸਰਵਣ ਨੇ ਇਸ਼ਾਰੇ ਨਾਲ ਉਹਨੂੰ ਚੁੱਪ ਕਰਵਾ ਕੇ ਆਪ ਗੱਲ ਸ਼ੁਰੂ ਕੀਤੀ ਉਹ ਜਿਹੜੀ ਲੜਾਈ ਤੇਰੇ ਸਿਰੋਂ ਸ਼ੁਰੂ ਹੋਈ ਸੀ ਉਹਦੇ ਤੇ 4000 ਲੱਗਾ ਸਾਂਝੇ ਥਾਂ ਉਹ ਨਹੀਂ ਹੁੰ ਦੇਣਾ ਤਾਰੇ ਦੇ ਪਿਓ ਤੇ ਬਜ਼ੁਰਗ ਦੀਨ ਦਿਆਲ ਨੇ ਉਹਨਾਂ ਪੈਸਿਆਂ ਦੀ ਗੱਲ ਨਾ ਹੀ ਛੇੜਨ ਲਈ ਕਿਆ ਉਹ ਕਹਿੰਦੇ ਸਨ ਉਹ ਤਾਂ ਵਿਚਾਰਾ ਜੇ ਬਾਂਬ ਬੰਨੀ ਫਿਰਦਾ ਸੀ ਉਹਨੇ ਲੜਾਈ ਚੋਂ ਕੀ ਖਟਿਆ ਉਹਨਾਂ ਦੀ ਮਦਦ ਤੇ ਹੀ ਆਇਆ ਸੀ ਪਰ ਸਰਵਣ ਤੇ ਫੌਜੀ ਕਹਿ ਰਹੇ ਸਨ ਉਹਨੇ ਰਾਹ ਜਾਂਦੀ ਲੜਾਈ ਉਹਨਾਂ ਦੇ ਗਲ ਪੁਆਤੀ ਸੀ ਜੱਟ ਤਾਂ ਸ਼ਰਾਬੀ ਸੀ ਉਹਨਾਂ ਵਰਚਾ ਕੇ ਪੁਚਕਾਰ ਕੇ ਉਹਨੂੰ ਉੱਥੋਂ ਤੋੜ ਹੀ ਦੇਣਾ ਸੀ ਇਹ ਤਾਂ ਕੇਵਲ ਈ ਸੀ ਜਿਨੇ ਆਕੇ ਸਾਰੀ ਗੱਲ ਵਧਾਈ ਸੀ ਇੰਜ ਸਾਮੀਆਂ ਨਾਲ ਲੜਿਆ guzara ਹੁੰਦਾ ਉਹਨਾਂ ਵੱਲ ਤਾਂ ਰੋਜ਼ ਸੌ ਲੈਣ ਦੇਣ ਵਾਲਿਆਂ ਨੇ ਤੁਰੇ ਰਹਿਣਾ ਹੁੰਦਾ ਕਿਸੇ ਦੇ ਦੇਣੇ ਕਿਸੇ ਤੋਂ ਲੈਣੇ ਸੌ ਵਾਰੂ ਚਾਨੀਵਾ ਬੁਲਿਆ ਜਾਂਦਾ ਪਰ ਜੇ ਇੰਜ ਹਰ ਇੱਕ ਦਾ ਸਿਰ ਪੜਨ ਲੱਗੇ ਤਾਂ ਹੋ ਗਈਆਂ ਆੜ ਤਾਂ ਚੱਲ ਗਈਆਂ ਦੁਕਾਨਦਾਰੀਆਂ ਪਰੇ ਦੇ ਉੱਤੇ ਉੱਤੇ ਫੈਸਲਾ ਹੋ ਗਿਆ ਸੀ ਮਕਾਨ ਵਿਚਲਾ ਹਿੱਸਾ ਤੇ ਬਿੱਟੂ ਦੇ ਵਿਆਹ ਲਈ ਆਉਂਦੇ ਖਰਚੇ ਨੂੰ ਅਟੇ ਸਟੇ ਬਰਾਬਰ ਬਰਾਬਰ ਮੰਨ ਕੇ ਉਹਨਾਂ ਨੇ ਲੈਣਾ ਦੇਣਾ ਮੁਕਾ ਦਿੱਤਾ ਸੀ। ਇੰਜੋ ਵੱਖ ਹੋ ਗਿਆ ਸੀ। ਉਹ ਉਸੇ ਸ਼ਾਮ ਜਲੰਧਰ ਦੀ ਬੱਸ ਬੈਠ ਕੇ ਚਰਨਦਾਸ ਕੁਲ ਪਹੁੰਚ ਗਿਆ ਚਰਨਦਾਸ ਪਿੰਡਾਂ ਵਿੱਚ ਹਿੰਦੂਆਂ ਦੇ ਇਕਾ ਦੁੱਕਾ ਹੁੰਦੇ ਕਤਲਾਂ ਤੋਂ ਡਰ ਕੇ ਪਿੰਡ ਛੱਡ ਕੇ ਪਿਛਲੇ ਦਿਨੀ ਆਪਣੇ ਆਪਣਭਈਏ ਕੁਲ ਜਲੰਧਰ ਹੀ ਚਲਾ ਗਿਆ ਸੀ ਤੇ ਉੱਥੇ ਹੀ ਕਾਰੋਬਾਰ ਸ਼ੁਰੂ ਕਰ ਲਿਆ ਸੀ। ਚਰਨਦਾਸ ਤੇ ਪਿੰਡ ਵਾਲੇ ਮਕਾਨ ਦੀ ਚਾਬੀ ਲੈ ਕੇ ਅਗਲੇ ਦਿਨ ਉਹਨੇ ਪਿੰਡ ਆ ਕੇ ਸਮਾਨ ਰੱਖਣਾ ਸ਼ੁਰੂ ਕਰ ਦਿੱਤਾ ਜਦੋਂ ਸਾਰਾ ਸਮਾਨ ਸੰਭਿਆ ਗਿਆ ਤਾਂ ਮੰਜੇ ਤੇ ਇੱਕਦਮ ਟੈਪਿਆ ਲੈ ਚਰਨਦਾਸਾ ਤੂੰ ਮੌਤ ਤੋਂ ਡਰਦਾ ਜੱਦੀ ਘਰ ਛੱਡ ਗਿਆ ਤੇ ਸਾਨੂੰ ਸਾਡੇ ਆਪਣੇ ਭਰਾਵਾਂ ਨੇ ਘਰੋਂ ਕੱਢਤਾ ਲੈ ਤੇਰੀ ਥਾਂ ਤੇ ਹੁਣ ਮੈਨੂੰ ਮਾਰ ਲਵੇ ਜੀਨੇ ਮਾਰਨਾ ਉਦੀ ਪੁੱਭ ਨਿਕਲ ਗਈ ਤੇ ਪਰਲ ਪਰਲ ਥਰੂ ਦੀਆਂ ਅੱਖਾਂ ਚੋਂ ਵਗਣੇ ਸ਼ੁਰੂ ਹੋ ਗਏ ਕਾਂਤਾ ਨੇ ਕੁੜੀ ਨੂੰ ਮੰਜੇ ਤੇ ਇੱਕ ਪਾਸੇ ਲਟਾਉਂਦਿਆਂ ਕੇਵਲ ਦਾ ਸਿਰ ਬੁੱਕਲ ਚ ਲੈ ਲਿਆ ਮੈਂ ਆਨੀਆਂ ਕੀ ਕਮਲ ਕਰਦੇ ਹੋ ਵੇਖੋ ਪੱਪੂ ਵੇਖਣ ਡਿਆ ਰੋਪ ਹੋਊਗਾ ਉਹ ਵੀ ਕੀ ਹੋਇਆ ਜੇ ਉਹ ਨਾ ਇੰਜ ਹੱਕ ਦਾ ਧੱਕਾ ਕੀਤਾ ਭਗਵਾਨ ਤਾਂ ਵੰੰਦਾ ਸਭ ਕੁਝ ਅਸੀਂ ਕਿਤੇ ਭੁੱਖੇ ਤਾਂ ਨਹੀਂ ਮਰ ਚਲੇ ਜੇ ਰੱਬ ਨੇ ਜੀ ਦਿੱਤੇ ਨੇ ਤਾਂ ਉਹ ਰੋਟੀ ਵੀ ਦਊ ਦਿਲ ਕਿਹੜੀ ਗੱਲਾਂ ਛੱਡਣਾ ਹੋਇਆ ਪਿਓ ਨੂੰ ਰੋਂਦਿਆਂ ਤੇ ਮਾਂ ਨੂੰ ਉਹਦੇ ਤਰਲੇ ਲੈਂਦੇ ਆ ਪੱਪੂ ਵੇਖ ਰਿਆ ਸੀ ਉਹ ਬਬੂ ਲਿੱਕਾ ਹੋਇਆ ਡਰਿਆ ਸਹਿਮੇ ਅੱਖ ਲੋਤਾ ਸੀ ਫਿਰ ਉਹਨੇ ਅੱਗੇ ਵਧ ਕੇ ਪਿਓ ਦੀਆਂ ਲੱਤਾਂ ਨੂੰ ਕਰੰਗੜੀ ਪਾ ਲਈ ਤੇ ਬੁਸਕਦਾ ਹੋਇਆ ਬੋਲਿਆ ਹੂੰ ਪਾ ਲੋਂਦਾ ਤੇ ਉਹ ਚੁੱਚੀ ਰੋਣ ਲੱਗ ਪਿਆ ਕੇਵਲ ਨੇ ਉਹਦੀ ਲੱਤਾਂ ਨਾਲੋਂ ਕਰੰਗੜੀ ਲਾ ਕੇ ਉਹਨੂੰ ਬਾਹਾਂ 'ਚ ਚੁੱਕ ਲਿਆ ਤੇ ਫਿਰ ਹਿੱਕ ਤੇ ਪਾ ਲਿਆ ਕਿਉਂ ਲੋਂਦਾ ਮੇਰਾ ਮਿੱਠਾ ਪੁੱਤ ਲੈ ਵੇਖਾਂ ਮੈਂ ਕਦੋਂ ਰੋਂਦਾ ਵੇਖ ਮੈਂ ਤਾਂ ਹੱਸਣ ਡਿਆ ਉਹ ਸੱਥਰੂ ਪੂੰਜੇ ਤੇ ਹੱਸਣ ਦਾ ਯਤਨ ਕਰਦਿਆਂ ਝੂਠਾ ਜਿਹਾ ਹੱਸਿਆ ਹਾ 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 ਮੇਰਾ ਛਿੰਦਾ ਪੁੱਤ ਅੱਖਾਂ ਵਿੱਚ ਹੂਟੇ ਮਾਇਆ ਦੇ ਆ ਆਪਣੇ ਪੁੱਤ ਨੂੰ ਓਏ ਤੁਸੀਂ ਕਿਉਂ ਰੋਵੇਂ ਮੇਰੇ ਹੀਰੋ ਮੈਂ ਤੁਹਾਨੂੰ ਭੁੱਖੇ ਤਾਂ ਨਹੀਂ ਮਰਨ ਦਿੰਦਾ ਰੋਕਦਿਆਂ ਰੋਕਦਿਆਂ ਫਿਰ ਉਹਦੇ ਅਥਰੂ ਨਿਕਲ ਆਏ ਕਾਂਤਾ ਨੇ ਪੋਟਿਆਂ ਨਾਲ ਉਹਦੇ ਅਥਰੂ ਛਿਣਕ ਦਿੱਤੇ ਹਿਚ ਉਹ ਹਰ ਸੰਕਟ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਉਹਦਾ ਸਾਥ ਦੇਣ ਲਈ ਤਿਆਰ ਸੀ ਉਹਨੇ ਆਪਣੇ ਮਾਪਿਆਂ ਵੱਲੋਂ ਪਾਏ ਗਹਿਣਿਆਂ ਦੀ ਪੋਟਲੀ ਕੇਵਲ ਦੇ ਪੱਟਾ ਉੱਤੇ ਲਿਆ ਤਰੀ ਤੁਸੀਂ ਇਹ ਵੀ ਵਰਤ ਲਓ ਤੇ ਕੰਮ ਸ਼ੁਰੂ ਕਰੋ ਆਖੋ ਤਾਂ ਭਾਪਿਓ ਰੰਗੁਣਾ ਵੀ ਕੁਝ ਫੜ ਲਿਆਉਣੀ ਆ ਜ਼ਿੰਦਗੀ ਰਹੀ ਤਾਂ ਸਭ ਕੁਝ ਬਣ ਜਾਓ ਦਿਲਗੀਰ ਕਿਹੜੀ ਗੱਲ ਨੂੰ ਹੋਣਾ ਹੋਇਆ ਬੰਦਿਆਂ ਤੇ ਬੜੀਆਂ-ਬੜੀਆਂ ਮੁਸ਼ਕਲਾਂ ਆਉਂਦੀਆਂ ਐ ਢੇਰੀ ਠਾਇਆ ਕੀ ਬਣਦਾ ਕੇਵਲ ਨੇ ਵੀ ਸੋਚਿਆ ਢੇਰੀ ਠਾਇਆ ਕੁਝ ਨਹੀਂ ਬਣਨਾ ਹੁਣ ਇਹ ਧਨਨਤ ਸਿੰਘ ਦਰਜੀ ਲਾ ਲਈ ਦੁਕਾਨ ਕਿਰਾਏ ਤੇ ਲੈ ਲਈ ਕਰਿਆਣੀ ਦੀ ਦੁਕਾਨ ਚਲਾਉਣ ਲਈ ਉਸ ਕੋਲ ਪੂੰਜੀ ਨਹੀਂ ਸੀ ਪਿੰਡ ਵਿੱਚ ਚਾਹ ਦੀਆਂ ਦੋ ਕੁ ਦੁਕਾਨਾਂ ਸਨ ਪਰ ਉਹਨਾਂ ਤੇ ਸਫਾਈ ਤੇ ਬੈਠਣ ਦਾ ਚੰਗਾ ਪ੍ਰਬੰਧ ਨਹੀਂ ਸੀ ਉਨੇ ਸੋਚਿਆ ਉਹ ਚਾਹ ਤੇ ਮਠਿਆਈ ਦੀ ਵਧੀਆ ਦੁਕਾਨ ਖੋਲੇਗਾ ਗਾਕਾਂ ਦੇ ਬੈਠਣ ਲਈ ਚੰਗਾ ਪ੍ਰਬੰਧ ਕਰੇਗਾ ਵਧੀਆ ਚੀਜ਼ਾਂ ਬਣਾਏਗਾ ਤਾਂ ਗਾਕ ਆਪੇ ਖਿੱਚੇ ਆਉਣਗੇ ਮਠਿਆਈ ਰੱਖਣ ਲਈ ਉਹਨੇ ਵਧੀਆ ਸ਼ੋਕੇਸ ਬਣਵਾਇਆ ਬੈਠਣ ਲਈ ਲੰਮੇ ਬੈਂਚ ਤੇ ਵੱਡੇ ਮੇਜ਼ ਬਣਵਾਏ ਇੱਕ ਹਲਵਾਈ ਦੀ ਮਦਦ ਨਾਲ ਉਹ ਮਠਿਆਈ ਬਣਵਾ ਲੈਂਦਾ ਹੌਲੀ ਹੌਲੀ ਆਪੇ ਹੀ ਜਾਚ ਸਿੱਖਦਾ ਚਾਹ ਦੇ ਗਾਕ ਤੁਰੇ ਤਰੰਦੇ ਪਰ ਉਹਨੇ ਛੇਤੀ ਮਹਿਸੂਸ ਕਰ ਲਿਆ ਕਿ ਨਿਰੀ ਚਾਹ ਮਠਿਆਈ ਦੀ ਦੁਕਾਨ ਨਾਲ ਤਾਂ ਭੁੱਖਿਆ ਮਰ ਜਾਏਗਾ ਇਸ ਲਈ ਜਦੋਂ ਦੁਪਹਿਰੇ ਸਕੂਲ ਦੇ ਮੁੰਡਿਆਂ ਨੂੰ ਛੁੱਟੀ ਹੁੰਦੀ ਤਾਂ ਉਦੋਂ ਗਰਮ-ਗਰਮ ਪਕਵਾਰੇ ਕੱਢਦਾ ਕਾਂਤਾ ਛੋਲੇ ਵੀ ਬਣਾ ਦਿੰਦੀ ਇੰਜੋ ਸ਼ਾਮ ਨੂੰ ਦਹੀਂ ਦੇ ਕੁੰਡੇ ਵੀ ਲਾਉਣ ਲੱਗ ਪਿਆ ਹੌਲੀ-ਹੌਲੀ ਉਹ ਰੋਟੀ ਪਾਣੀ ਦਾ ਖਰਚਾ ਕੱਢਣ ਲੱਗ ਪਿਆ ਦੁਕਾਨ ਤੋਂ ਲਾਗਲੀ ਗਲੀ ਵਿੱਚ ਹੀ ਘਰ ਹੋਂ ਕਰਕੇ ਨਿੱਕਾ ਪੱਪੂ ਦੁਕਾਨਵਾਲ ਤੁਰਿਆ ਰਹਿੰਦਾ ਕਾਂਤਾ ਨੇ ਵੀ ਕੋਈ ਸੌਦਾ ਖੰਡ ਚਾਹ ਜਾਂ ਲੂਣ ਤੇਲ ਮੰਗਵਾਉਣਾ ਹੁੰਦਾ ਤਾਂ ਗਲੀ 'ਚ ਥੋੜਾ ਪਿੱਛੇ ਰੁਕ ਜਾਂਦੀ ਤੇ ਪੱਪੂ ਨੂੰ ਦੁਕਾਨਵਾਲ ਤੋਰ ਦਿੰਦੀ ਉਹ ਨਿੱਕੇ ਕਦਮੀ ਦੁਕਾਨ ਤੇ ਜਾਂਦਾ ਤਾਂ ਕੇਵਲ ਸਮਝ ਜਾਂਦਾ ਕਿ ਕਾਂਤਾ ਗਲੀ ਚ ਖਲੋਤੀ ਐ ਉਹ ਦੁਕਾਨ ਦੇ ਥੜੇ ਤੂਠਦਾ ਤੇ ਮੁੰਡੇ ਨੂੰ ਚੁੱਕ ਗਲੀਵਲ ਤੁਰ ਪੈਂਦਾ ਲਾਗੋਂ ਧੰਨਾ ਸਿੰਘ ਦਰਜੀ ਛੇੜਦਾ ਕਾਰਾ ਮੁਲਾਕਾਤ ਸ਼ਾਣੀ ਨਾਲ ਉੱਧਰ ਗਈ ਰਤੀ ਚੱਜ ਨਾਲ ਨਹੀਂ ਨਾ ਮਿਲਿਆ ਹੋਣਾ ਕੇਵਲ ਹੱਸ ਪੈਂਦਾ ਚਾਚਾ ਐ ਸ਼ਾਣੀ ਬੜੇ ਕੰਮ ਦੀ ਇਹਦੇ ਉਦਮ ਤੇ ਹੌਸਲੇ ਨਾਲ ਗੱਡੀ ਰਿਹੜ ਪਈਓ ਤੇ ਉਸ ਅਨੁਸਾਰ ਉਹਦੀ ਗੱਡੀ ਠੀਕ ਹੀ ਰਿੜ ਪਈ ਸੀ ਉਹ ਕਦੀ ਕਦੀ ਦਿਹਾੜੀ ਦੇ 40-50 ਰੁਪਏ ਵੀ ਕਮਾ ਲੈਂਦਾ ਨਹੀਂ ਤਾਂ 30-35 ਉਹਦੇ ਔਸਤ ਹੋਈ ਜਾਂਦੀ ਇਹ ਵੱਖਰੀ ਗੱਲ ਸੀ ਕਿ ਮਹਿੰਗਾਈ ਇੰਨੀ ਸੀ ਤੇ ਇਸ ਮਹਿੰਗਾਈ 'ਚ ਡੰਗੋ ਡਾਂਗੇ guzara ਹੋ ਜਾਏ ਤਾਂ ਕਾਫੀ ਸੀ ਐਤਕੀ ਜਦੋਂ ਪਿੰਡ ਦਾ ਹਾੜ ਦਾ ਮੇਲਾ ਆਇਆ ਤਾਂ ਉਹਨੇ ਉੱਚੇ-ਚੇ ਤੌਰ ਤੇ ਵਧੇਰੇ ਮਠਿਆਈ ਮੇਲੇ ਦੇ ਗਾਖਾਂ ਲਈ ਬਣਵਾਈ ਦੋ ਦਿਨਾਂ ਵਿੱਚ ਹੀ ਮਠਿਆਈ ਵਿਕ ਜਾਣ ਕਰਕੇ ਉਹਨੂੰ 500 ਰੁਪਏ ਦੀ ਬਚਤ ਹੋਈ ਉਸ ਸ਼ਾਮ ਉਹਨੇ ਘਰ ਜਾਂਦੇ ਨਿੱਕੇ ਪੱਪੂ ਨੂੰ ਕੁਛੜ ਚੁੱਕ ਲਿਆ। ਉਹ ਅੱਜ ਆਪਣੇ ਆਪ ਨੂੰ ਦੁਨੀਆ ਦਾ ਅਮੀਰ ਆਦਮੀ ਸਮਝ ਰਿਹਾ ਸੀ। ਉਹਨੇ ਪੱਪੂ ਦਾ ਮੂੰਹ ਚੁੰਮਿਆ ਤੇ ਮੁੜੇ ਤੁਰੇ ਨੋਟਾਂ ਦਾ ਦੱਬਾ ਉਹਨੇ ਨਿੱਕੇ-ਨਿੱਕੇ ਹੱਥਾਂ ਵਿੱਚ ਦੇ ਕੇ ਬੋਲਿਆ ਲੈ ਓ ਸ਼ਾ ਤੇਰੇ ਪਿਓ ਤੇਰਾ ਪਿਓ ਕਿਤੇ ਨਿਕੰਮਾ ਤਾਂ ਨਹੀਂ। ਕਾਂਤਾ ਕੋਲ ਖੜੋਤੀ ਮੁਸਕਰਾ ਰਹੀ ਸੀ। ਕੇਵਲ ਦੀਆਂ ਅੱਖਾਂ 'ਚ ਪ੍ਰਾਪਤੀ ਦਾ ਨਸ਼ਾ ਸੀ। ਫੜਾ ਪੁੱਤਰਾ ਆਪਣੀ ਮਾਂ ਨੂੰ ਜਿੰਨਾ ਚਿਰ ਮੈਂ ਜਿਉਣਾ ਤੁਹਾਨੂੰ ਕਦਾ ਘਟਾ ਏ ਓਏ ਮੈਂ ਤੁਹਾਨੂੰ ਭੁੱਖਿਆਂ ਤਾਂ ਨਹੀਂ ਮਰਨ ਦੰਦਾ ਉਹਨੇ ਨੇੜੇ ਹੋ ਕੇ ਦੂਜੀ ਬਾਹ ਕਾਂਤਾ ਦੀ ਧੌਣ ਦਵਾਲੇ ਵੱਲ ਦਿਆਂ ਉਹਨੂੰ ਆਪਣੇ ਮੋਢੇ ਨਾਲ ਘੁੱਟ ਲਿਆ ਪਤਾ ਨਹੀਂ ਕਿਉਂ ਕਾਂਤਾ ਦੀ ਅੱਖਾਂ 'ਚ ਪਾਣੀ ਸਿਮ ਆਇਆ ਫਿਰ ਉਹਨੇ ਕੇਵਲ ਤੋਂ ਮੁੰਡਾ ਤੇ ਪੈਸੇ ਫੜਦਿਆਂ ਮੂੰਹ ਬਣਾ ਕੇ ਕਿਆ ਜੱਜ ਦੀ ਜ਼ੁਬਾਨ ਬੋਲਿਆ ਕਰੋ ਤੁਹਾਡੀਆਂ ਲੰਮੀਆਂ ਉਮਰਾਂ ਹੋਣ ਜੁਗ-ਜੁਗ ਜਿਓ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਏ ਦੀਵਾਲੀ ਨੇੜੇ ਆ ਗਈ ਤਾਂ ਫਿਰ ਜ਼ਿਆਦਾ ਸੌਦਾ ਬਣਾਉਣ ਲਈ ਕੇਵਲ ਨੇ ਕਾਂਤਾ ਨੂੰ ਉਹਦੇ ਭਰਾਵਾਂ ਕੋਲ ਕੁਝ ਪੈਸੇ ਉਧਾਰੇ ਲੈਣ ਲਈ ਭੇਜਿਆ ਕੇਵਲ ਨੂੰ ਆਪਣੀ ਉਮਰ ਵੀ ਦਾਨ ਕਰਨ ਵਾਲੀ ਕਾਂਤਾ ਨੂੰ ਕੀ ਪਤਾ ਸੀ ਕਿ ਉਹ ਨਿਆਣਿਆਂ ਸਮੇਤ ਪੇਕੇ ਜਾਏਗੀ ਤਾਂ ਪਿੱਛੋਂ ਉਹਨੂੰ ਸਹਾਰੇ ਦੇਣ ਵਾਲਾ ਤੁਰ ਜਾਏਗਾ ਤੇ ਉਹਦੇ ਬੋਲ ਖਲਾਅ ਚ ਗੂੰਜਦੇ ਰਹਿਣਗੇ ਜਿੰਨਾ ਚਿਰ ਮੈਂ ਜਿਉਂਦਾ ਤੁਹਾਨੂੰ ਕਦਾ ਘਟਾ ਹੈ ਓਏ ਮੈਂ ਤੁਹਾਨੂੰ ਭੁੱਖਿਆਂ ਤੇ ਨਹੀਂ ਮਰਨ ਦਿੰਦਾ ਅਗਲੇ ਦਿਨ ਉਹ ਪਤੀ ਦੀ লাশ ਤੇ ਡਿੱਗੀ ਵਹਿਣ ਪਾਰੀ ਸੀ ਮੈਨੂੰ ਜਿਉਂਦਿਆਂ ਹੀ ਪਿੰਡੋਂ ਕੱਢ ਗਿਓਂ ਵੇ ਮੇਰੇ ਸਿਰ ਦੇ ਆਸਾਈਆਂ ਛੱਡ ਗਿਓਂ ਵੇ ਸਾਨੂੰ ਲੋਕਾਂ ਦੇ ਛਤਰ ਖਾਨ ਨੂੰ ਕਿਹੜੇ ਦੇਸ਼ਾਂ ਨੂੰ ਤੁਰ ਚੱਲਿਓਂਗੇ ਮੈਨੂੰ ਨਾਲ ਲੈ ਜਾਵੇ ਨਾਲ ਹੀ ਆਪਣੇ ਆਪਣੇ ਪੱਪੂ ਪੁੱਤ ਤੇ ਰਾਣੀ ਧੀ ਨੂੰ ਕਿਦੇ ਆਸਰੇ ਛੱਡ ਗਿਓਂਗੇ ਤੇਰਾ ਪੱਪੂ ਠੁਮਕ ਠੁਮਕ ਦੁਕਾਨ ਤੇ ਕਿਹਦੇ ਕੋਲ ਜਾਊਵੇਂ ਤੁਰ ਕੇ ਉਹ ਔਰਤਾਂ ਦੇ ਹੱਥੋਂ ਛੁੱਟ ਛੁੱਟ ਕੇ ਪਤੀ ਦੀ ਮੜੀ ਵਿੱਚ ਡਿੱਗਣਾ ਲੋਚ ਰਹੀ ਸੀ ਸਰਵਨ ਦੀ ਵਰਤੀ ਨੇ ਉਹਨੂੰ ਗਲ ਨਾਲ ਲਾ ਲਿਆ ਫੌਜਣੋਂ ਨੂੰ ਹੌਸਲਾ ਦੇਣ ਲੱਗੀ ਨਾ ਰੋ ਕਾਂਤਾ ਸਬਰ ਕਰ ਮੇਰੀਏ ਭੈਣੇ ਹੋਣੀ ਨੂੰ ਕੌਣ ਟਾਲ ਸਕਦਾ ਧੀਰਜ ਰੱਖ ਵੇਖ ਤੇਰੇ ਵੱਲ ਵੇਖ ਕੇ ਬੱਚੇ ਵੀ ਰੋਂਦੇ ਆ ਤੇ ਸਗੋਂ ਇਹਨਾਂ ਨੂੰ ਹੌਸਲਾ ਦੇ ਉਹਨੇ ਕਾਂਤਾ ਤੋਂ ਨਿੱਕੀ ਕੁੜੀ ਲੈ ਕੇ ਗਲ ਨਾਲ ਲਾ ਲਈ ਬੁੱਢੀ ਹੀਰਾ దਈ ਨੇ ਪੱਪੂ ਨੂੰ ਗੋਦ 'ਚ ਲਿਆ ਹੋਇਆ ਸੀ ਸੁਸ਼ਮਾ ਕਾਂਤਾ ਦੇ ਗळा ਚੰਬੜੀ ਨਿੱਕੀ ਘਟ ਗਈਆਂ ਸਾਡੇ ਟੱਬਰ ਤੇ ਮੇਰੀਆਂ ਮੇਰੀਏ ਛਿੰਦੀਏ ਭਾਬੀਏ ਸੁਖੀ ਵਸਤੀਆਂ ਨੂੰ ਕੀ ਆਫਤਾਂ ਆਪਈਆਂ ਆਫਤ ਦੇ ਮੂੰਹ ਆਈ ਟੱਬਰ ਵਿੱਚ ਅਜੇ ਰੌਲਾ ਤੇ ਲੜਾਈ ਕਾਦੀ ਸੀ ਅਜੇ ਕੱਲ ਤਾਂ ਕੇਵਲ ਦੇ ਫੁੱਲ ਚੁਣੇ ਗਏ ਸਨ ਉਹਦੀ ਮੌਤ ਤੋਂ ਪੰਜਵੇਂ ਦਿਨ ਪਿਛੋਂ ਹੀ ਇਹ ਰੌਲਾ ਤੇ ਲੜਾਈ ਝਗੜਾ ਲੋਕਾਂ ਨੂੰ ਉਪਰਾ ਤੇ ਅਜੀਬ ਲੱਗਾ ਰੌਲਾ ਜਿੰਨਾ ਚਿਰ ਘਰ ਦੇ ਅੰਦਰ ਸੀ ਉਹਨਾਂ ਚਿਰ ਲੋਕਾਂ ਨੂੰ ਸਮਝ ਨਹੀਂ ਪਈ ਪਰ ਜਦੋਂ ਫੌਜੀ ਰੌਲਾ ਪਾਉਂਦਾ ਹੋਇਆ ਘਰੋਂ ਬਾਹਰ ਗਲੀ 'ਚ ਨਿਕਲਿਆ ਲਾ ਲਓ ਜ਼ੋਰ ਫੇਰ ਜਿਹੜਾ ਤੁਸੀਂ ਲਾਉਣਾ ਹੈ ਸਭ ਨੇ ਵੇਖਿਆ ਪਿੱਛੇ ਕਾਂਤਾ ਦਾ ਪਿਓ ਤੇ ਭਰਾਗਲੀ ਚ ਨਿਕਲ ਆਏ ਸਨ ਬੰਦੇ ਇਕੱਠੇ ਹੋਏ ਵੇਖ ਕੇ ਫੌਜੀ ਨੇ ਰੌਲਾ ਹੋਰ ਉੱਚਾ ਕਰ ਚੁੱਕ ਲਿਆ ਦੇਖੋ ਇਹ ਇੱਕ ਸਾਡਾ ਭਰਾ ਮਰ ਗਿਆ ਸਾਡੀ ਬਾਹ ਭੱਜ ਗਈ ਦੂਜਾ ਸਾਡਾ ਪਿਓ ਡੈਥ ਬੈੱਡ ਤੇ ਹਸਪਤਾਲ ਪਿਆ ਪਿੰਡ ਚ ਕਹਿਰ ਵਾਪਰ ਗਿਆ ਇਹਨਾਂ ਨੂੰ ਪੈਸੇ ਦੀ ਪਈਆ ਲੋਕ ਸਮਝ ਗਏ ਕਿ ਗੱਲ ਉਹਨਾਂ ਪੈਸਿਆਂ ਦੀ ਹੈ ਜਿਹੜੇ ਕੇਵਲ ਦੇ ਅਤਵਾਦੀਆਂ ਹੱਥੋਂ ਮਾਰੇ ਜਾਂਦੇ ਸਰਕਾਰ ਵੱਲੋਂ ਪਰसों ਕਾਂਤਾ ਨੂੰ 10000 ਰੁਪਏ ਚੈੱਕ ਦੇ ਰੂਪ ਚ ਮਿਲੇ ਸਨ ਪਿੰਡ ਦੇ ਲੋਕ ਕੋਈ ਗਲਤ ਅਰਥ ਨਾ ਲੈ ਲੈਣ ਇਸ ਲਈ ਕਾਂਤਾ ਦੇ ਪਿਓ ਨੇ ਇੱਕ ਬਜ਼ੁਰਗ ਵੱਲ ਮੁਹਰ ਕੇ ਸਪਸ਼ਟੀ ਕਰਨ ਦੇਣਾ ਚਾਹਿਆ ਵੇਖੋ ਜੀ ਅਸੀਂ ਕੋਈ ਪੈਸਾ ਨਹੀਂ ਮੰਗਦੇ ਅਸੀਂ ਤੇ ਆਂਦੇ ਆ ਕੁੜੀ ਦੇ ਪੈਸੇ ਕੁੜੀ ਕੋਲ ਰਹਿਣ ਸਾਨੂੰ ਤਾਂ ਕੁੜੀ ਤੋਂ ਪਤਾ ਲੱਗਾ ਕਿ ਫੌਜੀ ਬੈਂਕ ਵੱਲੋਂ ਕੋਈ ਕਾਗਜ਼ ਪੱਤਰ ਲਿਆ ਕੇ ਕੁੜੀ ਤੋਂ ਦਸਖਤ ਕਰਾ ਕੇ ਲੈ ਗਿਆ ਉਹਦੀ ਗੱਲ ਸੁਣ ਕੇ ਲੋਕ ਆਪਸ ਵਿੱਚ ਘਸਰਮੁਸਰ ਕਰਨ ਲੱਗ ਪਏ ਫਾਜੀ ਹੱਥੇ ਲਾਲਾ ਆਪਣਾ ਪੱਕੇ ਪੇਸ਼ ਕਰਨ ਲੱਗਾ ਤੁਹਾਨੂੰ ਨਹੀਂ ਤੇ ਸਾਨੂੰ ਹੀ ਆ ਪੈਸਿਆਂ ਦਾ ਬਹੁਤਾ ਸਾਫ਼ ਗੱਲ ਪੁੱਛਦੇ ਹੋ ਸਾਰੇ ਉਹਦੇ ਮੂੰਹ ਹਲ ਵੇਖ ਰਹੇ ਸਨ ਸਾਫ਼ ਗੱਲ ਹੀ ਤਾਂ ਉਹ ਜਾਣਨਾ ਚਾਹੁੰਦੇ ਸਨ ਪੈਸੇ ਮੈਂ ਪੱਪੂ ਤੇ ਛੋਟੀ ਕੁੜੀ ਦੇ ਨਾਮ ਦਸਾਂ ਸਾਲਾਂ ਲਈ ਫਿਕਸ ਕਰਾ ਕੇ ਆਇਆ ਕੋਈ ਆਪ ਤਾਂ ਨਹੀਂ ਖਾ ਗਿਆ ਨਾ ਨਾਮ ਮੈਂ ਮੇਰਾ ਮਤਲਬ ਹੈ ਮੈਂ ਕਦੋਂ ਆਂ ਵੀ ਤੂੰ ਖਾ ਗਿਆ ਪਰ ਤੂੰ ਕੁੜੀ ਨੂੰ ਤਾਂ ਤੇ ਸਾਨੂੰ ਤਾਂ ਪੁੱਛਣਾ ਸੀ ਉਹਦੇ ਚਾਚੇ ਜਾ ਕੇ ਤੈਨੂੰ ਦਸਖਤ ਕਰਤੇ ਉਹਨੇ ਕਿੱਥੋਂ ਖਾਣਾ ਉਹਨੂੰ ਨਹੀਂ ਲੋੜ ਪੈਸੇ ਦੀ ਕਦੋਂ ਇੰਨੇ ਸਾਲ ਪੂਰੇ ਹੋਣ ਕਿਉਂ ਜੀ ਉਹਨਾਂ ਚਿਰ ਕੁੜੀ ਕੀ ਖਾਊ ਕਾਂਤਾ ਦਾ ਪਿਓ ਆਪਣੇ ਹੱਕ 'ਚ ਲੋਕਾਂ ਦੀ ਰਾਏ ਜਾਣਨਾ ਚਾਹ ਰਿਹਾ ਸੀ ਕੁੜੀ ਨੂੰ ਅਸੀਂ ਕਿਤੇ ਆਈਮੀਨ ਘਰੋਂ ਤਾਂ ਨਹੀਂ ਕੱਢਿਆ ਸਾਡੇ ਕੋਲ ਰਹੇ ਅਸੀਂ ਦੇਾਂਗੇ ਰੋਟੀ ਕਾਂਤਾ ਦੇ ਪਿਓ ਨੂੰ ਵੀ ਗੁੱਸਾ ਆ ਗਿਆ ਤੁਸੀਂ ਦੇਂਦੇ ਜੇ ਸਾਨੂੰ ਰੋਟੀ ਦੇਣ ਵਾਲੇ ਉਸ ਤਾਂ ਮਰਨ ਵਾਲੇ ਨੂੰ ਜਿਉਂਦੇ ਹੀ ਮਰਿਆ ਸਮਝ ਕੇ ਉਹਨੂੰ ਲੁੱਟ ਪੁੱਟ ਕੇ ਨੰਗ ਕਰਕੇ ਘਰੋਂ ਕੱਢਦਾ ਸੀ ਤੁਹਾਡੇ ਤੋਂ ਕੀ ਆਸ ਆ ਓਏ ਤੁਹਾਨੂੰ ਅਸੀਂ ਜਾਣਦੇ ਨਾ ਹੋਈਏ ਤਾਂ ਆਖੋ ਢਿੱਡ ਚ ਤਾਂ ਅਸੀਂ ਮੁੱਕੀਆਂ ਮਾਰਦੇ ਆਂ ਜਿਨ੍ਹਾਂ ਦੀ ਜਵਾਂਤੀ ਰੰਡੀ ਹੋ ਗਈ ਹੈ ਪਤਾ ਨਹੀਂ ਸੱਚੀਆਂ ਗੱਲਾਂ ਦਾ ਅਸਰ ਸੀ ਜਾਂ ਕੀ ਸੀ ਫੌਜੀ ਤੇ ਪਤਾ ਨਹੀਂ ਇੱਕਦਮ ਕਿਧਰੋਂ ਪਾਗਲਪਨ ਸਵਾਰ ਹੋ ਗਿਆ ਉਹ ਬਕੜਵਾ ਕਰਦਾ ਕੰਧ ਨਾਲ ਟੱਕਰਾ ਮਾਰਨ ਲੱਗਾ ਤੇਰਾ ਬੇੜਾ ਕਰਕੇ ਕੰਜਰਾ ਸਾਡਾ ਲੱਖਾਂ ਕਰੋੜਾਂ ਦਾ ਭਰਾ ਮਰ ਗਿਆ ਤੈਨੂੰ 10000 ਦੇ ਪਈਆ ਇਹੋ ਹੀ ਚਾਹੁੰਦਾ ਨਾ ਕੁੜੀ ਨੂੰ ਪਿੰਡ ਲੈ ਜਾਵੇਂ ਤੇ 10000 ਛੱਕ ਜਾਵੇਂ ਇਸੇ ਲਈ ਕੀਤਾ ਮੈਂ ਸਭ ਕੁਝ ਬੋੜੀ ਹੋਏ ਲੋਕੋ ਹਾਈ ਅਸੀਂ ਲੁੱਟੇ ਗਏ ਲੋਕਾਂ ਨੇ ਫੜ ਕੇ ਫੌਜੀ ਨੂੰ ਸੰਭਾਲਿਆ ਉਹਨੂੰ ਇੰਜ ਕਰਦਿਆਂ ਵੇਖ ਕਾਂਤਾ ਦਾ ਪਿਓ ਤੇ ਭਰਾ ਵੀ ਖਬਰ ਗਏ ਕਾਂਤਾ ਦੇ ਪਿਓ ਨੇ ਨਜ਼ਰ ਦੀਆਂ ਅੱਖਾਂ ਲਾ ਕੇ ਹੱਥ ਵਿੱਚ ਫੜ ਲਈਆਂ ਤੇ ਆਪਣੀ ਆਵਾਜ਼ ਨੂੰ ਨਰਮ ਕਰਨ ਦਾ ਯਤਨ ਕੀਤਾ ਉਹ ਖਲੋਤੇ ਹੋਏ ਸਾਰੇ ਲੋਕਾਂ ਨੂੰ ਸੰਬੋਧਿਤ ਸੀ ਤੁਸੀਂ ਆਪ ਹੀ ਦੱਸੋ ਆਪ ਹੀ وارث ਬਣ ਬੈਠਾ ਸਾਨੂੰ ਪੁੱਛ ਲੰਦਾ ਸਾਨੂੰ ਕੋਈ ਘਟ ਦੁੱਖ ਤਾਂ ਨਹੀਂ ਚਲੋ ਤੁਸੀਂ ਕਰ ਦਿਓ ਇਨਸਾਫ ਪਰੇ ਰੱਬ ਦਾ ਰੂਪ ਹੁੰਦੀ ਹੈ ਇੱਕ ਖੁੰਡੇ ਵਾਲੇ ਬਜ਼ੁਰਗ ਨੇ ਕਿਹਾ ਵੇਖੋ ਸ਼ਾ ਦੋਵੇਂ ਧਿਰਾਂ ਰੌਲਾ ਪਾ ਕੇ ਆਪਣਾ ਜਲੂਸ ਨਾ ਕੱਢੋ ਬਹਿ ਕੇ ਗੱਲਬਾਤ ਕਰ ਲਓ ਜਿਵੇਂ ਪਰੇ ਫੈਸਲਾ ਕਰਦੀ ਹੈ ਮੰਨ ਲਓ ਲੋਕਾਂ ਨੂੰ ਤਮਾਸ਼ਾ ਨਾ ਦਿਖਾਓ ਠੀਕ ਹੈ ਠੀਕ ਹੈ ਸਭ ਨੇ ਪ੍ਰਵਾਨਗੀ ਦੇ ਦਿੱਤੀ ਸਰਵਣ ਤਾਂ ਸ਼ਹਿਰ ਹਸਪਤਾਲ ਚ ਰਾਮ ਲਾਲ ਦੇ ਕੋਲ ਹੀ ਸੀ ਫੌਜੀ ਨੇ ਬੰਸੀ ਤੇ ਕਰਮਚੰਦ ਨੂੰ ਸੱਦ ਲਿਆ ਬੰਦਿਆਂ ਦੀ ਭੀੜ ਨੇੜਲੇ ਮੰਦਿਰ 'ਚ ਜਾ ਬੈਠੀ ਦੋਵਾਂ ਧਿਰਾਂ ਦੇ ਵਿਚਾਰ ਸੁਣੇ ਗਏ ਕਾਂਤਾ ਦੇ ਪਿਓ ਦੀ ਦਲੀਲ 'ਚ ਵੀ ਵਜਨ ਸੀ ਕਿ ਪੈਸਿਆਂ ਦੀ ਅਸਲ ਮਾਲਕ ਤਾਂ ਕਾਂਤਾ ਹੈ ਜਦੋਂ ਬੱਚਿਆਂ ਨੇ ਜਵਾਨ ਹੋਣਾ ਸੀ ਤੇ ਕਦੋਂ ਉਹਨਾਂ ਨੂੰ ਪੈਸੇ ਮਿਲਨੇ ਸਨ ਉਹਨਾਂ ਚਿਰ ਕਾਂਤਾ ਤੇ ਬੱਚਿਆਂ ਨੇ ਕੀ ਤੇ ਕਿੱਥੋਂ ਖਾਣਾ ਸੀ ਬੱਚਿਆਂ ਦੇ ਪਾਲਣ-ਪੋਸਣ ਤੇ ਪੜ੍ਹਾਈ ਦਾ ਖਰਚਾ ਤੇ ਹੋਰ ਰੋਜ਼ਾਨਾ ਖਰਚੇ ਕਿੱਥੋਂ ਪੂਰੇ ਕਰਨੇ ਸਨ ਜਿਹੜੇ ਓ ਮਰ ਜਾਂਦੇ ਆ ਜਿਨ੍ਹਾਂ ਨੂੰ ਇਹ ਪੈਸੇ ਨਹੀਂ ਮਿਲਦੇ ਉਹ ਕਿੱਥੋਂ ਗੁਜ਼ਾਰਾ ਕਰਦੇ ਆ ਬੰਸੀ ਨੇ ਕਾਟਵਾਂ ਸਵਾਲ ਕੀਤਾ ਬਜ਼ੁਰਗ ਦੀਨਦਿਆਲ ਜੋ ਮੰਦਰੋਂ ਪੂਜਾ ਕਰਨ ਮੰਦਰ ਪੂਜਾ ਕਰਨ ਆਇਆ ਸੀ ਤੇ ਬੰਦੇ ਇਕੱਠੇ ਹੋਏ ਵੇਖ ਕੇ ਠਹਿਰ ਗਿਆ ਸੀ ਉਹਨੂੰ ਕਾਂਤਾ ਦੇ ਪਿਓ ਦੀ ਗੱਲ ਚੱਜਦੀ ਸੀ ਠੀਕ ਹੈ ਭਾਈ ਕੁੜੀ ਦੇ ਪੈਸੇ ਕੁੜੀ ਨੂੰ ਹੀ ਮਿਲਣੇ ਚਾਹੀਦੇ ਸੀ ਨਾਲੇ ਜਦੋਂ ਆਪਣਾ ਅੱਡ ਬਾਹਰ ਸੀ ਤਾਂ ਉਦੋਂ ਹੀ ਅੱਡ ਸੀ ਹੁਣ ਤਾਂ ਉਹ ਆਈ ਮੀਨ ਸਾਡੀ ਇੱਜ਼ਤ ਆ ਫੌਜੀ ਨੇ ਦੀਨਦਿਆਲ ਨੂੰ ਕਿਹਾ ਫਿਰ ਉਹ ਲੋਕਾਂ ਚ ਉਠਿਆ ਤੇ ਦੀਨदयाल ਨੂੰ ਇੱਕ ਪਾਸੇ ਲੈ ਗਿਆ ਤਾਇਆ ਤੈਨੂੰ ਕੀ ਪਤਾ ਹੈ ਅੱਜ ਇਹ ਪੈਸੇ ਲੈ ਜਾਣ 6 ਮਹੀਨਿਆਂ ਨੂੰ ਪੈਸੇ ਛੱਕ ਕੇ ਕੁੜੀ ਨੂੰ ਕਿਤੇ ਹੋਰ ਥਾਂ ਬਹਾ ਦੇਣ ਫਿਰ ਨਿਆਣਿਆਂ ਦਾ ਕੀ ਬਣੂ ਤੂੰ ਚੁੱਪ ਰਹਿ ਇਹਨਾਂ ਪੈਸੇ ਡਕਾਰ ਲੈਣੇ ਆ ਤੇ ਕੁੜੀ ਨੂੰ ਕਿਤੇ ਬਿਠਾ ਦੇਣੇ ਇਹ ਪੱਕੀ ਸਮਝ ਦੀਨदयाल ਨੇ ਉਹਦੀ ਗੱਲ ਬੜੇ ਗੌਰ ਨਾਲ ਸੁਣੀ ਤੇ ਫਿਰ ਬੜਾ ਸੋਚ ਸਮਝ ਕੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਜੇ ਤੁਹਾਨੂੰ ਇਹ ਸ਼ੱਕ ਆ ਤਾਂ ਤੁਸੀਂ ਕੁੜੀ ਨੂੰ ਨਿੱਕੇ ਬਿੱਟੂ ਦੇ ਘਰ ਬਿਠਾ ਦਿਓ ਖਾਂ ਘਰ ਦੀ ਇੱਜ਼ਤ ਘਰ ਚ ਰਹਿ ਜੋ ਕੁੜੀ ਦੀ ਉਮਰ ਵੀ ਕੀ ਹੈ ਫੌਜੀ ਨੂੰ ਦੀਨਦਿਆਲ ਦੀ ਗੱਲ ਅੰਦਰੋਂ ਲੜ ਗਈ ਪਰ ਉਹਨੇ ਚਿਹਰੇ ਨੂੰ ਸ਼ਾਂਤ ਰੱਖਦੇਆਂ ਕਿਹਾ ਇਹ ਵੀ ਅਸਲ ਚ ਇਹੋ ਚਾਹੁੰਦੇ ਨੇ ਜਨਾਨੀਆਂ ਚੰਦਰੋਂ ਅੰਦਰ ਹੀ ਗੱਲ ਚੱਲੀ ਸੀ ਪਰ ਅਸੀਂ ਇਸ ਡੈਣ ਨੂੰ ਘਰ ਰੱਖ ਕੇ ਕੀ ਕਰਨਾ ਅੱਗੇ ਸਾਡਾ ਭਰਾ ਖਾ ਗਈ ਮੰਦਰ ਚ ਪਰੇ ਫੈਸਲਾ ਕਰ ਰਹੀ ਸੀ ਤੇਦਰ ਕੇਵਲ ਦੀ ਬੰਦ ਦੁਕਾਨ ਦੇ ਲਾਗੇ ਧੰਨਾ ਸਿੰਘ ਦਰਜੀ ਕੋਈ ਕੱਪੜਾ ਸੀ ਰਿਆ ਸੀ ਕਾਲਾ ਜੱਤਲ ਕੁੜਾ ਕਾਲਾ ਜੱਤਲ ਕੁੱਤਾ ਕੇਵਲ ਦੀ ਦੁਕਾਨ ਦੇ ਸਾਹਮਣੇ ਪੈਰਾਂ 'ਚ ਮੂੰਹ ਦਿੱਤੀ ਬੈਠਾ ਸੀ। ਧੰਨਾ ਸਿੰਘ ਨੇ ਐਨਕਾਂ ਦੇ ਉੱਤੋਂ ਵੇਖਿਆ ਪਰੇ ਮੋੜ ਤੇ ਕੰਨ ਤੱਕ ਲੋਤੀ ਦੁਕਾਨ ਦੇ ਬੰਦ ਦਰਵਾਜ਼ੇ ਵੱਲ ਵੇਖ ਰਹੀ ਸੀ ਤੇ ਛੋਟਾ ਪਪੂ ਤੁਮਕ ਤੁਮਕ ਦੁਕਾਨ ਵੱਲ ਤੁਰਿਆ ਆ ਰਿਹਾ ਸੀ। ਧੰਨਾ ਸਿੰਘ ਉਹਨੂੰ ਵੇਖ ਕੇ ਮਸ਼ੀਨ ਤੋਂ ਉੱਠ ਖਲੋਤਾ ਤੇ ਪਪੂ ਕੋਲ ਜਾ ਕੇ ਉਹਨੂੰ ਕੁਛੜ ਚੁੱਕ ਲਿਆ। ਪਪੂ ਅਜੇ ਵੀ ਪਿਓ ਦੀ ਬੰਦ ਦੁਕਾਨ ਦੇ ਦਰਵਾਜ਼ੇ ਵੱਲ ਠੰਡੀ ਪੱਠੀ ਵੱਲ ਵੇਖ ਰਿਹਾ ਸੀ। ਉਨੇ ਨਿੱਕੇ ਜੀ ਬਾਹੂ ਲਾ ਰਹੀ ਤੇ ਤੋਤਲੀ ਜ਼ੁਬਾਨ ਚ ਪੁੱਛਣ ਲੱਗਾ ਪਾਪਾ ਤਿੱਥੇ ਆ ਧੰਨਾ ਸਿੰਘ ਨੂੰ ਕੋਈ ਜਵਾਬ ਨਹੀਂ ਆੜਿਆ ਕੰਤਾਏ ਸੁਣ ਕੇ ਪਿੱਛੇ ਹੋ ਗਈ ਤੇ ਚੁੰਨੀ ਚੁੰਨੀ ਨਾਲ ਅਥਰੂ ਪੁੰਝ ਰਹੀ ਸੀ ਧੰਨਾ ਸਿੰਘ ਦਾ ਗੱਜ ਭਰ ਗਿਆ ਉਸ ਚੁਪਕੇ ਜੇ ਪੱਪੂ ਨੂੰ ਜ਼ਮੀਨ ਤੇ ਉਤਾਰ ਦਿੱਤਾ ਇਨੇ ਚਿਰ ਨੂੰ ਮੰਦਰ ਵਿੱਚ ਗਈ ਭੀੜ ਕੋਈ ਫੈਸਲਾ ਕਰਕੇ ਬਾਹਰ ਨਿਕਲ ਪਈ ਕੀ ਨਿਬੜੀ ਭਈ ਤਨਾਰ ਸਿੰਘ ਨੇ ਕਿਸੇ ਨੂੰ ਸਵਾਲ ਕੀਤਾ ਨਿਭੜਿਓ ਕੋਈ ਪੈਸਾ ਬੈਂਕ ਵਾਲਿਆਂ ਨੂੰ ਆ ਕੇ 10 ਸਾਲ ਮਿਆਦ ਕਰਾਤੀ ਜਾਵੇ ਰਹੇ ਬੱਚਿਆਂ ਦੇ ਨਾਂ ਕੇਵਲ ਦੀ ਬੋਟੀ ਵਾਰਸ ਬਣੀ ਉਹਨਾਂ ਚ ਰੋਣਾ ਨੂੰ ਰੋਟੀ ਕੌਣ ਦਊ ਜੇ ਕੇਵਲ ਦੀ ਬੋਟੀ ਇੱਥੇ ਰਹੇ ਤਾਂ ਇਹ ਇਹਨੂੰ ਟੁੱਕ ਦੇਣਗੇ ਇੰਨੇ ਚਿਰ ਨੂੰ ਫੌਜੀ ਵੀ ਉੱਥੇ ਪਹੁੰਚ ਗਿਆ ਸੀ ਇਹ ਗੱਲ ਸੁਣਦਿਆਂ ਤਤਫਟ ਬੋਲ ਉੱਠਿਆ ਅਸੀਂ ਉਹਦੇ ਭਰਾ ਜਿਉਂਦੇ ਆ ਜੇ ਅਸੀਂ ਉਹਨਾਂ ਨੂੰ ਭੁੱਖਾ ਤਾਂ ਨਹੀਂ ਮਰਨ ਦਿੰਦੇ ਧੰਨਾ ਸਿੰਘ ਅਜੇ ਵੀ ਬੁੱਤ ਬਣਿਆ ਖੜੋਤਾ ਸੀ ਫੌਜੀ ਅੱਗੇ ਲੰਘ ਗਿਆ ਤਾਂ ਧੰਨਾ ਸਿੰਘ ਦੇ ਪਿਛਲੇ ਪਾਸਿਓਂ ਕਿਸੇ ਦੀ ਆਵਾਜ਼ ਆਈ ਸ਼ਾਬਾਸ਼ ਛੇਵੀ ਸ਼ਾਬਾਸ਼ ਅਕਸਰ ਪ੍ਰਾਣੇ ਉਹਦੇ ਉਹ ਨਾ ਕਰਨ ਤਾਂ ਹੋਰ ਕਿਨੇ ਕਰਨਾ ਹੋਇਆ ਅਕਸਰ ਭੱਜੀਆਂ ਬਾਹੀ ਗੱਲ ਨੂੰ ਹੀ ਆਉਂਦੀਆਂ ਨੇ ਧੰਨਾ ਸਿੰਘ ਨੇ ਸਿਰ ਝੁਆ ਕੇ ਵੇਖਿਆ ਇਹ ਤਾਰਾ ਸੀ ਉਹਦੇ ਬੁੱਲਾਂ ਤੇ ਇੱਕ ਕੌੜੀ ਮੁਸਕਰਾਟ ਫੈਲੀ ਹੋਈ ਸੀ ਜਦੋਂ ਉਹਨਾਂ ਦੇ ਸੱਜੇ ਪਾਸਿਓਂ ਸਾਰੇ ਜਣੇ ਅੱਗੇ ਲੰਘ ਗਏ ਉਹਨਾਂ ਨੇ ਵੇਖਿਆ ਖੱਬੇ ਪਾਸੇ ਵੱਲੋਂ ਬੁੱਢਾ ਕਾਮਰੇਡ ਇਕੱਲਾ ਹੀ ਆਪਣੇ ਹੱਥ ਵਿੱਚ ਡੰਗੋਰੀ ਸੰਭਾਲੀ ਹੌਲੀ ਹੌਲੀ ਆਪਣੇ ਆਪ ਨਾਲ ਗੱਲਾਂ ਕਰਦਾ ਤੁਰਿਆ ਆ ਰਿਹਾ ਸੀ ਧੰਨਵਾਦ